रेडियो चंद परदेसी दे सूझवान दोस्तों बहुत बहुत स्वागत रेडियो चंद परदेसी दी पंजाबी साथ दे विच नाल दी नाल ही गर्म देश दे ठंडे सुभाव वाले सरदार संतोख सिंह जी गिल साडे नाल मिल चुके ने। गिल साहब सत श्री अकाल जी, की हाल चाल ने तुहाडे? सत श्री अकाल सर जी, ये तो कोई शक तो है जी, मेरे जिन्ना ठंडा सुभाव तो फिर है ही। हाँ, गुरप्रीत चाल भाई होर कई सज्जन मित्र ने बड़े हस रहे ने, पता नहीं कड़ी गल हसी जाते ने। उधर भाई आस्ट्रेलिया तो स्नेह भेजी जाते ने, वो अपने तरीके नाल कहिंदे ने। सत श्री अकाल तां असीं सारिआं नूं इक्को गल च बुला दिंदे आ जी, वी सारे मित्रां दोस्तां नूं पहली गल तां आ मेरे ते संतोख सिंह गिल दे वल्लों बहुत बहुत धन्नवाद, बहुत बहुत प्यार ते सत्कार भरी सत श्री अकाल कबूल करियो। शुरू करदे आ रेडियो चन्न परदेसी दा अज दा प्रोग्राम पंजाबी सत। सोमवार दा दिन है जी, भारत दे विच मंगलवार हो चुके है, सवेर दा टाइम है, क्यों गिल साहब? जी जी बिलकुल, मंगलमई होना चाहिए सारा कुछ, सा पूरा मंगलमई हो कल मैं खबर सुन रहा सी, पिछली बार भी वोटा हालांकि हवेली नाल घट पईआं सी करंटा इनू ट्रंप नूं, पर इहदे बावजूद जित गया सी। जो अंतरराष्ट्रीय मीडिया ਉਹ ਹੁਣ ਵੀ ਇਹੀ ਅੰਦਾਜ਼ੇ ਲਾਉਂਦਾ ਕਿ ਵੋਟਾਂ ਨੂੰ ਘੱਟ ਹੀ ਪੈਣੀਆਂ ਨੇ, ਪਰ ਜਿੱਤ ਨੇ ਫਿਰ ਵੀ ਜਾਣਾ, ਜਿਵੇਂ ਸਾਡੇ ਵਾਲਾ ਮੋਦੀ ਜਿੱਤ ਜਾਂਦਾ। ਗਿੱਲ ਸਾਹਿਬ, ਮੋਦੀ ਦੇ ਨਾਲ ਤੁਲਨਾ ਨਹੀਂ ਕਰ ਸਕਦੇ, ਅੱਜ ਮੈਂ ਤੁਹਾਨੂੰ ਇੱਕ ਗੱਲ ਦੇ ਉੱਤੇ ਜ਼ਰੂਰ ਕਹੂੰਗਾ ਕਿ ਇਹ ਜਿਹੜੀ ਚੋਣ ਹੈ ਇਹ ਤੁਹਾਡੇ ਰਾਸ਼ਟਰਪਤੀ ਦੇ ਵਾਂਗੂ ਹੈ, ਜਿਵੇਂ ਕਿ ਤੁਸੀਂ ਮੈਨੂੰ ਕਹਿੰਦੇ ਹੋ ਅੱਗੇ ਰਾਸ਼ਟਰਪਤੀ ਨੂੰ, ਜਿਵੇਂ ਕਈ ਵਾਰੀ ਦੇਸ਼ ਦੇ ਲੋਕ ਤਾਂ ਨਹੀਂ ਚੁਣਦੇ ਪਰ ਉਹਨੂੰ ਹੋਰ ਤਰੀਕੇ ਦੇ ਨਾਲ ਆਪਣੇ ਰਾਜ ਸਭਾ ਦੇ ਮੈਂਬਰ ਚੁਣਦੇ ਹੋਣਗੇ, ਇਹ ਤੁਹਾਨੂੰ ਪਤਾ ਹੁਣ ਉੱਥੇ ਦੀ ਚੋਣ ਕਿਵੇਂ ਹੁੰਦੀ ਹੈ। ਅਮਰੀਕਾ ਦੇ ਵਿੱਚ ਕੀ ਚੱਕਰ ਹੈ, ਇੱਕ ਪਾਸੇ ਰਾਜ ਸਭਾ ਦੇ ਮੈਂਬਰ ਜੀ ਜੀ, ਇੱਥੇ ਅਮਰੀਕਾ ਦੇ ਵਿੱਚ ਦੋ ਕਿਸਮ ਦੀ ਇਹ ਚੋਣ ਹੁੰਦੀ ਹੈ। ਨਵੰਬਰ 3 ਨੂੰ ਇਹ ਜਿਹੜੀ ਚੋਣ ਹੋਣੀ ਹੈ, ਹਮੇਸ਼ਾ ਹੀ ਹਰ 4 ਸਾਲ ਦੇ ਮਗਰੋਂ ਨਵੰਬਰ ਦੇ ਪਹਿਲੇ ਹਫ਼ਤੇ ਤੇ ਮੰਗਲਵਾਰ ਦੇ ਦਿਨ ਇਹ ਚੋਣ ਹੁੰਦੀ ਹੈ, ਇਹ ਦਿਨ ਪੱਕਾ ਹੈ, ਇਹਨੂੰ ਕੋਈ ਇਧਰ ਉਧਰ ਨਹੀਂ ਕਰ ਸਕਦਾ, ਇਹ ਗੱਲ ਤੈਅ ਹੈ। ਇੰਡੀਆ ਵਾਂਗੂ ਨਹੀਂ ਹੈਗਾ, ਜੇ ਕਰੋਨਾ ਆ ਗਈ ਅੱਗੇ ਪਿੱਛੇ ਕਰਦੇ ਹੋ, ਜਦ ਦੇਖਾਂਗੇ ਮੀਂਹ ਪੈਂਦਾ ਕਿ ਨਹੀਂ ਪੈਂਦਾ। ਦੂਜੀ ਗੱਲ, ਕੱਲ ਨੂੰ ਜਦੋਂ ਆਪਾਂ ਪ੍ਰੋਗਰਾਮ ਆਪਣਾ ਪੰਜਾਬੀ ਸੱਥ ਖਤਮ ਕਰਕੇ ਹਟਾਂਗੇ, ਉਧਰ ਨਾਲ ਦੀ ਨਾਲ ਹੀ ਕਲੀਵਲੈਂਡ ਓਹਾਇਓ ਦੇ ਵਿੱਚ ਸਟੇਟ ਦੇ ਵਿੱਚ ਡਿਬੇਟ ਸ਼ੁਰੂ ਹੋ ਜਾਣੀ ਹੈ ਦੋਨੋਂ ਕੈਂਡੀਡੇਟਾਂ ਦੇ ਵਿੱਚ। ਡੋਨਲਡ ਟਰੰਪ ਜਿਹੜੇ ਨੇ ਰਾਸ਼ਟਰਪਤੀ ਨੇ ਮੌਕੇ ਦੇ ਮੌਜੂਦਾ ਰਾਸ਼ਟਰਪਤੀ ਨੇ ਰਿਪਬਲਿਕਨ ਪਾਰਟੀ ਦੇ ਵੱਲੋਂ, ਤੇ ਦੂਜੇ ਪਾਸੇ ਕੈਂਡੀਡੇਟ ਨੇ ਜੀ ਜੋ ਬਾਈਡਨ ਜਿਹੜੇ ਕਿ ਡੈਮੋਕਰੇਟਿਕ ਪਾਰਟੀ ਦੇ ਵੱਲੋਂ ਨੇ। ਇਨ੍ਹਾਂ ਦੀ ਦੋਹਾਂ ਦੀ ਡਿਬੇਟ ਜਿਹੜੀ ਹੈ ਕੱਲ ਨੂੰ ਈਸਟਰਨ ਟਾਈਮ ਦੇ ਹਿਸਾਬ ਨਾਲ ਅਮਰੀਕਾ ਦੇ 9 ਵਜੇ ਜਾਣੀ ਸਾਡੇ ਇੱਥੇ 8 ਵਜੇ ਸ਼ਿਕਾਗੋ ਦੇ ਜਾਂ ਟਾਈਮ ਦੇ ਹਿਸਾਬ ਨਾਲ, ਜੇ ਆਪਾਂ ਕਹਿ ਦਈਏ ਸੈਂਟਰਲ ਟਾਈਮ ਦੇ ਹਿਸਾਬ ਨਾਲ, ਤੇ ਕੈਲੀਫੋਰਨੀਆ ਦੇ ਜਿਹੜੇ ਹੈ 6 ਵਜੇ, ਤੇ ਇਹ 3 ਜ਼ੋਨਾਂ ਦੇ ਵਿੱਚ ਅਮਰੀਕਾ ਵੰਡਿਆ ਹੋਇਆ, ਤੇ ਇੱਥੇ ਜਿਹੜੀ ਡਿਬੇਟ ਆ ਉਹ ਸ਼ੁਰੂ ਹੋਊਗੀ। 90 ਮਿੰਟ ਦੀ ਡਿਬੇਟ ਹੈ ਜਿਹੜੀ ਫਾਕਸ ਨਿਊਜ਼ ਦੇ ਮਾਡਰੇਟ ਜਿਹੜੇ ਬਹੁਤ ਹੀ ਸੁਲਝੇ ਹੋਏ ਬ੍ਰਾਡਕਾਸਟਰ ਕ੍ਰਿਸ ਵਾਲਿਸ, ਉਹਨਾਂ ਨੇ ਇਹ ਡਿਬੇਟ ਇਹਨਾਂ ਦੀ ਕਰਵਾਉਣੀ, ਪਹਿਲੀ ਡਿਬੇਟ ਜਿਹੜੀ ਹੈ ਇਹ ਜਿਹੜੀ ਹੈ ਡਿਬੇਟ। ਵੈਸੇ ਤਾਂ ਇਹ ਇੱਕ ਇੰਡੀਆਨਾ ਸਟੇਟ ਦੀ ਮੰਨੀ ਹੋਈ ਯੂਨੀਵਰਸਿਟੀ ਹੈ ਸਾਊਥ ਬੈਂਡ ਦੇ ਵਿੱਚ ਸਿਟੀ ਦੇ ਵਿੱਚ, ਉੱਥੇ ਦੇ ਜਿਹੜਾ ਕਾਲਜ ਹੈ ਉਹਦੇ ਵਿੱਚ ਹੋਣੀ ਸੀ ਪਰ ਕਿਸੇ ਕਾਰਨ ਦੇ ਕਰਕੇ, ਕੋਰੋਨਾ ਦੇ ਕਰਕੇ ਨਹੀਂ ਹੋ ਸਕੀ। ਪਰ ਇੱਕ ਗੱਲ ਜ਼ਰੂਰ ਹੈ, ਉੱਥੋਂ ਦੀ ਪੜ੍ਹੀ ਹੋਈ ਇੱਕ ਜਿਹੜੀ ਜੱਜ ਹੈ ਐਮੀ ਕੋਮੀ ਬੈਰਟ, ਉਹ ਹੁਣ ਡੋਨਲਡ ਟਰੰਪ ਨੇ ਸੁਪਰੀਮ ਕੋਰਟ ਦੇ ਲਈ ਚੋਣ ਦੇ ਵਾਸਤੇ ਉਹਦਾ ਨਾਂ ਰੱਖਿਆ। ਇਹ ਵੀ ਇੱਕ ਵਿਸ਼ਾ ਹੈਗਾ ਸਿਆਸਤ ਦਾ, ਹੁਣ ਉਹਨੂੰ ਚੁਣਨਾ ਜਾਂ ਨਹੀਂ ਚੁਣਨਾ ਇਹ ਤਾਂ ਹੁਣ ਦੇਖਣਗੇ, ਸਿਆਸਤ ਦੇਖੂਗੀ ਕਦੋਂ ਚੁਣਦੀ ਹੈ। ਪਰ ਬਹੁਤ ਸੁਲਝੀ ਹੋਈ ਜੱਜ ਹੈ, ਬੜੀ ਚਾਰੇ ਪਾਸਿਓਂ ਦੀ ਸਿਫਤ ਹੋ ਰਹੀ ਹੈ ਅਮਰੀਕਾ ਦੇ ਵਿੱਚ। ਖੈਰ ਆਪਾਂ ਉਧਰ ਆਈਏ, ਕੱਲ ਨੂੰ
ਜਦੋਂ ਆਪਣਾ ਪ੍ਰੋਗਰਾਮ ਖਤਮ ਹੋਇਆ ਇਹ ਡਿਬੇਟ ਸ਼ੁਰੂ ਹੋਣੀ ਹੈ ਤੇ 90 ਮਿੰਟ ਫਿਰ ਇਹ ਡਿਬੇਟ ਚੱਲਣੀ ਹੈ ਬਿਨਾਂ ਕਿਸੇ ਐਡਵਰਟਾਈਜ਼ਮੈਂਟ ਦੇ। ਉੱਥੇ ਜਿਹੜੇ ਨੇ ਸਵਾਲ ਜਵਾਬ ਹੋਣਗੇ ਦੋਹਾਂ ਦੇ ਵੱਲੋਂ। ਵਿਰੋਧੀ ਧਿਰ ਦਾ ਜਿਹੜਾ ਕੈਂਡੀਡੇਟ ਹੈ ਜੋ ਬਾਈਡਨ 47 ਸਾਲ ਤੋਂ ਸੈਨੇਟ ਦੇ ਵਿਚ ਹੈ, 47 ਸਾਲ ਤੋਂ ਸਿਆਸਤ ਦੇ ਵਿਚ ਹੈ, 3 ਡਿਬੇਟਾਂ ਪਹਿਲਾਂ ਉਹ ਕਰ ਚੁੱਕਿਆ, ਕਈ ਵਾਰੀ ਉਹ ਅਮਰੀਕਾ ਦੇ ਰਾਸ਼ਟਰਪਤੀ ਦੇ ਲਈ ਅੱਗੇ ਮਤਲਬ ਅਹੁਦੇਦਾਰ ਬਣਨ ਦੀ ਉਹਨੇ ਕੋਸ਼ਿਸ਼ ਕੀਤੀ ਹੈ। ਪਹਿਲੀ ਵਾਰੀ ਉਹ ਚੁਣਿਆ ਗਿਆ ਪਾਰਟੀ ਦੇ ਵੱਲੋਂ ਕਿ ਵੀ ਹੁਣ ਤੇਰੇ ਤੋਂ ਵਧੀਆ ਹੋਰ ਸਾਡੇ ਕੋਲ ਕੋਈ ਨਹੀਂ। ਇੱਕ ਪਾਸੇ ਉਹ ਹੈ, ਇੱਕ ਪਾਸੇ ਡੋਨਲਡ ਟਰੰਪ ਹੈ। ਡੋਨਲਡ ਟਰੰਪ ਇੱਕ ਬਿਜ਼ਨਸਮੈਨ ਆ, ਕੋਈ ਸਿਆਸੀ ਬੰਦਾ ਨਹੀਂ ਹੈਗਾ, ਸਿਆਸਤ ਨਾਲ ਜੁੜਿਆ ਨਹੀਂ ਸੀ ਜਦੋਂ ਤੱਕ ਇਹ ਇੱਥੇ ਦਾ ਰਾਸ਼ਟਰਪਤੀ ਨਹੀਂ ਬਣਿਆ। ਹੁਣ ਅੱਜ ਇਹ ਪੂਰਾ ਸਿਆਸਤਦਾਨ ਹੈ ਜਾਂ ਪਏ ਕਹਿ ਦਈਏ। ਡਿਬੇਟ ਆਉਣ ਤੋਂ ਪਹਿਲਾਂ ਇਹਦੇ ਤੇ ਵੱਡੇ ਵੱਡੇ ਇਲਜ਼ਾਮ ਲੱਗ ਚੁੱਕੇ ਨੇ। ਕੱਲ ਨਿਊਯਾਰਕ ਟਾਈਮ ਨੇ ਇਹਦੇ ਤੇ ਇਲਜ਼ਾਮ ਲਾਇਆ ਕਿ ਇਹਨੇ 17 ਸਾਲ ਦੇ ਵਿਚ 10 ਸਾਲ ਟੈਕਸ ਹੀ ਨਹੀਂ ਭਰਿਆ, ਜਾਂ ਟੈਕਸ ਭਰਿਆ ਬਹੁਤ ਥੋੜਾ ਜਾਂ ਘਾਟੇ ਚ ਭਰਿਆ। ਇੱਕ ਐਜ ਏ ਬਿਜ਼ਨਸਮੈਨ ਹੈ, ਇਹਦਾ ਹੱਕ ਹੈ, ਇਹ ਟੈਕਸ ਜਿਹੜੇ ਮਰਜ਼ੀ ਤਰੀਕੇ ਨਾਲ ਭਰੇ, ਚਾਹੇ ਘਾਟਾ ਦਿਖਾਵੇ ਚਾਹੇ ਵਾਧਾ ਦਿਖਾਵੇ, ਟੈਕਸ ਭਰਿਆ ਜ਼ਰੂਰ ਹੈ, ਚਾਹੇ ਉਹਦਾ ਬੈਨੀਫਿਟ ਲਿਆ ਚਾਹੇ ਇਹਨੇ ਟੈਕਸ ਭਰਿਆ, ਇਹ ਇਹਦੀ ਫਰਮ ਦੇ ਉੱਤੇ ਡਿਪੈਂਡ ਕਰਦਾ। ਇਹ ਗੱਲਾਂ ਇਹ ਸਾਡੇ ਕੰਮ ਦੀਆਂ ਨਹੀਂ ਹੈਗੀਆਂ, ਉਹ ਜੋ ਮਰਜ਼ੀ ਕਰਨ, ਇਹਦੇ ਉੱਤੇ ਇਨਕੁਆਰੀਆਂ ਹੋਣ ਜੋ ਮਰਜ਼ੀ ਹੋਣ। ਪਰ ਅੱਜ ਮੈਨੂੰ ਪਤਾ ਲੱਗਿਆ ਸਾਬਕਾ ਗਵਰਨਰ ਨਿਊਜਰਸੀ ਦੇ ਕ੍ਰਿਸ ਕ੍ਰਿਸਟੀ ਤੇ ਮੇਅਰ ਸੋਰੀ ਤੇ ਨਾਲ ਦੀ ਨਾਲ ਹੀ ਨਿਊਯਾਰਕ ਦੇ ਸਾਬਕਾ ਮੇਅਰ ਜੂਲੀਅਨ ਜਿਹੜੇ ਨੇ ਜੂਲੀਆਨੀ, ਇਨ੍ਹਾਂ ਦੋਹਾਂ ਨੇ ਇਹਨੂੰ ਕੋਈ ਸਲਾਹ ਦਿੱਤੀ ਹੈ? ਕਿੱਦਾਂ ਦੀ ਸਲਾਹ ਦਿੱਤੀ ਹੈ ਡਿਬੇਟ ਕਰਨ ਦੇ ਲਈ, ਇਹ ਤਾਂ ਹੁਣ ਕੱਲ ਨੂੰ ਪਤਾ ਲੱਗੂਗਾ। ਪਰ ਇਹ ਅਮਰੀਕਾ ਦੇ ਵਿਚ ਜਦੋਂ ਪਿਛਲੀ ਵਾਰੀ ਡਿਬੇਟ ਹੋਈ ਸੀ ਡੋਨਲਡ ਟਰੰਪ ਤੇ ਹਿਲਰੀ ਕਲਿੰਟਨ ਦੀ, ਉਦੋਂ 84 ਮਿਲੀਅਨ ਲੋਕਾਂ ਨੇ 84 ਮਿਲੀਅਨ ਲੋਕਾਂ ਨੇ ਡਿਬੇਟ ਸੁਣੀ ਸੀ ਜਾਂ ਦੇਖੀ ਸੀ। ਇਸ ਵਾਰੀ ਮੈਨੂੰ ਇਹ ਉਮੀਦ ਹੈ ਜਿਹੇ ਜੀ ਮੀਡੀਆ ਇੱਥੇ ਅਮਰੀਕਾ ਦਾ ਮੀਡੀਆ ਦੇ ਵਿਚ ਗੱਲਾਂ ਚੱਲ ਰਹੀਆਂ ਨੇ ਕਿ 150 ਮਿਲੀਅਨ ਲੋਕ ਜਿਹੜੀ ਇਹ ਡਿਬੇਟ ਨੂੰ ਦੇਖਣਗੇ ਜਾਂ ਸੁਣਨਗੇ। ਇੰਨਾ ਜਿਹੜੇ ਲੋਕਾਂ ਦੇ ਵਿਚ ਜਿਹੜੀ ਇਸ ਗੱਲ ਦੀ ਉੱਤੇ ਗੱਲ ਗਈ ਹੋਈ ਹੈ, ਉਤਸ਼ਾਹ ਆਪਾਂ ਕਹਿ ਦਈਏ, ਜਿੱਥੋਂ ਤੱਕ ਇਹ ਭਾਏ ਕਹਿ ਦਈਏ ਵੀ ਮੀਡੀਆ ਕੀ ਕਹਿੰਦਾ, ਜੋ ਕੁਛ CNN ਕਹਿੰਦੀ ਹੈ, MSNBC ਕਹਿੰਦੀ ਹੈ, ਜੋ ਜਾਂ ਪਏ ਕਹਿੰਦੇ BBC ਕਹਿੰਦੀ ਹੈ, ਇਹ ਗੱਲਾਂ ਦੁਨੀਆਂ ਦੇ ਉੱਤੇ ਜਾਂਦੀਆਂ ਨੇ, ਦੁਨੀਆਂ ਕੀ ਕਰਦੀ। ਅਮਰੀਕਾ ਦੇ ਵਿਚ ਵੀ ਜਿਵੇਂ ਇੰਡੀਆ ਦੇ ਵਿਚ ਕਮੋਦੀ ਮੀਡੀਆ ਜੋ ਕਹਿੰਦਾ, ਭਾਰਤ ਦੇ ਲੋਕਾਂ ਨੂੰ ਦੇ ਅੱਖਾਂ ਚ ਜਿਹਨੂੰ ਕਹਿੰਦੀ ਹੈ ਨਾ ਮਿੱਟੀ ਘੱਟਾ ਪਾਉਣ ਦੇ ਲਈ, ਉਹ ਕੁਛ ਅਮਰੀਕਾ ਦਾ ਮੀਡੀਆ ਵੀ ਬਹੁਤ ਕੁਛ ਕਰ ਰਿਹਾ। ਡੋਨਲਡ ਟਰੰਪ ਨੂੰ ਹਰਾਉਣ ਦੇ ਵਿਚ ਅਮਰੀਕਾ ਦਾ 90% ਮੀਡੀਆ ਕਸਰ ਨਹੀਂ ਛੱਡ ਰਿਹਾ। ਨਿਊਯਾਰਕ ਟਾਈਮ, ਵਾਸ਼ਿੰਗਟਨ ਟਾਈਮ, ਇਹ ਜਿਹੜੇ ਨੇ ਵੱਡੇ ਵੱਡੇ ਅਖਬਾਰ, LA ਟਾਈਮ, ਲੋਸ ਏਂਜਲ ਟਾਈਮ, ਇਹ ਜਿਹੜੇ ਨੇ ਹਰ ਪੱਖੋਂ ਕੋਸ਼ਿਸ਼ ਕਰ ਰਹੇ ਨੇ ਵੀ ਡੋਨਲਡ ਟਰੰਪ ਅੱਗੇ ਨੂੰ ਨਹੀਂ ਆਉਣਾ ਚਾਹੀਦਾ। ਕਿਉਂ ਕਰ ਰਹੇ ਨੇ ਇਹ ਉਹਨਾਂ ਨੂੰ ਪਤਾ ਹੋ, ਇਹਦੇ ਪਿੱਛੇ ਆਪਾਂ ਨੇ ਨਹੀਂ ਜਾਣਾ, ਇਹਨਾਂ ਦੀ ਮਰਜ਼ੀ ਹੋਣੀ ਹੈ। ਇੱਕੋ ਇੱਕ ਮੀਡੀਆ ਹੈਗਾ ਜਿਹੜਾ ਫਾਕਸ ਨਿਊਜ਼, ਜਿਹੜੀ ਕਿ ਬਹੁਤ ਵੱਡਾ ਇਹ ਵੀ ਅਦਾਰਾ ਹੈ, ਛੋਟਾ ਨਹੀਂ, ਜਿਵੇਂ ਤੁਸੀਂ ਕਹਿੰਦੇ ਹੁੰਦੇ ਨਾ NDTV, ਉਹ ਕਈ ਵਾਰੀ ਸੱਚੀਆਂ ਖਬਰਾਂ ਕਰਦਾ, ਇੱਥੇ ਵੀ ਕਰ ਰਿਹਾ, ਸੱਚੀਆਂ ਕਰਦਾ ਝੂਠੀਆਂ ਕਰਦਾ ਤਾਂ ਸਮਾਂ ਆਉਣ ਤੇ ਪਤਾ ਲੱਗ ਜੂ, ਪਰ ਉਹ ਇਹਦੀ ਸਪੋਰਟ ਤੇ ਜ਼ਰੂਰ ਹੈਗਾ। ਹੁਣ ਇਹ ਦੇਖਣਾ ਹੈਗਾ ਕੱਲ ਦੀ ਡਿਬੇਟ ਦੇ ਵਿਚ ਵੀ ਕੀ ਲੋਕਾਂ ਦੇ ਉੱਤੇ ਇਹਦਾ ਕੀ ਅਸਰ ਪੈਂਦਾ। ਬਹੁਤੇ ਲੋਕ ਅਮਰੀਕਾ ਦੇ ਆਪਣਾ ਮਨ ਬਣਾਈ ਬੈਠੇ ਨੇ, 36 ਦਿਨ ਰਹਿੰਦੇ ਨੇ ਇਲੈਕਸ਼ਨ ਦੇ ਵਿਚ, ਪਰ 35 ਦਿਨ ਕੱਲ ਨੂੰ ਰਹਿ ਜਾਣੇ, 35-34 ਦਿਨਾਂ ਦੇ ਵਿਚ ਲੋਕਾਂ ਦੇ ਮਨ ਬਣੇ ਹੋਏ ਨੇ। ਪਰ ਨੌਜਵਾਨ ਤਬਕਾ ਜਿਹੜਾ, ਜੇ ਮੈਂ ਇਹ ਕਹਿ ਦਵਾਂ, ਨੌਜਵਾਨ ਤਬਕਾ ਜੋ ਬਾਈਡਨ ਦੇ ਨਾਲ ਹੈ, ਕਿਉਂਕਿ ਅੱਜ ਕੱਲ ਦੁਨੀਆਂ ਦੇ ਵਿਚ ਨੌਜਵਾਨ ਜਿਹੜੇ ਲੋਕ ਨੇ, ਚਾਹੇ ਉਹ ਸੋਸ਼ਲਿਜ਼ਮ ਦੀ ਜਿਹੜਾ ਬੰਦਾ ਗੱਲ ਕਰਦਾ, ਕਮਿਊਨਿਜ਼ਮ ਦੀ ਜਿਹੜਾ ਬੰਦਾ ਗੱਲ ਕਰਦਾ, ਉਹਨਾਂ ਦੀਆਂ ਗੱਲਾਂ ਨੌਜਵਾਨ ਤਬਕੇ ਦੇ ਦਿਮਾਗ ਦੇ ਵਿਚ ਛੇਤੀ ਜਾਂਦੀਆਂ ਨੇ।
ਜਾਣੀਆਂ ਵੀ ਚਾਹੀਦੀਆਂ ਨੇ ਕਿਉਂਕਿ ਲੋਕਾਂ ਲੋਕ ਪੱਖੀ ਗੱਲਾਂ ਹੁੰਦੀਆਂ ਨੇ ਪਰ ਉਹਨੂੰ ਲਾਗੂ ਕਿਵੇਂ ਕਰਦੇ ਨੇ ਇਹ ਬਾਅਦ ਦੀਆਂ ਗੱਲਾਂ ਨੇ ਕਿ ਉਹ ਪਾਰਟੀਆਂ ਜਿਹੜੇ ਨਾਅਰੇ ਮਾਰਦੀਆਂ ਨੇ ਸੋਸ਼ਲਿਜ਼ਮ ਦੇ ਕਮਿਊਨਿਜ਼ਮ ਦੇ ਜਦੋਂ ਪਾਵਰ ਚ ਆਉਂਦੀਆਂ ਨੇ ਕਿ ਉਹ ਲਾਗੂ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਇਹ ਵੱਖਰੀ ਗੱਲ ਹੈ ਇਹ ਦੇਖਣ ਵਾਲੀ ਗੱਲ ਹੁਣ ਸਮਾਂ ਦੱਸੂਗਾ ਇੱਕ ਤਾਂ ਇਹ ਗੱਲ ਦੂਜੀ ਗੱਲ ਜਿਹੜੀ ਕੋਰੋਨਾ ਦੇ ਉੱਤੇ ਜਿਹੜੀ ਦੁਨੀਆਂ ਦੇ ਉੱਤੇ ਕੋਰੋਨਾ ਦੀ ਮਹਾਂਮਾਰੀ ਚੱਲੀ ਹੈ ਗਿੱਲ ਸਾਹਿਬ ਕੋਰੋਨਾ ਦੇ ਉੱਤੇ ਅੱਜ ਇੱਕ ਬੜੀ ਖੁਸ਼ੀ ਦੀ ਗੱਲ ਅਮਰੀਕਾ ਦੇ ਵਿੱਚ ਫੈਲੀ ਹੈ ਡੋਨਲਡ ਟਰੰਪ ਨੇ ਇੱਥੇ ਹੁਣ ਤੋਂ 3 ਘੰਟੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਇਹ ਖਬਰ ਜਿਹੜੀ ਹੈ ਬਾਹਰ ਆਈ ਹੈ ਕਿ ਕੋਰੋਨਾ ਵਾਇਰਸ ਦੇ ਉੱਤੇ ਜਿਹੜਾ ਵੈਕਸੀਨ ਹੈ ਉਹ ਤਿਆਰ ਆਲਮੋਸਟ ਹੋ ਚੁੱਕਿਆ ਇੱਕ ਤਾਂ ਜਿਹੜਾ ਕਿ ਹੈ ਪੂਰੇ ਦਾ ਪੂਰਾ FDA ਵੱਲੋਂ ਫੈਡਰਲ ਜਿਹੜੀ ਹੈ ਡਰੱਗ ਜਿਹੜੀ ਹੈ ਏਜੰਸੀ ਦੇ ਵੱਲੋਂ ਅਪਰੂਵਡ ਹੋ ਚੁੱਕਿਆ ਉਹ ਬੜੀ ਜਲਦੀ ਡਿਸਟਰੀਬਿਊਟ ਹੋ ਜਾਊਗਾ ਵੱਖੋ ਵੱਖਰੀਆਂ ਫਾਰਮੇਸੀ ਚ ਹਸਪੀਟਲਾਂ ਚ ਜਿੱਥੇ ਜਿੱਥੇ ਜਾਣਾ ਚਾਹੀਦਾ ਬੜੀ ਵੱਡੀ ਪੱਧਰ ਤੇ ਕੱਲ ਤੋਂ ਸ਼ੁਰੂ ਹੋ ਜਾਣਾ ਦੂਜੀ ਜਿਹੜੀ ਗੱਲ ਹੈ ਟੈਸਟਿੰਗ ਕਿੱਟ ਜਿਹੜੀ ਕੋਰੋਨਾ ਦੀ ਜਿਹੜੀ ਕਿ ਅੱਗੇ ਟੈਸਟਿੰਗ ਕਿੱਟ ਹੁੰਦੀ ਸੀ ਵੀ ਤੁਸੀਂ ਜਾਣੇ ਹੋ ਤੁਸੀਂ ਟੈਸਟ ਕਰਾਉਂਦੇ ਹੋ ਅਮਰੀਕਾ ਦੇ ਵਿੱਚ ਕਿਸੇ ਜਗ੍ਹਾ ਜਿੱਥੇ ਜਿੱਥੇ ਜਗ੍ਹਾ ਜਗ੍ਹਾ ਬਣੀਆਂ ਹੋਈਆਂ ਨੇ ਤੁਹਾਨੂੰ ਘੱਟ ਤੋਂ ਘੱਟ 48 ਘੰਟੇ ਤੋਂ ਵੱਧ ਸਮਾਂ ਲੱਗਦਾ ਸੀ ਤੇ ਜਦੋਂ ਤੁਹਾਡੇ ਕੋਲ ਰਿਪੋਰਟ ਪਹੁੰਚਦੀ ਸੀ ਤਿੰਨ ਚਾਰ ਦਿਨ ਵੀ ਲੱਗ ਜਾਂਦੇ ਸੀ ਹੁਣ ਇੱਕ ਨਵੀਂ ਕਿੱਟ ਜਿਹੜੀ ਤਿਆਰ ਇਹਨਾਂ ਨੇ ਕੀਤੀ ਹੈ ਜਿਹੜੀ ਕਿ 15 ਮਿੰਟ ਦੇ ਵਿੱਚ ਵਿੱਚ ਤੁਹਾਨੂੰ ਰਿਪੋਰਟ ਦੇ ਦੂਗੀ ਤੁਹਾਨੂੰ ਕਰੋਨਾ ਹੈਗੀ ਜਾਂ ਨਹੀਂ ਤੁਸੀਂ ਘਰੇ ਵੀ ਕਰ ਸਕਦੇ ਹੋ ਗੱਲ ਸਾਹਿਬ ਇੱਥੇ ਦੱਸਣ ਵਾਲੀ ਗੱਲ ਇਹ ਹੈ ਅਮਰੀਕਾ ਦੇ ਵਿੱਚ ਪ੍ਰੈਗਨੈਂਸੀ ਦੇ ਵਿੱਚ ਇੱਥੇ ਤੁਸੀਂ ਕਿਸੇ ਵੀ ਸਟੋਰ ਤੋਂ ਜਾ ਕੇ ਜਿਹੜਾ ਜਿੱਥੇ ਡਰੱਗ ਜਣੀ ਸਪਲਾਈ ਹੁੰਦੀ ਹੈ ਜਿਹਨੂੰ ਡਰੱਗ ਤਾਂ ਮੈਂ ਉਹ ਕਹਿਣਾ ਜਿੱਥੇ ਦਵਾਈਆਂ ਸਪਲਾਈ ਹੁੰਦੀਆਂ ਦਵਾਈਆਂ ਵਾਲੇ ਸਟੋਰ ਤੋਂ ਉਹ ਚੀਜ਼ ਕਿੱਟ ਲੈ ਸਕਦੇ ਹੋ ਕੋਈ ਵੀ ਲੇਡੀ ਜਿਹੜੀ ਆਪਣੇ ਆਪ ਨੂੰ ਚੈੱਕ ਕਰ ਸਕਦੀ ਹੈ ਉਹਨੂੰ ਕਿ ਮੈਂ ਪ੍ਰੈਗਨੈਂਟ ਹੈਗੀ ਜਾਂ ਨਹੀਂ ਹੈਗੀ ਇਹ ਇੱਦਾਂ ਦੀ ਸਿਮਿਲਰ ਇਹ ਜਿਹੜੀ ਕਿੱਟ ਬਣਾਈ ਗਈ ਹੈ ਜਿਹੜੀ ਕਿ ਤੁਸੀਂ ਖੁਦ ਵੀ ਘਰੇ ਵੀ ਜੇ ਚਾਹੋ ਆਪਣੇ ਆਪ ਨੂੰ ਟੈਸਟ ਕਰ ਸਕਦੇ ਹੋ ਮੈਨੂੰ ਕੋਰੋਨਾ ਹੈਗੀ ਜਾਂ ਨਹੀਂ 15 ਮਿੰਟ ਚ ਤੁਹਾਨੂੰ ਰਿਜ਼ਲਟ ਇਹਦਾ ਆ ਜਾਂਦਾ ਬੜਾ ਈਜ਼ੀ ਬੜਾ ਸਿੰਪਲ ਕੋਈ ਇਹਦੇ ਨਾਲ ਸੂਈ ਨਹੀਂ ਲਾਉਣੀ ਪੈਂਦੀ ਕੋਈ ਚੈੱਕ ਨਹੀਂ ਕੋਈ ਜ਼ਿਆਦਾ ਨਹੀਂ ਕੁਛ ਕਰਨਾ ਪੈਂਦਾ ਬਿਲਕੁਲ ਇੱਕ ਛੋਟੀ ਜਿਹੀ ਸਿਲਾਈ ਹੈ 5 ਇੰਚ ਦੀ ਤੁਹਾਨੂੰ ਆਪਣੇ ਨੱਕ ਦੇ ਖੱਬੇ ਪਾਸੇ ਤੇ ਸੱਜੇ ਪਾਸੇ 3-3 ਵਾਰੀ ਘੁਮਾਉਣੀ ਪੈਂਦੀ ਹੈ ਫਿਰ ਇੱਕ ਦਵਾਈ ਹੈ ਜਿਹੜੀ ਕਿ ਉਹਨੂੰ 6 ਬੂੰਦ ਤੁਸੀਂ ਇੱਕ ਜਗ੍ਹਾ ਰੱਖ ਕੇ ਉਹ ਜਿਹੜੀ ਸਿਲਾਈ ਨੱਕ ਚ ਘੁਮਾਈ ਹੈ ਉਹਦੇ ਵਿੱਚ ਪਾ ਦਿਓ 15 ਮਿੰਟ ਚ ਤੁਹਾਨੂੰ ਰਿਜ਼ਲਟ ਦੇ ਦੇਊਗੀ ਇਹ ਗਰੰਟੀ ਹੈ ਗਰੰਟਡ ਇਹ ਸਭ ਤੋਂ ਵੱਡੀ 2 ਜਿਹੜੀਆਂ ਨੇ ਚੀਜ਼ਾਂ ਕੋਰੋਨਾ ਵਾਇਰਸ ਦੇ ਕਰਕੇ ਇਹ ਅੱਜ ਇਹ ਗੱਲ ਸਾਹਮਣੇ ਆਈ ਹੈ ਤੀਜੀ ਜਿਹੜੀ ਖ਼ਬਰ ਹੈ ਅਮਰੀਕਾ ਨਾਲ ਜੁੜੀ ਹੋਈ ਆਪਾਂ ਨੇ ਇੱਕ ਦਿਨ ਗੱਲ ਸਾਂਝੀ ਕੀਤੀ ਸੀ ਮਾਈਕ ਬਲੂਮਬਰਗ ਬਹੁਤ ਵੱਡਾ ਅਮੀਰ ਜਿਹੜਾ ਨਿਊਯਾਰਕ ਦੇ ਵਿੱਚ ਹੈ ਜਿਹੜਾ ਕਿ ਡੋਨਲਡ ਟਰੰਪ ਦੇ ਖਿਲਾਫ਼ ਹੈ ਡੈਮੋਕ੍ਰੇਟਿਕ ਪਾਰਟੀ ਦੇ ਨਾਲ ਸਬੰਧ ਰੱਖਦਾ ਉਹਨੇ $100 million ਫਲੋਰਿਡਾ ਦੇ ਵਿੱਚ ਇਸ ਕਰਕੇ ਦਿੱਤਾ ਸੀ ਜਿਹੜੇ ਬੰਦੇ ਜੇਲਾਂ ਦੇ ਵਿੱਚ ਚਲੇ ਗਏ ਫਲੋਨੀ ਚਾਰਜਾਂ ਦੇ ਕਰਕੇ ਉਹਨਾਂ ਤੇ ਕੋਈ ਚਾਰਜ ਲੱਗੇ ਜੇਲ ਚਲੇ ਗਏ ਉਹਨਾਂ ਦੀ ਜਮਾਨਤ ਹੋਈ ਜਮਾਨਤ ਭਰਨ ਦੇ ਪੈਸੇ ਨਹੀਂ ਵੀ ਮੈਂ ਉਹਨਾਂ ਦੇ ਪੈਸੇ ਦਊਂਗਾ ਵੀ ਉਹ ਬਾਹਰ ਆਉਣ ਜੇ ਉਹ ਪੈਸੇ ਬੌਂਡ ਭਰ ਕੇ ਆਪਣਾ ਬਾਹਰ ਆ ਜਾਂਦੇ ਉਹ ਵੋਟ ਪਾਉਣ ਦੇ ਹੱਕਦਾਰ ਨੇ ਹੁਣ ਇਹ ਪਤਾ ਲੱਗਿਆ ਹੋ ਸਕਦਾ ਮਿੰਨੀ ਮਾਈਕ ਦੇ ਉੱਤੇ ਕੇਸ ਚੱਲ ਸਕਦਾ ਕਿ ਵੋਟ ਖਰੀਦਣ ਦਾ ਇਹ ਵੀ ਅੱਜ ਦੀਆਂ ਖ਼ਬਰਾਂ ਅਮਰੀਕਾ ਦੀਆਂ ਹੈਗੀਆਂ ਨੇ ਹੋਰ ਕਈ ਖ਼ਬਰਾਂ ਇੱਦਾਂ ਦੀਆਂ ਹੈਗੀਆਂ ਨੇ ਪਰ ਇੰਨੀਆਂ ਬਹੁਤ ਨੇ ਅੱਜ ਦੀਆਂ ਬਾਕੀ ਕੱਲ ਕਰਾਂਗੇ ਕਿਉਂਕਿ ਕੱਲ ਨੂੰ ਬਹੁਤ ਵੱਡਾ ਦਿਨ ਹੈ ਅਮਰੀਕਾ ਦੇ ਵਿੱਚ ਹਰ ਇੱਕ ਬੰਦਾ ਰੈਡੀ ਹੈ ਇਹਨਾਂ ਦੀ ਡਿਬੇਟ ਦੇਖਣ ਦੇ ਲਈ ਓਹਾਇਓ ਸਟੇਟ ਦਾ ਕਲੀਵਲੈਂਡ ਸਿਟੀ ਜਿਹੜਾ ਹੈਗਾ ਉਹ ਸਜਾਇਆ ਗਿਆ ਉੱਥੇ ਜਿਹੜੇ ਬੰਦੇ ਜਾਣਗੇ ਕੋਰੋਨਾ ਟੈਸਟ ਹੋ ਕੇ ਜਾਣਗੇ ਜਾਂ ਜਿਨ੍ਹਾਂ ਨੇ 24 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਾਇਆ ਗਿਆ ਉਹ ਵੀ ਹਾਜ਼ਰ ਹੋਣਗੇ ਬਾਕੀ ਹਰ ਬੰਦਾ ਜਿਹੜਾ ਉਹ TV ਦੇ ਉੱਤੇ ਬੈਠਿਆ ਹੋਊਗਾ ਕੱਲ ਨੂੰ ਅਮਰੀਕਾ ਦਾ ਹਰੇਕ ਸਿਟੀਜਨ ਉਹ ਡਿਬੇਟ ਸੁਣੂਗਾ ਉਸ ਤੋਂ ਮਗਰੋਂ ਫੈਸਲਾ ਕਰਨ ਦੀ ਉਹ ਕੋਸ਼ਿਸ਼ ਕਰੂਗਾ ਵੋਟ ਪਾਉਣੀ ਕਿਨੂੰ ਜੀ ਗਿੱਲ ਸਾਹਿਬ ਤੁਹਾਡੀ ਠੀਕ ਹੈ ਕਿ ਬਹਿਸ ਜਿਹੜੀ ਆ ਤੁਹਾਡੇ ਮੁਲਕ ਚ ਚੰਗੀ ਰਵਾਇਤ ਆ ਬਈ ਬਹਿਸ ਕਰਾਈ ਜਾਂਦੀ ਆ ਔਰ ਇਹ ਰਵਾਇਤ ਕਾਇਮ ਰਹਿਣੀ ਚਾਹੀਦੀ ਆ ਚੰਗੀ ਰਵਾਇਤ ਹੈ ਤੇ ਇਸ ਗੱਲ ਦੀ ਪੰਗ ਸਾਡੇ ਵੀ ਕਈ ਵਾਰ ਹੋਈ ਆ ਪਰ ਕਿਉਂਕਿ ਸਾਡੇ ਰਾਸ਼ਟਰਪਤੀ ਦੀ ਸਿੱਧੀ ਚੋਣ ਹੁੰਦੀ ਸੀਗੀ ਉਹ ਆਮ ਲੋਕਾਂ ਵੱਲੋਂ ਨਹੀਂ ਚੁਣਿਆ ਜਾਂਦਾ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਚੁਣਿਆ ਜਾਂਦਾ
ਇਸ ਕਰਕੇ ਸਾਡੇ ਇੱਥੇ ਇਹ ਗੱਲਾਂ ਪੋਸੀਬਲ ਹੈ ਨਹੀਂ ਗੀਆਂ, ਪਰ ਚਲੋ ਕੋਈ ਗੱਲ ਨਹੀਂ ਹੈ। ਪਰ ਤੁਹਾਡਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਰਾਸ਼ਟਰਪਤੀ ਦੇ ਬਰਾਬਰ ਹੁੰਦਾ ਹੈ, ਸਾਡੇ ਰਾਸ਼ਟਰਪਤੀ ਦੇ। ਚਲੋ ਉਹਨੂੰ ਵੀ ਇੱਕ ਵੱਖਰਾ ਇਸ਼ੂ ਆ, ਉਹ ਆਪਾਂ ਬਹਿਸ ਦਾ ਹਿੱਸਾ ਨਹੀਂ ਆਪਣੀ ਦਾ, ਉਹ ਛੇੜ ਲਿਆ ਪਰ ਅੱਜ ਸਾਰਾ ਪ੍ਰੋਗਰਾਮ ਇਹਦੇ ਵਿੱਚ ਚੱਲ ਜੂ, ਉਹਨੂੰ ਮੈਂ ਨਹੀਂ ਖੇਡਦਾ। ਪਰ ਮਤਲਬ ਮੈਂ ਤਾਂ ਇੰਨੀ ਗੱਲ ਹੀ ਕਹਿੰਦਾ ਵੀ ਕਿਉਂਕਿ ਦੁਨੀਆਂ ਦਾ ਇੱਕ ਵੱਡਾ ਮੁਲਕ ਹੈ ਅਮਰੀਕਾ, ਉਹਦੀਆਂ ਨੀਤੀਆਂ ਦਾ ਅਸਰ ਸਾਰੀ ਦੁਨੀਆਂ ਦੇ ਉੱਤੇ ਪੈਂਦਾ, ਚਾਹੇ ਉਹ ਛੋਟੇ ਮੁਲਕ ਨੇ, ਚਾਹੇ ਉਹ ਵੱਡੇ ਮੁਲਕ ਨੇ, ਚਾਹੇ ਉਹ ਤਰੱਕੀ ਯਾਫਤਾ ਮੁਲਕ ਨੇ, ਜਾਂ ਉਹ ਪਛੜੇ ਹੋਏ ਮੁਲਕ ਨੇ, ਤੀਜੀ ਦੁਨੀਆਂ ਦੇ ਮੁਲਕ ਨੇ, ਉਹਨਾਂ ਸਾਰਿਆਂ ਦੇ ਉੱਤੇ ਅਮਰੀਕਾ ਦੀਆਂ ਨੀਤੀਆਂ ਦਾ ਅਸਰ ਪੈਂਦਾ। ਸੋ ਇਸ ਕਰਕੇ ਇਹ ਦਿਲਚਸਪੀ ਸਿਰਫ ਅਮਰੀਕਾ ਦੇ ਲੋਕਾਂ ਦੀ ਨਹੀਂ ਹੈ ਵੀ ਰਾਸ਼ਟਰਪਤੀ ਕੌਣ ਬਣਦਾ, ਇਹ ਦਿਲਚਸਪੀ ਸਾਡੀ ਵੀ ਹੈ ਵੀ ਅਸੀਂ ਵੀ ਦੇਖੀਏ ਵੀ ਦੁਨੀਆਂ ਦੇ ਵੱਡੇ ਮੁਲਕ ਦਾ ਰਾਸ਼ਟਰਪਤੀ ਕੌਣ ਬਣਦਾ ਤੇ ਉਹਦੀਆਂ ਨੀਤੀਆਂ ਦਾ ਅਸਰ ਸਾਡੇ ਮੁਲਕ ਦੇ ਉੱਤੇ ਕੀ ਪੈਂਦਾ, ਇਹ ਅਸੀਂ ਵੀ ਆਉਣ ਵਾਲੇ ਦਿਨਾਂ ਚ ਜਿਹੜਾ ਚੁਕਾ ਕੇ ਰੱਖਾਂਗੇ। ਤੇ ਬਿਲਕੁਲ ਮੀਡੀਆ ਜਿਹੜਾ ਤੁਹਾਡਾ ਮੀਡੀਆ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ, ਅਸੀਂ ਕਿਵੇਂ ਦੇਖਦੇ ਹਾਂ, ਇਹ ਦੇਖਣ ਦੇ ਨਜ਼ਰੀਏ ਚ ਫਰਕ ਆ। ਲੇਕਿਨ ਕੱਲ ਜਿਹੜੀ ਗੱਲ ਮੈਂ ਦੇਖ ਰਿਹਾ ਸੀਗਾ ਵੀ ਟੈਕਸ ਚੋਰੀ ਦੇ ਮਾਮਲੇ ਚ ਵੱਡੇ ਵੱਡੇ ਇਲਜ਼ਾਮ ਜਿਹੜੇ ਨੇ ਉਹ ਇਹਦੇ ਉੱਪਰ ਲੱਗੇ ਨੇ ਡੋਨਲਡ ਟਰੰਪ ਦੇ ਉੱਤੇ। ਤੇ ਹੁਣ ਜਿਹੜੇ ਲੋਕੀ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਜਿਹੜੇ ਪੰਜਾਬੀ, ਮੈਂ ਇਹ ਕਹੂੰਗਾ ਜਿਹਨਾਂ ਚ ਤੁਸੀਂ ਵੀ ਸ਼ਾਮਲ ਹੋ, ਵੀ ਉਹ ਇਸ ਗੱਲ ਨੂੰ ਕੋਈ ਬੁਰਾ ਨੀ ਮੰਨਣ ਨੂੰ ਤਿਆਰ ਹੈਗੇ ਵੀ ਜੋ ਟੈਕਸ ਚੋਰੀ ਕਰਦਾ ਤੇ ਉਹ ਕਹਿੰਦੇ ਕੋਈ ਗੱਲ ਨੀ ਸਾਰੀ ਕਰਦੇ ਨੇ ਜੀ। ਤੇ ਮਤਲਬ ਕਿਸੇ ਗੱਲ ਨੂੰ ਕੋਈ ਜਾਨਬਦਾਰੀ ਜਾਂ ਜਿਹਨੂੰ ਕਹਿੰਦੇ ਨੇ ਗੱਲ, ਸਭ ਤੁਸੀਂ ਤੁਸੀਂ ਭੁਲੇਖੇ ਚੋਂ, ਤੁਸੀਂ ਭੁਲੇਖੇ ਚੋਂ। ਨਹੀਂ ਦੇਖੋ ਤੁਸੀਂ ਨਾ, ਮੈਨੂੰ ਪੂਰਾ ਪਤਾ ਵੀ ਟੈਕਸ ਸਾਰੇ ਚੋਰੀ ਕਰਦੇ, ਸਾਡੀ ਆਪਣੀ ਸੋਚ ਹੋ ਸਕਦੀ ਹੈ ਵੀ ਸਾਰੇ ਕਰਦੇ, ਮੈਨੂੰ ਵੀ ਕਰ ਲੈਣਾ ਚਾਹੀਦਾ, ਠੀਕ ਹੈ, ਹਰ ਇੱਕ ਦੇ ਆਪਣੇ ਆਪਣੇ ਵਿਚਾਰ ਨੇ, ਮੈਂ ਨਾ ਪਿੱਛੇ ਨਹੀਂ ਆਪਾਂ ਬਹਿਸ ਕਰਦੇ। ਪਰ ਇੱਕ ਗੱਲ ਜ਼ਰੂਰ ਹੈ, ਟੈਕਸ ਦੇ ਵਿੱਚ ਬਹੁਤ ਲੂਪਹੋਲਾਂ ਨੇ। ਇਹ ਡਜ਼ ਨਾ ਮੈਟਰ ਵੀ ਤੁਸੀਂ ਕਿੰਨੇ ਅਮੀਰ ਹੋ, ਕਿੰਨੇ ਅਮੀਰ ਹੋ ਸਕਦੇ ਹੋ, ਪਰ ਤੁਹਾਡੇ ਟੈਕਸਿੰਗ ਦੀ ਗੱਲ ਐਂਡ ਆਫ ਦਾ ਈਅਰ ਜਦੋਂ ਆਉਂਦੀ ਹੈ ਉਹਦੇ ਉੱਤੇ ਇੱਕ ਗੱਲ ਪੱਕੀ ਹੈ ਕਿ ਤੁਸੀਂ ਅਗਰ ਆਪਣੇ ਟੈਕਸ, ਤੁਹਾਡਾ ਅਕਾਊਂਟੈਂਟ ਟੈਕਸ ਫਾਈਲਿੰਗ ਦੇ ਵੇਲੇ ਤੁਹਾਡੀਆਂ ਸਾਰੀਆਂ ਫਰਮਾਂ, ਜਿੰਨੇ ਕਿ ਵੱਡੇ ਵੱਡੇ ਅਮੀਰ ਵੀ ਹੋ ਤੁਸੀਂ, ਫਿਰ ਵੀ ਤੁਹਾਨੂੰ ਉਹ ਘਾਟਾ ਦਿਖਾਉਂਦਾ ਚਾਹੇ ਉਹ ਨਫਾ ਦਿਖਾਉਂਦਾ, ਉਹਦੀ ਆਡਿਟ ਹੁੰਦੀ ਹੈ। ਆਡਿਟ ਹੋਣ ਦੇ ਉੱਤੇ ਜੇ ਤੁਹਾਨੂੰ ਕੋਈ ਹੁੰਦਾ ਫਿਰ ਤੁਹਾਨੂੰ ਜੁਰਮਾਨਾ ਵੀ ਹੋ ਜਾਂਦਾ, ਇਹ ਤਾਂ ਕੋਈ ਗੱਲ ਨਹੀਂ, ਤੁਹਾਨੂੰ ਬਹੁਤ ਭਰਨੇ ਵੀ ਪੈ ਜਾਂਦੇ ਨੇ, ਲਾਇਬਿਲਟੀ ਵੱਧਦੀ ਵੀ ਹੈ। ਪਰ ਅਗਰ ਜੇ ਤੁਹਾਡੇ ਕੋਲ ਵਾਕਈ ਠੀਕ ਹੈ, ਤੁਸੀਂ ਮਨੀ ਮੇਕ ਕਰੀ ਹੈ, ਪਰ ਜੇ ਤੁਹਾਡੇ ਖਰਚੇ ਜ਼ਿਆਦਾ ਨੇ, ਭਾਵੇਂ ਖਰਚੇ ਕਿਸੇ ਰੂਪ ਚ ਵੀ ਨੇ, ਉਹ ਤੁਹਾਨੂੰ ਉਹਨਾਂ ਦਾ ਕ੍ਰੈਡਿਟ ਲੈ ਸਕਦੇ ਹੋ, ਲੈਣੇ ਹੋ, ਫਿਰ ਕੋਈ ਨੁਕਸਾਨ ਨਹੀਂ ਉਹਦਾ। ਦੂਜੀ ਗੱਲ ਜਿਹੜੇ ਸਾਡੇ ਬੰਦਿਆਂ ਦੀ ਗੱਲ, ਸਭ ਮੈਂ ਆਪਣੇ ਬੰਦਿਆਂ ਦੀ ਗੱਲ ਕਰਦਾ, ਮੈਂ ਹੁਣ ਕਿਸੇ ਦੇ ਖਿਲਾਫ਼ ਨਹੀਂ, ਸਾਡੇ ਬੰਦਿਆਂ ਦੀ ਗੱਲ, ਪੰਜਾਬੀਆਂ ਦੀ ਗੱਲ ਮੈਂ ਦੱਸਣ ਲੱਗਿਆ ਹੁਣ ਤੁਹਾਨੂੰ, ਪੰਜਾਬੀਆਂ ਦੀ ਗੱਲ ਦੱਸਣ ਲੱਗਿਆ, ਪੰਜਾਬੀ ਬੰਦਿਆਂ ਦੀ, ਬੰਦਿਆਂ ਨੇ ਘਰ ਖਰੀਦੇ, ਬਿਜ਼ਨਸ ਆਪਣਾ, ਹੌਲੀ ਹੌਲੀ ਕੀ ਕੀਤਾ, ਘਰ ਆਪਣੀ ਇਕੱਲੀ ਘਰ ਵਾਲੀ ਦੇ ਨਾਂ ਕਰਾ ਤਾ, ਬਿਜ਼ਨਸ ਵੀ ਆਪਣੀ ਘਰ ਵਾਲੀ ਦੇ ਨਾਂ ਕਰਾ ਦਿੱਤਾ, ਪਰ ਮਾਂ ਦੇ ਪੁੱਤ ਨੇ ਉਸ ਤੋਂ ਨਾਲ ਦੀ ਨਾਲ ਹੀ ਉਹਨੂੰ ਘਾਟੇ 'ਚ ਦਿਖਾਉਣਾ ਸ਼ੁਰੂ ਕਰਤਾ, ਉਸ ਤੋਂ ਪਹਿਲੀ ਬੈਂਕਰਪਸੀ ਫਾਇਲ ਕਰਤੀ, ਜਿਹੜੀਆਂ ਵੱਡੀਆਂ ਵੱਡੀਆਂ ਚੀਜ਼ਾਂ, ਟਰੱਕ ਲਿਆ ਆਪਣੇ ਨਾਂ ਦੇ ਉੱਤੇ, ਪਰ ਘਰ ਜਿਹੜਾ ਆਪਣੇ ਘਰ ਵਾਲੀ ਦੇ ਨਾਂ ਉੱਤੇ ਹੈ, ਕੰਪਨੀ ਜਿਹੜੀ ਫਰਮ ਹੈ, ਟਰੱਕਿੰਗ ਫਰਮ ਜਿਹੜੀ ਆ, ਬਿਜ਼ਨਸ ਦੀ ਫਰਮ, ਚਾਹੇ ਉਹ ਗੈਸ ਸਟੇਸ਼ਨ ਹੈ, ਚਾਹੇ ਉਹ ਟਰੱਕ ਹੈ, ਕੁਛ ਵੀ ਹੈ, ਉਹ ਲਿਆ ਆਪਣੇ ਨਾਂ ਉੱਤੇ, ਪਰ ਘਰ ਜਿਹੜਾ ਹੈ, ਦੂਜਾ ਜਿਹੜਾ ਪੈਸਾ ਉਹ ਸਾਰਾ ਘਰ ਵਾਲੀ ਦੇ ਨਾਂ ਉੱਤੇ, ਤੇ ਪੇਪਰਾਂ ਦੇ ਵਿੱਚ ਡਿਵੋਰਸ ਵੀ ਕਰ ਲਿਆ ਘਰ ਵਾਲੀ ਦੇ ਨਾਲ, ਤੁਸੀਂ ਕੱਖ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਟੈਕਸ ਨਾਲ ਜੋੜ ਲਾ ਲਓ। ਆਪਣੇ ਪੰਜਾਬੀ ਬੰਦੇ ਸਾਡੇ ਨੇੜੇ ਰਹਿੰਦੇ ਨੇ, ਸਾਰੇ ਇਹ ਕੰਮ ਕਰ ਰਹੇ ਨੇ, ਸਾਰਿਆਂ ਦਾ ਮਤਲਬ ਇਹ ਹੈ 60% ਬੰਦਿਆਂ ਨੇ ਇਹ ਕੰਮ ਸ਼ੁਰੂ ਕਰ ਲਏ, ਹੁਣ ਕਿਉਂ ਕਰਦੇ ਨੇ ਉਹ? ਬਿਲਕੁਲ ਬਿਲਕੁਲ ਤੁਸੀਂ ਸਹੀ ਹੋ,
ਮੈਂ ਫਰੈਂਡ ਨਹੀਂ ਪੈਣਾ, ਪਰ ਗੱਲ ਇਹ ਆ ਵੀ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਲੱਖ ਦਾ ਸੂਟ ਪਾ ਸਕਦੇ ਨੇ ਤੇ ਖੁਦ ਨੂੰ ਫਕੀਰ ਦੱਸਦੇ ਨੇ ਤੇ ਮੋਰ ਨੂੰ ਫਕੀਰ ਨੇ ਜੀ ਉਹਨੇ ਕਿਹੜਾ ਕਿਸੇ ਨੂੰ ਘਰ ਵਾਲੀ ਨੂੰ ਦਿਖਾਉਣਾ ਮੈਂ ਕੀ ਪਾਇਆ ਹੋਇਆ, ਫਕੀਰ ਬੰਦੇ ਨੇ ਗੱਲ ਇਹ ਆ ਵੀ ਹੁਣ ਮੈਂ ਕੱਲ ਸੁਣ ਰਿਹਾ ਸੀ ਰਵੀਸ਼ ਨੇ ਇਹਦੇ ਉੱਤੇ ਲੰਬਾ ਚੌੜਾ ਪ੍ਰੋਗਰਾਮ ਦਿੱਤਾ NDTV ਨੇ ਵੀ ਬਾਲ ਸ਼ਿੰਗਾਰਨ ਤੇ 50 ਲੱਖ ਰੁਪਇਆ ਲਾ ਦਿੰਦਾ ਡੋਨਲਡ ਟਰੰਪ ਜਦੋਂ ਕਿਸੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਜਾਣਾ ਕੱਲੇ ਬਾਲ ਸ਼ਿੰਗਾਰਨ ਤੇ 50 ਲੱਖ ਰੁਪਇਆ ਲਾ ਦਿੰਦਾ ਤੇ ਇੰਨਾ ਉਹ ਟੈਕਸ ਨੀ ਕਰੇ ਸਾਲ ਤੇ ਦਿੰਦਾ ਜਿੰਨਾ ਉਹ ਆਪਣੇ ਇੱਕ ਵਾਰੀ ਬਾਲ ਸ਼ਿੰਗਾਰਨ ਤੇ ਪੈਸੇ ਲਾ ਦਿੰਦਾ। ਨਹੀਂ 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 ਗੱਲ ਸਾਹਿਬ ਰਵੀਸ਼ ਨੇ ਜਿਹੜੀ ਤੁਸੀਂ ਗੱਲ ਕਹੀ ਆ ਤੁਸੀਂ ਗਲਤ ਸਮਝੀ ਆ। ਡੋਨਲਡ ਟਰੰਪ ਨੇ ਬਾਲ ਲਵਾਏ ਹੋਏ ਨੇ, ਉਹਦੇ ਅਸਲੀ ਬਾਲ ਨਹੀਂ ਹੈਗੇ, ਜਿਹੜੇ ਉਹਨੇ ਪਹਿਲਾਂ ਬਾਲ ਲਵਾਏ ਸੀ। ਮੇਰੀ ਗੱਲ ਸੁਣੋ, ਜਿਹੜੇ ਪਹਿਲਾਂ ਬਾਲ ਲਵਾਏ ਸੀ ਪਤਾ ਨੀ ਕਿੱਦਾਂ ਦੇ ਲਵਾਏ ਹੋਣੇ ਹੋਣਗੇ, ਪਰ ਕਈ ਵਾਰੀ ਉਹਦੇ ਸੁਨਹਿਰੀ ਜੇ ਹੁੰਦੇ ਨੇ, ਕਈ ਵਾਰੀ ਚਿੱਟੇ ਹੁੰਦੇ ਨੇ, ਕਈ ਵਾਰੀ ਰੰਗ ਲਾਉਣ ਦੇ ਉੱਤੇ ਉਹਨੂੰ ਠੀਕ ਕਰਨ ਦੇ $50 ਲੱਖ ਨਹੀਂ ਲੱਗਦਾ। ਰਵੀਸ਼ ਨੇ ਖਾਣੀ ਕਿੱਥੋਂ ਰਿਪੋਰਟ ਇਕੱਠੀ ਕਰੀ ਹੈ। ਹਾਂ, ਲਵਾਉਣ ਦੇ ਉੱਤੇ ਕਿਵੇਂ ਲਵਾਏ ਹੋਣਗੇ, ਇਹ ਲੱਗੇ ਹੋਣਗੇ ਰੁਪਈਆ ਨੇ, ਚਲੋ ਉਹ ਕਹਿੰਦਾ ਲਾ ਤੇ ਹੋਣੇ, ਪਰ ਫਿਰ ਵੀ ਇੰਨੇ ਨਹੀਂ ਲੱਗਦੇ। ਰੰਗ ਕਰਨ ਦੇ ਉੱਤੇ ਘਰ ਵੀ ਕਰ ਸਕਦੇ ਹੋ, ਜਾਂ ਹਜੇ ਟਰੰਪ ਨੇ ਕਰੇ ਹੁੰਦੇ ਨੇ, ਥੋੜੇ ਜਿਹੇ ਲੱਗਦੇ ਆ। ਜਿਹੜੇ ਅਖਬਾਰ ਦੀ ਤੁਸੀਂ ਹੁਣੇ ਗੱਲ ਕਰਦੇ ਹੈਗੇ ਹੋ, ਉਹਨੇ ਉਹਦੀਆਂ ਰਿਪੋਰਟਾਂ ਸਾਡੇ ਸਾਹਮਣੇ ਰੱਖੀਆਂ, ਉਹਨੇ ਉਹਦੇ ਮੁਤਾਬਕ ਹੀ ਉਹਨੇ ਸਾਰੀ ਗੱਲ ਕਹੀ ਆ। ਆਖਿਰ ਜੇ ਉਹਦੇ ਕੋਲ ਗੱਲ ਕਹੀ ਆ ਤੇ ਗੱਲ ਚ ਦਮ ਜ਼ਰੂਰ ਹੋਊਗਾ, ਕਿਉਂਕਿ ਰਵੀਸ਼ ਸਾਹਿਬ ਦੇ ਨਾਮੀ ਪੱਤਰਕਾਰ ਦੇ ਵਿੱਚ ਉਹਦਾ ਨਾਂ ਸ਼ੁਮਾਰ ਹੈ ਤੇ ਉਹ ਕੋਈ ਗੱਲ ਐਵੇਂ ਹਵਾ ਚ ਨਹੀਂ ਕਦੇ ਵੀ ਕਰਦਾ, ਆਖਿਰ ਉਹਦੀ ਗੱਲ ਚ ਦਮ ਜ਼ਰੂਰ ਹੁੰਦਾ। ਚਲੋ, ਹੁਣ ਮੇਰੇ ਮੁਤਾਬਕ ਇਹ ਆ ਵੀ ਆਪਣਾ ਅੱਧਾ ਸਮਾਂ ਬੀਤ ਗਿਆ, ਇੱਧਰ ਵਾਲੀਆਂ ਗੱਲਾਂ ਸ਼ੁਰੂ ਕਰਨ ਤੋਂ ਪਹਿਲਾਂ ਬ੍ਰੇਕ ਲੈਣੀ ਹੈ ਕਿ ਜਾਂ ਚੱਕ ਦੀਏ ਕੰਮ ਨੂੰ ਸਿੱਧਾ ਹੀ? ਨਹੀਂ, ਬ੍ਰੇਕਾਂ ਦਾ ਇਹਦੇ ਚ ਕੋਈ ਕੰਮ ਨੀ। ਦੇਖੋ ਗੱਲ ਸਾਹਿਬ ਏਦਾਂ, ਜਦੋਂ ਤੱਕ ਅਮੈਰੀਕਾ ਦੀ ਇਲੈਕਸ਼ਨ ਹੈ, ਅਮੈਰੀਕਾ ਦੀਆਂ ਗੱਲਾਂ ਅਸੀਂ ਕਰਨੀਆਂ ਨੇ, ਕਰਦੇ ਰਹਿਣਾ ਚਾਹੀਦਾ ਸਾਨੂੰ, ਕਿਉਂਕਿ ਲੋਕ ਜਾਣਨਾ, ਦੁਨੀਆਂ ਜਾਣਨਾ ਚਾਹੁੰਦੀ ਹੈ ਅਮੈਰੀਕਾ ਚ ਕੀ ਹੋ ਰਿਹਾ। ਇਲੈਕਸ਼ਨ 3 ਨਵੰਬਰ ਨੂੰ ਹੈ, 35 ਦਿਨ ਨੇ, ਜਰੂਰ ਚੱਲਣਾ ਜੀ ਜੀ। ਇਹ ਕੱਲ ਨੂੰ ਡਿਬੇਟ ਵੀ ਹੋਣੀ ਹੈ, ਪਰਸੋਂ ਡਿਬੇਟ ਦੇ ਉੱਤੇ ਆਪਣੀ ਚਰਚਾ ਵੀ ਹੋਣੀ ਹੈ, ਕਿਵੇਂ ਹੋਣੀ ਹੈ, ਹਰ ਇੱਕ ਦੇ ਆਪਣਾ ਆਪਣਾ ਸਮਾਜ ਕਿਵੇਂ ਨਿਕਲਣਾ। ਇੱਕ ਗੱਲ ਦੱਸੋ, ਤੁਸੀਂ ਸਾਰਾ ਕੁਝ ਛੱਡੋ ਪਰੇ, ਸ਼ਹੀਦ ਭਗਤ ਸਿੰਘ ਦੀ ਜਨਮ ਦਿਨ, ਉਹਦੇ ਉੱਤੇ ਸੇਕ ਲਈਆਂ ਰੋਟੀਆਂ ਫਿਰ ਸਾਰਿਆਂ ਨੇ? ਗੱਲ ਕੱਲ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਸੀਗਾ ਤੇ ਕੱਲ ਲਗਭਗ ਸਾਰੇ ਰਾਜਨੀਤਿਕ ਧਿਰਾਂ ਜਿਹੜੀਆਂ ਨੇ ਉਹਨਾਂ ਚੋਂ ਕਈ ਹੁਸੈਨੀ ਵਾਲਾ ਗਈਆਂ ਤੇ ਕਈ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਪਹੁੰਚੀਆਂ ਤੇ ਕੈਪਟਨ ਅਮਰਿੰਦਰ ਸਿੰਘ ਵੀ ਕੱਲ ਖਟਕੜ ਕਲਾਂ ਪਹੁੰਚੇ ਹੋਏ ਸੀ, ਚੰਦੂਵਾਲਾ ਤੇ ਉਹਦੀ ਕੰਪਨੀ ਵੀ ਪੂਰੀ ਉੱਥੇ ਪਹੁੰਚੀ ਹੋਈ ਸੀ। ਉਧਰ ਆਮ ਆਦਮੀ ਪਾਰਟੀ ਦੇ ਜਿਹੜੇ ਹਰਪਾਲ ਚੀਮਾ ਉਹ ਵੀ ਆਪਣੀ ਪੂਰੀ ਟੀਮ ਸਮੇਤ ਉੱਥੇ ਗਏ ਹੋਏ ਸੀ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਛੋਟੀਆਂ ਵੱਡੀਆਂ, ਚਾਹੇ ਉਹ ਕਾਂਗਰਸਾਂ ਦੀਆਂ ਪਾਰਟੀਆਂ ਹੋਣ ਜਾਂ ਦੂਜੀਆਂ ਪਾਰਟੀਆਂ, ਉਹ ਵੀ ਸਾਰੇ ਲੋਕ ਕੱਲ ਉੱਥੇ ਗਏ ਹੋਏ ਸੀ, ਬੈਂਸ ਭਰਾ ਵੀ ਉਧਰ ਨੂੰ ਨਿਕਲੇ ਹੋਏ ਸੀ। ਸੋ ਕੁੱਲ ਮਿਲਾ ਕੇ ਸਾਰੇ ਲੋਕਾਂ ਨੇ ਇਸ ਪਾਸੇ ਨੂੰ ਮੂੰਹ ਕੀਤਾ ਹੋਇਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹ, ਕਿਉਂਕਿ ਕੇਜਰੀਵਾਲ ਜਿਹੜਾ ਉਹ ਹੁਣ ਕਈ ਮਸ਼ਹੂਰ ਸੀ ਇਹਨਾਂ ਗੱਲਾਂ ਲਈ ਵੀ ਧਰਨਾ ਧੁਰਨਾ ਮਾਰਨ ਨੂੰ, ਸਰਕਾਰ ਬਣਨ ਤੋਂ ਪਹਿਲਾਂ ਵੀ ਉਹ ਬੜੇ ਧਰਨੇ ਮਾਰਦਾ ਸੀ ਤੇ ਸਰਕਾਰ ਬਣਨ ਤੋਂ ਬਾਅਦ ਵੀ ਉਹ ਕਈ ਵਾਰ LG ਦੇ ਦਫ਼ਤਰ ਚ, ਲੈਫਟੀਨੈਂਟ ਗਵਰਨਰ ਦੇ ਦਫ਼ਤਰ ਚ ਧਰਨੇ ਮਾਰ ਕੇ ਬਹਿ ਜਾਂਦਾ ਸੀ। ਸੋ ਕੱਲ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੇਤੀ ਕਾਨੂੰਨਾਂ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਲਈ ਜਾਂ ਆਪਣੀ ਸਰਕਾਰ ਦਾ ਵਿਰੋਧ ਪ੍ਰਗਟ ਕਰਨ ਲਈ ਕੱਲ ਉਹਨੇ ਖਟਕੜ ਕਲਾਂ ਦੀ ਧਰਤੀ ਤੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਸਮਾਰਕ ਹੈ ਉਹਦੇ ਉੱਤੇ ਫੁੱਲ ਅਰਪਣ ਕਰਨ ਤੋਂ ਬਾਅਦ ਉਹਦੀ ਪੂਰੀ ਟੀਮ ਸਮੇਤ ਹਰੀਸ਼ ਰਾਵਤ ਸਮੇਤ ਉਹਨਾਂ ਦੀ ਪਤਨੀ ਤੇ ਸਮੇਤ ਹੋਰ ਜਿਹੜੇ ਉਹਨਾਂ ਦੇ ਕੈਬਨਿਟ ਦੇ ਵਜ਼ੀਰ ਤੇ ਪਾਰਟੀ ਦੇ ਜਿਹੜੇ ਲੀਡਰ ਨੇ ਸੁਨੀਲ ਜਾਖੜ ਵਗੈਰਾ ਉਹ ਸਾਰੇ ਉੱਥੇ ਪਹੁੰਚੇ ਹੋਏ ਸੀ ਤੇ ਉਹਨਾਂ ਸਾਰਿਆਂ ਨੇ ਬਾਅਦ ਦੇ ਵਿੱਚ ਫਿਰ ਧਰਨਾ ਲਾਇਆ। ਇਹ ਗੱਲ ਵੱਖਰੀ ਆ ਵੀ ਜਿਹੜਾ ਕੇਜਰੀਵਾਲ ਆ ਉਹ ਤਾਂ ਧੁੱਪੇ ਵੀ ਧਰਨਾ ਮਾਰ ਕੇ ਬਹਿ ਜਾਂਦਾ ਵਾ, ਪਰ ਸਾਡਾ ਰਾਜਾ ਇਹ ਕੂਲਰ ਕਾਲਰ ਜਿਹੇ ਲਾਏ ਹੋਏ ਸੀ ਉੱਥੇ ਤੇ ਥੱਲੇ ਗੱਦੇ ਵਜਾਏ ਹੋਏ ਸੀਗੇ
ਗਿੱਲ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲ ਪਾਰਟੀ ਬਣਾਈ ਸੀ ਇਹ ਵੀ ਉਹ ਮਿੱਟੀ ਦੀ ਸਹੁੰ ਖਾਣ ਗਿਆ ਸੀ ਪਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਪਾਰਟੀ ਅਕਾਲੀ ਦਲ ਨੇ ਤੁਹਾਨੂੰ ਪਤਾ ਕਈ ਏਕੜਾਂ ਚ ਪਾਣੀ ਛੱਡਤਾ ਸੀ ਵੀ ਉੱਥੇ ਕਿਤੇ ਤੰਬੂ ਨਾ ਲਾਲ ਹੁਣ ਕਿਸੇ ਨੇ ਪਾਣੀ ਛੱਡਿਆ ਹੁਣ ਕਿਸੇ ਨੇ ਏਦਾਂ ਦਾ ਕੁਛ ਕਰਿਆ ਅਗਲਿਆਂ ਦੀ ਸਰਕਾਰ ਹੈ ਉਦੋਂ ਵਿਰੋਧੀਆਂ ਦੀ ਸਰਕਾਰ ਸੀ ਤੇ ਉਹ ਮੈਂ ਤਾਂ ਕਹਿੰਦਾ ਹੁੰਦਾ ਵਾ ਵੀ ਅਸਲ ਚ ਤਾਂ ਲੋਕਾਂ ਨੂੰ ਸੌਣ ਸੀ ਭੁਲੇਖਾ ਪੈ ਗਿਆ ਉਹ ਬਈ ਪੀਪਲ ਪਾਰਟੀ ਨੀ ਸੀ ਜੋ ਪਿੱਪਲ ਪਾਰਟੀ ਸੀ ਉਹ ਪਿੱਪਲ ਪਾਰਟੀ ਸੀ ਤੇ ਪਿੱਪਲ ਬਣ ਗਿਆ ਉਹ ਅਗਰੋਟਾ ਬਾਲੀ ਦੀ ਤਿਆਰੀ ਚ ਤੇ ਕੱਲ ਚੱਕਰ ਮੰਦਰ ਸਿੰਘ ਨੇ ਉੱਥੇ ਆਪਣੇ ਭਾਸ਼ਣ ਚ ਇੱਕ ਗੱਲ ਕਹੀ ਆ ਜਾਂ ਪੱਤਰਕਾਰਾਂ ਨੇ ਜਦੋਂ ਉਹਨਾਂ ਨੂੰ ਸਵਾਲ ਪੁੱਛੇ ਤਾਂ ਉਹਨਾਂ ਨੇ ਇੱਕ ਗੱਲ ਕਹੀ ਆ ਉਹ ਕਹਿੰਦੇ ਬਈ ਜਿਹੜੀ ਇਹ ਇੱਕ ਪਾਸੇ ਤੁਸੀਂ ਐਜੂਕੇਸ਼ਨ ਦਿਲਾਉਣ ਲੱਗੇ ਹੋਏ ਹੋ ਦੂਜੇ ਪਾਸੇ ਤੁਸੀਂ ਇਹੀ ਕਹਿੰਦੇ ਹੋ ਵੀ ਮੈਂ ਸੁਪਰੀਮ ਕੋਰਟ ਚੋਂ ਖਿਲਾਫ਼ ਕੇਸ ਦਾਇਰ ਕਰਨਾ ਵਾ ਤੇ ਉਹ ਕਹਿੰਦਾ ਹਾਂ ਬਿਲਕੁਲ ਕਰਨਾ ਕਹਿੰਦਾ ਕੱਲ ਹੀ ਹੋ ਵੀ ਭਾਵ ਅੱਜ ਹੁਣ ਸਾਡੇ ਦਿਨ ਚੱਲਣ ਵਾਲਾ ਚੜ੍ਹੀ ਗਿਆ ਅੱਜ ਮੇਰੇ ਦਿੱਲੀ ਤੋਂ ਦੋ ਵੱਡੇ ਵਕੀਲ ਮੈਨੇਜਰ ਸੀ ਜਿਹੜੇ ਨੇ ਉਹਨਾਂ ਨੂੰ ਡਾਕਟਰ ਸਾਹਿਬ ਨੇ ਬੁਲਾਇਆ ਹੈ ਉਹਨਾਂ ਦਾ ਵਿਚਾਰ ਚਰਚਾ ਕਰਨ ਤੋਂ ਬਾਅਦ ਅੱਜ ਦਿਨ ਦੇ ਵਿੱਚ ਇਹ ਐਲਾਨ ਹੋਣਾ ਮੈਨੂੰ ਕਿਸੇ ਕੋਲ ਨਹੀਂ ਸਮਝ ਆਇਆ ਵੀ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਖਾਰ ਜਾਏਗੀ ਤੁਹਾਡਾ ਜੀ ਕਿਉਂਕਿ ਜਿਹੜੇ ਖੇਤੀ ਦਾ ਸੰਬੰਧਿਤ ਵਪਾਰ ਹੈ ਜਿਹੜਾ ਤਾਂ ਅੰਤਰਰਾਜੀ ਵਪਾਰ ਆ ਯਾਨੀ ਇੱਕ ਸਟੇਟ ਤੋਂ ਦੂਜੀ ਸਟੇਟ ਨਾਲ ਉਹਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਕੇਂਦਰ ਦੀ ਸਰਕਾਰ ਕੋਲ ਆ ਪਰ ਜਿਹੜਾ ਸਮਦਰਸੀ ਉਹਨੂੰ ਅਸੀਂ ਕਹਿੰਦੇ ਹਾਂ ਜਿਹੜਾ ਮਤਲਬ ਕਾਮਨ ਕੌਜ ਦਾ ਜਿਹੜਾ ਹੈਗਾ ਉਹਦੇ ਚ ਸੂਬਿਆਂ ਦੀਆਂ ਸਰਕਾਰਾਂ ਵੀ ਦਖਲ ਦੇ ਸਕਦੀਆਂ ਨੇ ਤੇ ਕੇਂਦਰ ਦੀ ਸਰਕਾਰ ਵੀ ਕਾਨੂੰਨ ਬਣਾ ਸਕਦੀ ਆ ਪਰ ਜਿਹੜੀ ਖੇਤੀ ਆ ਉਹ ਸਟੇਟ ਸਬਜੈਕਟ ਚ ਆਉਂਦੀ ਆ ਉਹ ਸੂਬਿਆਂ ਦੇ ਅਧਿਕਾਰ ਖੇਤਰ ਚ ਆਉਂਦੀ ਆ ਤੇ ਉਹ ਸੂਬੇ ਦੇ ਵਿੱਚ ਕਿਹੜੀ ਖੇਤੀ ਕਰਨੀ ਆ ਕਿਹੜੀ ਨੂੰ ਰੋਕ ਲੈਣੀ ਆ ਜਿਵੇਂ ਤੁਸੀਂ ਦੇਖਦੇ ਹੋ ਵੀ ਪੰਜਾਬ ਦੇ ਵਿੱਚ ਤੁਸੀਂ ਅਫੀਮ ਦੀ ਖੇਤੀ ਨਹੀਂ ਕਰ ਸਕਦੇ ਕਿਉਂਕਿ ਇੱਥੋਂ ਦੀ ਸਰਕਾਰ ਨੇ ਅਲਾਓ ਨਹੀਂ ਕੀਤਾ ਹੋਇਆ ਪਰ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਅਫੀਮ ਦੀ ਖੇਤੀ ਅਲਾਓ ਕੀਤੀ ਹੋਈ ਆ ਆਪਣੇ ਆਪਣੇ ਸੂਬਿਆਂ ਦੇ ਵਿੱਚ ਇਹਦਾ ਮਤਲਬ ਇਹ ਆ ਵੀ ਉਹਦੇ ਚ ਕੇਂਦਰ ਦਾ ਦਖਲ ਨਹੀਂ ਹੈਗਾ ਇਹ ਜਿਹੜੀ ਸੂਬਿਆਂ ਦੇ ਵਿੱਚ ਖੇਤੀ ਵਾਲੇ ਮਾਮਲੇ ਚ ਜਿਹੜਾ ਕੇਂਦਰ ਨੇ ਕਾਨੂੰਨ ਬਣਾਇਆ ਅਸਲ ਚ ਪਿਆਰਾ ਜੀ ਇਹ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਇੱਕ ਵੱਡਾ ਛਾਪਾ ਮਾਰਿਆ ਗਿਆ ਤੇ ਇਸੇ ਗੱਲ ਨੂੰ ਆਧਾਰ ਬਣਾ ਕੇ ਕੈਪਟਨ ਸਾਹਿਬ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦੀਆਂ ਤਿਆਰੀਆਂ ਚ ਨੇ ਤੇ ਇਹ ਕਹਿੰਦੇ ਨੇ ਵੀ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਇਸ ਮੁੱਦੇ ਦੇ ਉੱਤੇ ਖੜਕਾ ਲਾਂਗੇ ਹਾਲਾਂਕਿ ਕੱਲ ਜਿਹੜਾ ਲੰਘ ਗਿਆ ਕੱਲ ਐਤਵਾਰ ਸੋਮਵਾਰ ਨੂੰ ਕੇਰਲਾ ਦੇ ਇੱਕ ਕਾਂਗਰਸੀ ਲੋਕ ਸਭਾ ਮੈਂਬਰ ਜਿਹੜੇ ਨੇ ਉਹਨਾਂ ਨੇ ਪਹਿਲੇ ਹੀ ਸੁਪਰੀਮ ਕੋਰਟ ਦਾ ਦਰਵਾਜ਼ਾ ਕੱਲ ਖੜਕਾਇਆ ਕੱਲ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਆਪਣੇ ਵੱਲੋਂ ਇੱਕ ਕੇਸ ਦਾਇਰ ਕੀਤਾ ਤੇ ਉਹ ਕੇਸ ਦਾ ਕੀ ਨਤੀਜਾ ਨਿਕਲੂਗਾ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਸਾਡੇ ਸੂਬੇ ਦੀ ਸਰਕਾਰ ਵੀ ਇਸ ਗੱਲ ਲਈ ਪੂਰੀ ਤਿਆਰੀ ਕਰ ਰਹੀ ਆ ਕੱਲ ਕੈਪਟਨ ਸਾਹਿਬ ਨੇ ਜਦੋਂ ਇਹ ਸਵਾਲ ਪੁੱਛਿਆ ਵੀ ਤੁਸੀਂ ਇਹਦਾ ਇਸ ਢੰਗ ਨਾਲ ਵਿਰੋਧ ਕਿਉਂ ਕਰਦੇ ਹੋ ਉਹ ਕਹਿੰਦਾ ਵੀ ਮੈਨੂੰ ਐ ਲੱਗੇ ਕਹਿੰਦਾ ਵੀ ਜਿਹੜੀ ਇਸ ਵੇਲੇ ਕੇਂਦਰ ਦੀ ਸਰਕਾਰ ਆ ਇਹਨੇ ਸੂਬਿਆਂ ਵਾਸਤੇ ਛੱਡਣਾ ਹੀ ਕੁਛ ਨੀਗਾ ਤੇ ਜੇ ਸੂਬਿਆਂ ਵਾਸਤੇ ਛੱਡਣਾ ਹੀ ਕੁਛ ਨੀ ਫਿਰ ਅਸੀਂ ਸੂਬਿਆਂ ਦੇ ਵਿੱਚ ਕਰਨਾ ਕੀ ਆ ਤੇ ਫਿਰ ਮੁੱਖ ਮੰਤਰੀ ਦੀ ਲੋੜ ਕਿਹੜੀ ਆ ਇੱਥੇ ਕੋਈ ਚਿੰਦਾ ਹੀ ਲਾ ਰਹੀਆਂ ਕਹਿੰਦਾ ਫਿਰ ਇਹਨਾਂ ਦਫ਼ਤਰਾਂ ਨੂੰ ਤੇ ਕਿਉਂਕਿ ਜਿਹੜਾ ਹਾਲਾਤ ਜਿਸ ਤਰੀਕ ਨਾਲ ਮੋਦੀ ਸਾਹਿਬ ਬੁਲੇਟ ਟ੍ਰੇਨ ਨੂੰ ਦੱਬੀ ਕਰੇ ਜਾਂਦੇ ਨੇ ਆਹ ਵੀ ਕੇਂਦਰ ਦੇ ਕਬਜ਼ੇ ਉਹ ਵੀ ਕੇਂਦਰ ਦੇ ਕਬਜ਼ੇ ਪਹਿਲੇ ਦੇ ਵੀ ਕੇਂਦਰੀ ਕਾਨੂੰਨ ਪਹਿਲੇ ਦੇ ਵੀ ਕੇਂਦਰੀ ਕਾਨੂੰਨ ਉਹ ਕਹਿੰਦਾ ਵੀ ਮੈਨੂੰ ਐ ਲੱਗਦਾ ਸੂਬਿਆਂ ਦੇ ਪੱਲੇ ਇਹਨਾਂ ਨੇ ਛੱਡਣਾ ਹੀ ਕੋਈ ਨੀਗਾ ਫਿਰ ਫੇਰ ਸੂਬਿਆਂ ਕੋਈ ਲੜਾਈ ਟੁੱਟਣਾ ਹੋਰ ਕੋਈ ਚਾਰਾ ਵੀ ਨਹੀਂ ਜਾਂਦਾ ਜੀ ਥੋੜਾ ਜੀ ਗਿੱਲ ਸਾਹਿਬ ਕੱਲ ਇੱਕ ਇਹਨਾਂ ਨੇ ਦਿੱਲੀ ਦੇ ਵਿੱਚ ਵੀ ਹੁਣ ਕੋਸ਼ਿਸ਼ ਆ ਮੈਂ ਤੁਹਾਨੂੰ ਇਸ ਗੱਲ ਨੂੰ ਦੂਜੇ ਪਾਸੇ ਲੈ ਕੇ ਆਊਂਗਾ ਜਿਸ ਤਰੀਕੇ ਦੇ ਨਾਲ ਸਾਰੀਆਂ ਸਿਆਸੀ ਪਾਰਟੀਆਂ ਸਣੇ ਆਪ ਸਣੇ ਅਕਾਲੀ ਦਲ ਸਣੇ ਕਾਂਗਰਸ ਇਸ ਘੋਲ ਦੇ ਵਿੱਚ ਕੁੱਦੀਆਂ ਨੇ ਕਾਂਗਰਸ ਨੇ ਦਿੱਲੀ ਦੇ ਉੱਤੇ ਜਾ ਕੇ
ਜਿਸ ਤਰੀਕੇ ਦੇ ਨਾਲ ਟਰੱਕ ਦੇ ਵਿਚ ਇਕ ਐਸ਼ਰ ਟਰੈਕਟਰ ਪੁਰਾਣਾ ਲਿਜਾ ਕੇ ਜਿਹੜਾ ਕਿ 55 to 58 thousand ਦੇ ਵਿਚ ਬਠਿੰਡੇ ਤੋਂ ਖਰੀਦਿਆ ਸੀ ਉਹ ਲਿਜਾ ਕੇ ਉਹਨੂੰ ਅੱਗ ਲਾ ਕੇ ਥੱਲੇ ਸੁੱਟਿਆ ਪਹਿਲਾਂ ਥੱਲੇ ਸੁੱਟ ਕੇ ਅੱਗ ਲਾਈ ਟਰੱਕ ਚੋਂ ਫਿਰ ਉੱਥੇ ਮੈਨੂੰ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਕਾਂਗਰਸੀ ਬੰਦਾ ਜਦੋਂ ਟਰੱਕ ਥੱਲੇ ਟਰੈਕਟਰ ਥੱਲੇ ਗਿਰਿਆ ਉਹ ਆਪ ਛਾਲ ਮਾਰੀ ਛਾਲ ਮਾਰ ਕੇ ਉਹ ਵੀ ਮਾਂ ਦਾ ਪੁੱਤ ਫੱਟੜ ਹੋ ਗਿਆ ਸਿਆਲ ਮੌਸਮ ਮਸੀ ਬਚਿਆ ਉਹ ਅੱਗੇ ਇਹਨਾਂ ਨੂੰ ਆਦਤ ਤਾਂ ਹੈ ਨੀ ਏਦਾਂ ਛੜੱਪੇ ਛੁੱਟਪੇ ਮਾਰਨ ਦੀ ਉਹਨਾਂ ਨੇ ਫਿਰ ਕੇਸਰੀ ਪੱਗਾਂ ਬੰਨੀਆਂ ਹੋਈਆਂ ਸੀ ਕਈਆਂ ਨੇ ਰੋਡੇ ਸਿਰ ਕੇਸਰੀ ਪੱਗਾਂ ਕਿਸੇ ਦਾ ਸਿਰ ਨੰਗਾ ਕਿਸੇ ਦੇ ਕਿਸ ਤਰੀਕੇ ਨਾਲ ਕਿਸੇ ਦਾ ਲੜ ਛੱਡਿਆ ਇਹ ਕੀ ਦੱਸਣਾ ਚਾਹੁੰਦੇ ਨੇ ਭਗਤ ਸਿੰਘ ਦੀ ਕੁਰਬਾਨੀ ਨੂੰ ਕਿਹਦੇ ਨਾਲ ਮਿਲਣਾ ਚਾਹੁੰਦੇ ਨੇ ਇਹ ਲੋਕ ਔਰ ਕਿਸਾਨੀ ਘੋਲ ਨੂੰ ਕਿਵੇਂ ਇਹ ਖਤਮ ਕਰਨਾ ਚਾਹੁੰਦੇ ਨੇ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਗੱਲ ਸਾਹਿਬ ਸਾਰੀਆਂ ਸਿਆਸੀ ਪਾਰਟੀਆਂ ਵਿਚ ਆਪ ਵੀ ਲਾ ਲਓ ਇਕ ਕਿਸਮ ਦਾ ਕਿਸਾਨੀ ਘੋਲ ਨੂੰ ਬਿਲਕੁਲ ਖਤਮ ਕਰਨ ਦੇ ਮਨਸੂਬੇ ਦੇ ਨਾਲ ਬੈਠੀਆਂ ਨੇ ਉਹੀ ਕੰਮ ਕਰ ਰਹੀਆਂ ਨੇ ਜੀ ਸਹਿਮਤੀ ਨਹੀਂ ਹੈਗੀ ਕਾਰਨ ਇਹ ਆ ਬਈ ਇਹ ਠੀਕ ਹੈ ਬਈ ਸਾਡੇ ਇੱਥੇ ਇੱਕ ਭੇਡ ਚਾਲ ਮੈਨੂੰ ਸ਼ਬਦ ਵਰਤਦਾ ਮੈਂ ਭੇਡ ਚਾਲ ਆ ਸਾਡੇ ਇਹ ਬਈ ਕਿਸੇ ਵੇਲੇ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਉਹਨਾਂ ਨੇ ਪਗੜੀ ਸੰਭਾਲ ਜੱਟਾਂ ਦੇ ਨਾਂ ਨਾਲ ਇੱਕ ਮੁਹਿੰਮ ਅੰਗਰੇਜ਼ਾਂ ਦੀ ਸਰਕਾਰ ਦੇ ਹੁੰਦਿਆਂ ਬਰਤਾਨਵੀ ਸਰਕਾਰ ਦੇ ਖਿਲਾਫ਼ ਕਿਸਾਨੀ ਮੁੱਦਿਆਂ ਨੂੰ ਲੈ ਕੇ ਉਦੋਂ ਵੀ ਹਾਲਾਤ ਇਹੋ ਜਿਹੀ ਸੀ ਵੀ ਕਿਸਾਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿੱਚਣ ਦੀਆਂ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਗੋਰਿਆਂ ਦੀ ਸਰਕਾਰ ਨੇ ਕੀਤੀਆਂ ਸੀ ਤੇ ਉਹਦੇ ਖਿਲਾਫ਼ ਕਿਸਾਨੀ ਮੋਰਚਾ ਜਿਹੜਾ ਸੀ ਉਹਦੀ ਅਗਵਾਈ ਅਜੀਤ ਸਿੰਘ ਜਿਹਨੂੰ ਚਾਚਾ ਜੀ ਦੇ ਨਾਂ ਡਲਹੌਜ਼ੀ ਦੇ ਵਿੱਚ ਉਹਨਾਂ ਦੀ ਕੱਟ ਲੱਗਿਆ ਡਲਹੌਜ਼ੀ ਦੇ ਵਿੱਚ ਜੀ ਹਾਂਜੀ ਤੇ ਉਹ ਜਿਹੜੀ ਮੁਹਿੰਮ ਉਹਨਾਂ ਨੇ ਚਲਾਈ ਸੀ ਅੱਜ ਕਈ ਲੋਕ ਉਹਨੂੰ ਉਹਦੇ ਨਾਲ ਜੋੜ ਕੇ ਜਾਂ ਮਤਲਬ ਮੈਂ ਤਾਂ ਵੀ ਜਿੰਨਾ ਕੁ ਮੈਂ ਇਤਿਹਾਸ ਪੜਿਆ ਮੈਂ ਤਾਂ ਕਿਤੇ ਨੀ ਦੇਖਿਆ ਹਾਂ ਅਜੀਤ ਜ਼ਰੂਰ ਹੈਗਾ ਵਾ ਵੀ ਮੇਰਾ ਰੰਗ ਦੇ ਬਸੰਤੀ ਜੋੜਾ ਪਰ ਮੈਂ ਨੀ ਕਦੇ ਦੇਖਿਆ ਵੀ ਭਗਤ ਸਿੰਘ ਨੇ ਕਦੇ ਬਸੰਤੀ ਰੰਗ ਦੀ ਪੱਗ ਬੰਨੀ ਮੈਂ ਨੀ ਕਦੇ ਦੇਖੀ ਜਦੋਂ ਵੀ ਜੋ ਕੋਈ ਸਾਡੇ ਉਹਦੇ ਨਾਲ ਧੱਕੇ ਨਾਲ ਹੀ ਜੋੜਿਆ ਜਾ ਰਿਹਾ ਵਾ ਮੈਂ ਇਤਿਹਾਸ ਕਿਤੇ ਨੀ ਪੜਿਆ ਹੈਗਾ ਉਹਨਾਂ ਨੇ ਕਦੇ ਬਸੰਤੀ ਰੰਗ ਦੀ ਜਾਂ ਕੇਸਰੀ ਪੱਗ ਕਦੇ ਉਹਨਾਂ ਨੇ ਬੰਨੀ ਸੀ ਤੇ ਕੱਲ ਕਈ ਥਾਵਾਂ ਤੇ ਈਵਨ ਜਿਹੜੇ ਕਿਸਾਨ ਜਿੱਥੇ ਬੰਦੀਆਂ ਦੇ ਲੋਕ ਸੀਗੇ ਉਹਨਾਂ ਨੇ ਵੀ ਰੇਲਵੇ ਲਾਈਨਾਂ ਦੇ ਉੱਤੇ ਕੇਸਰੀ ਪੱਗਾਂ ਬੰਨ ਕੇ ਵੀ ਇੱਕ ਕਿਸਮ ਦਾ ਪ੍ਰਦਰਸ਼ਨ ਕੀਤੇ ਨੇ ਤੇ ਇਹ ਕਾਂਗਰਸੀਆਂ ਨੇ ਵੀ ਉਸੇ ਗੱਲ ਨੂੰ ਜਿਹਨੂੰ ਕਹਿੰਦੇ ਹਾਂ ਆਪਾਂ ਵੀ ਧਲਾਉਣ ਦੀ ਜਾਂ ਉਹਨੂੰ ਸਮਝਣ ਖੜਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇੱਕ ਉਹ ਪੁਰਾਣਾ ਜਿਹਾ ਟਰੈਕਟਰ ਲਿਜਾ ਕੇ ਉੱਥੇ ਉਹਨੂੰ ਪਹਿਲਾਂ ਟਰੈਕਟਰ ਦੇ ਵਿੱਚ ਟਰੱਕ ਦੇ ਵਿੱਚ ਸੁੱਟ ਲਿਆ ਮਾਨ ਸਿੰਘ ਰੋਡ ਦੇ ਉੱਤੇ ਮਾਨ ਸਿੰਘ ਚੌਂਕ ਦੇ ਵਿੱਚ ਰਾਜਪਥ ਦੇ ਉੱਤੇ ਜਿਹੜਾ ਮਾਨ ਸਿੰਘ ਚੌਂਕ ਆ ਉਹਦੇ ਬਿਲਕੁਲ ਨੇੜੇ ਲਿਜਾ ਕੇ ਇੱਕ ਟਰੈਕਟਰ ਦੇ ਵਿੱਚ ਧੱਕਾ ਜਾ ਕੇ ਸੱਚਿਆ ਮਾਨ ਸਿੰਘ ਠੀਕ ਆ ਇੱਕ ਬੰਦਾ ਥੱਲੇ ਆਉਂਦਾ ਉਹਦਾ ਬਚਿਆ ਤੇ ਜਦੋਂ ਉਹ ਥੱਲੇ ਡਿੱਗਿਆ ਤੇ ਉਹਨੂੰ ਫਿਰ ਅੱਗ ਲਾ ਤੀ 20 ਬੰਦੇ ਸੀ ਉਹ 15-20 ਬੰਦੇ ਸੀ ਜਵਾਬ ਹੋਰ ਅੱਗ ਲਾਉਣ ਵਾਲੇ ਟਰੈਕਟਰ ਨੂੰ ਲਾਉਣ ਵਾਲੇ ਉੱਤੇ ਉਹਦੇ ਬਾਰੇ ਇਹ ਚੰਗੀ ਗੱਲ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ ਇਹ ਜਵਾਬ ਕੌਣ ਲੋ ਉਹਦਾ ਕੀ ਸੀ ਕਹਿੰਦਾ ਮੇਰਾ ਟਰੈਕਟਰ ਆ ਮੈਂ ਅੱਗ ਲਾ ਦੀ ਤੇਰਾ ਘੜ ਦੋ ਆਹ ਜਵਾਬ ਪਰ ਕਈ ਵਾਰੀ ਪੰਜਾਬ ਦੇ ਕਈ ਕਿਸਾਨਾਂ ਨੇ ਇਹਨੂੰ ਪਸੰਦ ਕੀਤਾ ਮੈਂ ਕਈਆਂ ਨਾਲ ਗੱਲ ਕੀਤੀ ਅੱਜ ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਕਹਿੰਦੇ ਮੇਰਾ ਟਰੈਕਟਰ ਸੀ ਮੈਂ ਅੱਗ ਲਾ ਤੀ ਕਹਿੰਦੇ ਕੈਪਟਨ ਬੜਾ ਦਲੇਰ ਉਹਨੇ ਬਿਆਨ ਦਿੱਤਾ ਇਹ ਲੋਕਾਂ ਦੀ ਪਤਾ ਨੀ ਕਿਉਂ ਕਿਵੇਂ ਆਵਾਜ਼ ਬਣਦੀ ਜਾ ਰਹੀ ਹੈ ਕਿਉਂ ਕਿਹੜੀ ਗੱਲੋਂ ਅਸੀਂ ਜਦੋਂ ਅੱਗ ਹੀ ਲਾਉਣੀ ਹੋਰ ਉਹਨੂੰ ਕੀ ਕਰੀਏ ਉਹ ਹੋਰ ਗੱਲ ਆ ਲੇਕਿਨ
ਜਿਹੜਾ ਬੰਦਾ ਆਪ ਗੱਡੀ ਤੇ ਬੈਠਾ ਤੇ ਗ੍ਰਹਿ ਮੰਤਰੀ ਵੀ ਖਾਉਂਦਾ ਤੇ ਉਹੀ ਜੇ ਪੰਜਾਬ ਚ ਮੈਂ ਕਹਿੰਦਾ ਵਾ ਵੀ ਜੇ ਕੱਲ ਨੂੰ ਹੁਣ ਕੌੜਾ ਜੀ ਮੈਨੂੰ ਐਂ ਦੱਸਿਓ ਵੀ ਮੈਂ ਮੂੰਹ ਤੇ ਮਾਸਕ ਨੀ ਬੰਨਿਆ ਹੋਇਆ ਜੇ ਕਰੋਨਾ ਹੋਊਗਾ ਮੈਨੂੰ ਹੋਊਗਾ ਮਰੂੰਗਾ ਮੈਂ ਮਰੂੰਗਾ ਤੁਹਾਡਾ ਵੀ ਮੈਂ ਕੁਛ ਨੀ ਵਿਗਾੜਦਾ ਤੇ ਫਿਰ ਸਾਨੂੰ ਕੱਲ ਵੀ ਜੁਰਮਾਨਾ ਕਰੀ ਜਾਣੇ ਦਾ ਕੈਪਟਨ ਜੇ ਕਰੋਨਾ ਹੋਊਗਾ ਤਾਂ ਮੈਨੂੰ ਹੋਊਗਾ ਠੀਕ ਹੈ ਨਾ ਮੈਂ ਸਿਰ ਤੇ ਹੈਲਮੇਟ ਨੀ ਲਿਆ ਹੋਇਆ ਜੇ ਮੈਂ ਟਿੱਕੂ ਮੈਂ ਮਰ ਜੂਗਾ ਸਰਕਾਰ ਨੇ ਤਾਂ ਮੈਨੂੰ ਕੁਛ ਨੀ ਦੇਣਾ ਇਹ ਸਰਕਾਰ ਮੈਨੂੰ ਜੁਰਮਾਨਾ ਕਰਨੀ ਚਾਹੁੰਦੀ ਹੈ ਜੀ ਇਹ ਵੀ ਗੱਲ ਸਹੀ ਗਿੱਲ ਸਾਹਿਬ ਇੱਕ ਗੱਲ ਦੱਸੋ ਠੀਕ ਹੈ ਨਾ ਇੱਕ ਗੱਲ ਦੱਸੋ ਸਾਰੀਆਂ ਮੈਂ ਮੋਟਰਸਾਈਕਲ ਤੇ ਜਾ ਰਿਹਾ ਵਾ ਨਹੀਂ ਨਹੀਂ ਮੈਂ ਦੁਬਾਰਾ ਜੀ ਮੋਟਰਸਾਈਕਲ ਤੇ ਜਾ ਰਿਹਾ ਵਾ ਮੇਰੇ ਸਿਰ ਤੇ ਹੈਲਮੇਟ ਹੈ ਨਹੀਂ ਗਾ ਮੈਂ ਡਿੱਗ ਪੂੰਗਾ ਮੈਂ ਮਰ ਜੂਗਾ ਮੈਨੂੰ ਕਿਹੜਾ ਸਰਕਾਰ ਨੇ ਪੈਸੇ ਦੇਣੇ ਆ ਮੈਂ ਡਿੱਗਿਆ ਮੈਂ ਮਰ ਗਿਆ ਗੱਲ ਮੁੱਕ ਗਈ ਤੇ ਸਰਕਾਰ ਫਿਰ ਮੈਨੂੰ ਜੁਰਮਾਨਾ ਕਰ ਵੀ ਕਰਦੀ ਹੈ ਕਰੋਨਾ ਹੋਊਗਾ ਮੈਨੂੰ ਹੋਊਗਾ ਜੇ ਮੈਂ ਮੂੰਹ ਤੇ ਮਾਸਕ ਨਹੀਂ ਬੰਨੂਗਾ ਤੇ ਸਰਕਾਰ ਦਾ ਕਿਤੇ ਡਰਦਾ ਵਾ ਮੈਨੂੰ ਕਹਿੰਦੇ ਜੁਰਮਾਨਾ ਕਰ ਰਹੀ ਆ ਗੱਲ ਇਹ ਆ ਗੱਲ ਕਹਿਣ ਲੱਗੇ ਸਾਨੂੰ ਕੁਛ ਸੋਚਣਾ ਹੁੰਦਾ ਵਾ ਅਸੀਂ ਇੱਕ ਇਹੋ ਜਿਹੀ ਧਰਤੀ ਤੇ ਬੈਠੇ ਹਾਂ ਇਹੋ ਜਿਹੀ ਕੁਰਸੀ ਤੇ ਬੈਠੇ ਹਾਂ ਜਿੱਥੇ ਸਾਡਾ ਬੋਲਿਆ ਸ਼ਬਦ ਜਿਹੜਾ ਉਹਦੇ ਕੋਈ ਅਰਥ ਹੁੰਦੇ ਨੇ ਇਹ ਨੀ ਜੋ ਮਰਜ਼ੀ ਜੋ ਮਰਜ਼ੀ ਨੂੰ ਕਰਦੇ ਨੀ ਜੋ ਮੈਂ ਕਹਿੰਦਾ ਵੀ ਜੇ ਤੇਰੀ ਕੱਥੋਂ ਆਪੋਜੀਸ਼ਨ ਹੁੰਦਾ ਤੇ ਸੁਮੀਰ ਬਾਦਲ ਹੁੰਦਾ ਤੇ ਉਹਨੇ ਕਿਹਾ ਸੀਗਾ ਇਹਨਾਂ ਦਾ ਚਰਾਣਪੁਰ ਉਹ ਜਿਹੜੇ ਪੰਜ ਬੰਦੇ ਗ੍ਰਿਫਤਾਰ ਹੋਏ ਨੇ ਉੱਥੇ ਉਹਨਾਂ ਦੇ ਉੱਤੇ ਕੋਈ ਧਾਰਾ ਲਾ ਸੀ ਸਰਕਾਰ ਨੇ ਗ੍ਰਿਫਤਾਰ ਕੀਤੇ ਹੋ ਗਿਆ ਆਖਿਰ ਕਿਉਂਕਿ ਜੇ ਉਹਨੇ ਅੱਗ ਲਾਈ ਆ ਉਹ ਅੱਗ ਉਹਨੇ ਆਪਦੇ ਟ੍ਰੈਕਟਰ ਨੂੰ ਲਾਈ ਆ ਉਹ ਸੜਕ ਦੇ ਉੱਤੋਂ ਲੰਘਣ ਵਾਲੇ ਲੋਕਾਂ ਨੇ ਵੀ ਤਾਂ ਉਹ ਅੱਗ ਖਤਰਾ ਬਣ ਸਕਦੀ ਸੀ ਕੋਈ ਜਿਹੜੇ ਬੰਦੇ ਨੂੰ ਵੀ ਲਪੇਟ ਕਰ ਸਕਦਾ ਸੀਗਾ ਇਹਦਾ ਮਤਲਬ ਆਪਣੇ ਖੇਤਾਂ ਚ ਲਾ ਲੈਂਦੇ ਪਰਾਲੀ ਫੂਕਣਗੇ ਉਹ ਕਹਿੰਦੇ ਸਾਡੀ ਪਰਾਲੀ ਸਾਡਾ ਖੇਤ ਅਸੀਂ ਹੱਥ ਲਾ ਦੀ ਉਹਨਾਂ ਦੇ ਵੀ ਸਕਣ ਚ ਲਾਣ ਹੋਣੇ ਗੱਲ ਕਹਿਣ ਲੱਗੇ ਚਾਹੀਦਾ ਸਾਹਿਬ ਇੱਕ ਗੱਲ ਦੱਸੋ ਅੱਜ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਆਪਣੇ ਸ਼ਹੀਦ ਆਜੋ ਸਰਦਾਰ ਭਗਤ ਸਿੰਘ ਉਹਨਾਂ ਦੀ ਨੂੰ ਨਤਮਸਤਕ ਕੀਤਾ ਹੈ ਅਖਬਾਰਾਂ ਦੇ ਵਿਚ ਫੋਟੋਆਂ ਲੱਗੀਆਂ ਨੇ ਸਾਰੀਆਂ ਪਾਰਟੀਆਂ ਸੁਖਬੀਰ ਸਿੰਘ ਬਾਦਲ ਕਹਿੰਦਾ ਟਕਮਾਂਜਾ ਵੀ ਤੁਸੀਂ ਇਹ ਜਿਹੜਾ ਕੁਛ ਕਰ ਰਹੇ ਨੇ ਐਵੇਂ ਕਰ ਰਹੇ ਨੇ ਪਰ ਚਾਹੇ ਆਮ ਆਦਮੀ ਦੀ ਪਾਰਟੀ ਆਪ ਹੈ ਚਾਹੇ ਜੀ ਇਹ ਕਾਂਗਰਸ ਵਾਲੇ ਨੇ ਚਾਹੇ ਅਕਾਲੀ ਦਲ ਹੈ ਜਿੰਨੇ ਵੀ ਨੇ ਇਨ੍ਹਾਂ ਦੇ ਵਿਚੋਂ ਕੋਈ ਵੀ ਈਵਨ ਬੀਜੇਪੀ ਵਾਲੇ ਵੀ ਹੁਣ ਤੱਕ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਕਰਾਰ ਅਹੁਦਾ ਨਹੀਂ ਦਵਾ ਸਕੇ ਸ਼ਹੀਦ ਨਹੀਂ ਮੰਨਣ ਨੂੰ ਤਿਆਰ ਫਿਰ ਕਿਵੇਂ ਉਨ੍ਹਾਂ ਦੀ ਸਮਾਧੀ ਤੇ ਜਾ ਕੇ ਨਤਮਸਤਕ ਹੋਈ ਜਾਂਦੇ ਨੇ ਪਹਿਲਾਂ ਇਸ ਗੱਲ ਦੇ ਉੱਤੇ ਲੜਾਈ ਲੜ ਲੈਣ ਵੀ ਉਹਨੂੰ ਇੱਥੋਂ ਤੱਕ ਕਿ ਉਹਨੂੰ ਸ਼ਹੀਦ ਦਾ ਇੱਕ ਕਿਸਮ ਦਾ ਅਖਤਿਆਰ ਤਾਂ ਦੇ ਦੇਣ ਜੀ ਤੇਰਾ ਜੀ ਗੱਲ ਇਹ ਆ ਬਈ ਪਿਛਲੀ ਵਾਰੀ ਨਾ ਮੈਂ ਤਾਂ ਇੱਥੇ ਇਹੀ ਦਿਨ ਚੱਲਦੇ ਸੀਗੇ ਉਹਨਾਂ ਦਿਨਾਂ ਚ ਕੁਦਰਤੀ ਇਸ ਦਿਨ ਉੱਤੇ ਮੈਂ ਵੀ ਗਿਆ ਤਾਂ ਉੱਤੇ 23 ਮਾਰਚ ਦਾ ਦਿਨ ਸੀ ਜਿਸ ਦਿਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਫਾਂਸੀ ਲਾਇਆ ਗਿਆ ਸੀ ਤੇ ਲੁਧਿਆਣੇ ਦੇ ਵਿਚ ਜਿਹੜਾ ਥਾਪਰ ਹੈਗਾ ਇੱਕ ਉੱਥੇ ਮੁਹੱਲਾ ਹੈਗਾ ਵਾ ਚੌੜਾ ਬਾਜ਼ਾਰ ਲੱਗ ਕੇ ਚੌਂਕ ਉੱਥੇ ਇਹਨਾਂ ਦਾ ਸੁਖਦੇਵ ਦਾ ਘਰ ਹੈ ਪੁਰਾਣਾ ਜਿਹੜਾ ਸੁਖਦੇਵ ਸਿੰਘ ਕਿਉਂਕਿ ਇਹ ਅੱਜ ਕੱਲ ਨਾ ਮਤਲਬ ਸਾਡੇ ਮੁਲਕ ਚ ਆਹ ਵੀ ਬੜਾ ਰਿਵਾਜ ਚੱਲਿਆ ਵਾ ਵੀ ਸ਼ਹੀਦ ਉਹਦੇ ਨੂੰ ਕਰੀਆਂ ਤਾਂ ਆਪਦਾ ਨਾਂ ਵੀ ਰਾਮ ਮੁਹੰਮਦ ਸਿੰਘ ਯਾਦ ਰੱਖਿਆ ਸੀ ਤਾਂ ਕੋਈ ਇਹ ਕਲੇਮ ਨਾ ਕਰੇ ਵੀ ਉਹ ਸਿੱਖ ਸੀ ਉਹ ਕੋਈ ਮੁਸਲਮਾਨ ਸੀ ਕੋਈ ਹਿੰਦੂ ਸੀ ਉਹ ਤਾਂ ਆਪਦਾ ਨਾਂ ਸਾਰੇ ਧਰਮਾਂ ਨਾਲ ਮਿਲਦਾ ਜੁਲਦਾ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ ਠੀਕ ਹੈ ਨਾ ਤੇ ਅੱਜ ਸਾਡੀ ਜਿਹੜੀ ਆ ਨਵੀਂ ਪੀੜ੍ਹੀ ਆ ਇਹ ਸਾਬਤ ਕਰਨ ਲੱਗੀ ਹੋਈ ਆ ਵੀ ਜਿਹੜਾ ਊਧਮ ਸਿੰਘ ਸੀ ਉਹ ਕਮਜ਼ੋਰ ਸੀਗਾ ਤੇ ਇਹ ਭਗਤ ਸਿੰਘ ਨੂੰ ਵੀ ਸੰਧੂ ਸਾਬਤ ਕਰਨ ਲਈ ਉਹ ਸਾਰਾ ਜ਼ੋਰ ਲੱਗਿਆ ਹੋਇਆ ਤੇ ਇਵੇਂ ਹੀ ਰਾਜਗੁਰੂ ਤੇ ਸੁਖਦੇਵ ਨੂੰ ਥਾਪਰ ਸਾਬਤ ਕਰਨ ਲਈ ਜ਼ੋਰ ਲੱਗਿਆ ਹੋਇਆ ਜਦਕਿ ਉਹਨਾਂ ਨੇ ਆਪਣੇ ਨਾਂ ਨਾਲ ਆਪਣੀ ਜਾਤ ਨਾਲ ਆਪਣੇ ਗੋਤ ਨਾਲ ਸੋਚ ਕੇ ਆਪਣੇ ਆਪ ਨੂੰ ਏਡੀ ਵੱਡੀ ਕੁਰਬਾਨੀ ਕਰਨ ਲਈ ਤਿਆਰ ਨਹੀਂ ਸੀ ਕੀਤਾ ਇਹ ਜਿਹੜੀਆਂ ਗੱਲਾਂ ਨੇ ਨਾ
ਇਹ ਬੜੀਆਂ ਅਜੀਬ ਨੇ ਵੀ ਉੱਥੇ ਕੁਛ ਲੋਕ ਇਹ ਮੰਗ ਕਰ ਰਹੇ ਸੀ ਮੈਂ ਗਿਆ ਤਾਂ ਉੱਥੇ ਵਰਿੰਦਰ ਕਾਰ ਜਿਹੜੀ ਸੀਪੀਐਮ ਦੀ ਲੀਡਰ ਹੈ ਉਹ ਆਈ ਹੋਈ ਸੀ ਤੇ ਉਦੋਂ ਉਹ ਰਾਜ ਸਭਾ ਦੀ ਮੈਂਬਰ ਸੀਗੀ ਤਾਂ ਉਹਨੂੰ ਜਦੋਂ ਉੱਥੇ ਖਾਪਰ ਜੋ ਮਹੱਲੇ ਦੇ ਲੋਕ ਨੇ ਜਿਹੜੀ ਉੱਥੇ ਇੱਕ ਕਮੇਟੀ ਬਣੀ ਹੋਈ ਆ ਸੁਦੇਸ਼ ਸਿੰਘ ਖਾਪਰ ਦੇ ਯਾਦਗਾਰੀ ਕਮੇਟੀ ਜਿਹੜੀ ਉਹਨੇ ਧਰਤੀ ਸਾਹਿਬ ਸੰਭਾਲ ਵੀ ਕਰਦੀ ਆ ਤੇ ਉੱਥੇ ਸਮਾਗਮ ਵੀ ਹਰ ਸਾਲ ਕਰਾਉਂਦੀ ਆ ਉਹਨਾਂ ਨੇ ਆਹੀ ਗੱਲ ਕਹੀ ਮੰਗ ਰੱਖੀ ਦੇਖੋ ਜੀ ਉਹਨਾਂ ਨੇ ਅਸੀਂ ਜਿਹੜੀ ਇਹਨਾਂ ਦੇ ਖਿਲਾਫ਼ ਐਫ ਆਈ ਆਰ ਦਰਜ ਹੋਈ ਸੀ ਅਸੀਂ 100 FIR ਦਿੱਤੀ ਜਾਵੇ ਤੇ ਇੱਥੇ ਜਿਹੜਾ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਸਲਾਨਾ ਕੀਤਾ ਜਾਵੇ ਤਾਂ ਮੇਰੇ ਜਿਹੜਾ ਜਵਾਬ ਸੀਗਾ ਉਹ ਬੜਾ ਚੰਗਾ ਲੱਗਿਆ ਉਹ ਕਹਿੰਦੀ ਵੀ ਜੇ ਐਫ ਆਈ ਆਰ ਦੀ ਰੱਦ ਕਰਤੀ ਤਾਂ ਫਿਰ ਤਾਂ ਉਹਨੇ ਕੋਈ ਸ਼ਹਾਦਤ ਹੀ ਉੱਥੇ ਹੋ ਗਈ ਜੇ ਉਹਨਾਂ ਦੇ ਉੱਤੇ ਕੋਈ ਐਫ ਆਈ ਆਰ ਹੀ ਨਹੀਂ ਸੀ ਉਹਨਾਂ ਨੂੰ ਫਾਂਸੀ ਲਾ ਦਿੱਤੀ ਗਈ ਤਾਂ ਇਹਦਾ ਮਤਲਬ ਹੈ ਅਸੀਂ ਤਾਂ ਕੱਲ ਨੂੰ ਮਾਰਾਂਗੇ ਭਾਈ ਦਾ ਵੀ ਮਾਰੋ ਭਾਈ ਭਲਿਓ ਮਾਰ ਕਰੋ ਜਿਹੜੀ ਸਰਕਾਰ ਦੇ ਖਿਲਾਫ਼ ਉਹ ਲੜੇ ਸੀ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਮਤਲਬ ਹੈ ਕਿਸਮ ਦਾ ਅਪਰਾਧੀ ਕਰਾਰ ਦੇ ਕੇ ਉਹ ਫਾਂਸੀ ਲਾ ਤਾ ਤੇ ਸਾਡੀ ਮਨ ਚ ਕੋਈ ਉਹਨੂੰ ਕਰਾਰ ਸਰਕਾਰ ਉਹਨੂੰ ਸ਼ਹੀਦ ਕਰਾਰ ਦੇਵੇ ਚਾਹੇ ਨਾ ਦੇਵੇ ਤੁਸੀਂ ਮੈਨੂੰ ਐਂ ਦੱਸੋ ਵੀ ਜੇ ਸਰਕਾਰ ਨੇ ਤਾਂ ਹੋਰ ਤਾਂ ਇਹਨੂੰ ਸ਼ਹੀਦ ਦਾ ਦਰਜਾ ਦਿੱਤਾ ਤੇ ਕੀ ਭਗਤ ਸਿੰਘ ਦੀ ਰਾਜਗੁਰੂ ਸੁਖਦੇਵ ਦੀ ਕੁਰਬਾਨੀ ਕਰਤਾਰ ਸਿੰਘ ਸਰਾਭੇ ਦੀ ਕੁਰਬਾਨੀ ਜਾਂ ਊਧਮ ਸਿੰਘ ਦੀ ਕੁਰਬਾਨੀ ਜਾਂ ਉਹਨਾਂ ਨੂੰ ਜਿਹੜਾ ਫਾਂਸੀ ਲਾਇਆ ਗਿਆ ਕੀ ਉਹ ਸਾਡੀ ਨਿਗਾਹ ਚ ਹੁਣ ਸ਼ਹੀਦ ਨੀ ਹੈ ਸਾਡੀ ਨਿਗਾਹ ਚ ਤਾਂ ਉਦੋਂ ਵੀ ਸ਼ਹੀਦ ਸੀ ਅੱਜ ਵੀ ਸ਼ਹੀਦ ਰਹੇ ਤੇ ਜਦੋਂ ਤੱਕ ਇਹ ਦੁਨੀਆਂ ਕਾਇਮ ਆ ਉਹ ਸਾਡੀ ਨਿਗਾਹ ਚ ਸ਼ਹੀਦ ਹੀ ਰਹੇ ਦੁਆਰਾ ਵੀ ਤੇ ਕਿਸੇ ਦੇ ਦਰਜਾ ਦਿੱਤੇ ਜਾਂ ਕਿਸੇ ਦੇ ਕੱਲ ਨੂੰ ਕੋਈ ਬੰਦਾ ਨੌ ਆਪਦਾ ਸ਼ਹੀਦ ਰੱਖ ਲਵੇ ਜਿਵੇਂ ਸਾਡੇ ਇੱਥੇ ਕਈ ਲੋਕਾਂ ਨੇ ਆਪਦਾ ਨੌ ਆਪਦੇ ਨਿਆਣਿਆਂ ਦੇ ਨੌ ਰੱਖੇ ਦੇ ਜੱਜ ਤੇ ਉਹਦਾ ਨੌ ਜੱਜ ਤੱਕ ਰੱਖਣ ਨਾਲ ਉਹ ਜੱਜ ਥੋੜੀ ਬਣ ਗਿਆ ਜੀ ਕਰਦਾ ਤਾਂ ਦਿਹਾੜੀਆਂ ਉਹ ਠੀਕ ਹੈ ਨਾ ਉਹਦਾ ਨੌ ਰੱਖਣ ਕਈਆਂ ਨੇ ਇੱਕ ਮੁੰਡੇ ਨਾਲ ਬੀ ਸੀ ਰੱਖਿਆ ਵਾ ਉਹਦਾ ਨੌ ਬੀ ਸੀ ਰੱਖਣ ਨਾਲ ਉਹ ਡੀ ਸੀ ਲੱਗ ਗਿਆ ਮਾਈ ਦਾ ਤਾਂ ਭੰਡੇ ਆ ਵਿਚਾਰਾ ਉਹ ਗੱਲ ਤਾਂ ਸਹੀ ਹੈ ਹੁਣ ਸਵਾਲ ਇਹ ਆ ਬਈ ਕੀ ਕਰਤਾਰ ਸਿੰਘ ਸਰਾਭਾ ਕੀ ਸੁਖਦੇਵ ਸਿੰਘ ਸੁਖਦੇਵ ਰਾਜਗੁਰੂ ਭਗਤ ਸਿੰਘ ਕੀ ਗੱਲ ਸਰਕਾਰ ਦੇ ਖਿਲਾਫ਼ ਅਸੀਂ ਉਹਨਾਂ ਨੂੰ ਸ਼ਹੀਦ ਮੰਨਾਂਗੇ ਤੇ ਜਿਹੜੇ ਹੁਣ ਫਿਰ ਬੀਜੇਪੀ ਵਾਲੇ ਆ ਸਰਵਰਕਰ ਨੂੰ ਸ਼ਹੀਦ ਕਹੀ ਜਾਂਦੇ ਨੇ ਤੇ ਅਸੀਂ ਉਹਨੂੰ ਮੰਨ ਲਿਆ ਕਿਸੇ ਦੇ ਦਰਜਾ ਦੇਣ ਨਾਲ ਜਾਂ ਨਾ ਦੇਣ ਨਾਲ ਮੈਨੂੰ ਤਾਂ ਲੱਗਦਾ ਵੀ ਇਹ ਜਿਹੜੀਆਂ ਮੰਗਾਂ ਨੇ ਇਹ ਬੜੀਆਂ ਅਜੀਬ ਕਸੂਰੀਆਂ ਨੇ ਹੁਣ ਬੀਜੇਪੀ ਵਾਲੇ ਉਹਨੂੰ ਵੀਰ ਸਰਵਰਕਰ ਕਹਿੰਦੇ ਨੇ ਉਹ ਵੀਰ ਕਿੱਧਰੋਂ ਆ ਜੀ ਫੇਰ ਔਰ ਤਾਂ ਉਹਨੇ ਲਿਖਤੀ ਮਾਫ਼ੀ ਮੰਗੀ ਹੈ ਸਾਡੀ ਨਿਗਾਹ ਚ ਤਾਂ ਉਹ ਕਰਾਰ ਹੈ ਠੀਕ ਹੈ ਨਾ ਤੇ ਉਹ ਕਹੀ ਜਾਵੇ ਕੋਈ ਸ਼ਹੀਦ ਕਿਸੇ ਦੇ ਐਂ ਕਹਿਣ ਨਾਲ ਨਾ ਕਿਸੇ ਨੇ ਜਿਹੜਾ ਤੁਹਾਡੇ ਮਨ ਚ ਕਿਸੇ ਦੀ ਇੱਕ ਤਸਵੀਰ ਬਣੀ ਹੋਈ ਹੈ ਕੋਈ ਕੁਛ ਕਹੀ ਜਾਵੇ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਰਾਜਗੁਰੂ ਸੁਖਦੇਵ ਸਾਡੇ ਤਾਂ ਹੀਰੋ ਨੇ ਉਹਨੇ ਸਾਡੇ ਹੀਰੋ ਰਹਿਣਾ ਤੇ ਉਹ ਉਹਦੇ ਨੂੰ ਕੋਈ ਦਰਜਾ ਸਰਕਾਰ ਦਿੰਦੀ ਕਿ ਨਹੀਂ ਦਿੰਦੀ ਅਸੀਂ ਨੀ ਕਿੰਨੀਆਂ ਲੈਣੀਆਂ ਉਹਨਾਂ ਤੋਂ ਉਹ ਸਾਡੀ ਨਿਗਾਹ ਚ ਸਾਡੇ ਹੀਰੋ ਦੇ ਸਾਡੀ ਕੌਮ ਦੇ ਬਹਾਦਰ ਨੇ ਯੋਧੇ ਨੇ ਇਹਨਾਂ ਨੇ ਹੱਥ ਹੱਥ ਕੇ ਫਾਂਸੀਆਂ ਕਲਾਂ ਚ ਪਾਈਆਂ ਜੇ ਅੱਜ ਕੋਰਿਆ ਨੂੰ ਸਾਡੇ ਦੇਸ਼ ਚੋਂ ਕੱਢਿਆ ਤਾਂ ਅਸੀਂ ਤਾਂ ਸਿਹਰਾ ਉਹਨਾਂ ਦੇ ਸਹੀ ਬੰਨਾਂਗੇ ਨਾ ਅਸੀਂ ਮੋਦੀ ਦੇ ਸਰਸਫਲ ਹੋ ਰਹੇ ਹਾਂ ਸੋ ਗੱਲਾਂ ਇਹ ਫਿਰ ਬੜੀਆਂ ਮੈਨੂੰ ਅਜੀਬ ਗੱਲਾਂ ਲੱਗਦੀਆਂ ਨੇ ਕਈ ਵਾਰੀ ਤੇ ਸੋ ਚਲੋ ਆਪਾਂ ਹੁਣ ਇਹ ਅੱਜ ਮੁੱਦਾ ਨਹੀਂ ਹੈ ਸਾਡਾ ਆਪਾਂ ਇਹਨੂੰ ਹੋਰ ਲੰਮਾ ਨਹੀਂ ਖਿੱਚ ਸਕਦੇ ਪਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਉੱਤੇ ਸਾਰੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਨਜ਼ਰੀਏ ਨਾਲ ਆਪਣਾ ਆਪਣਾ ਜਿਹੜਾ ਖਰਾ ਖੋਟਾ ਪਰਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਆਪਣਾ ਆਪਣਾ ਉਹਨਾਂ ਨੇ ਸਮਝਾਰੀ ਕੀਤੀ ਆ ਸਭ ਨੇ ਆਪਣੇ ਤਰੀਕੇ ਨਾਲ ਕੋਈ ਉੱਥੇ ਧਰਨਾ ਮਾਰ ਲਿਆ ਤੇ ਸੁਖਬੀਰ ਬਾਦਲ ਕਹਿ ਰਿਹਾ ਵਾ ਇਹ ਸਖਵਾਜ ਹੈ ਤੇ ਜੇ ਇਹੀ ਸੁਖਬੀਰ ਬਾਦਲ ਸਰਕਾਰ ਦੇ ਵਿੱਚ ਹੁੰਦਾ ਤੇ ਇਹੀ ਸਖਵਾਜ ਉਹਨੇ ਵੀ ਕਰਨਾ ਸੀ ਤੇ ਜੇ ਅੱਜ ਕੈਪਟਨ ਸਰਕਾਰ ਦੇ ਵਿੱਚ ਆ ਤੇ ਇਹ ਸਖਵਾਜ ਕੈਪਟਨ ਵੀ ਕਰ ਲਿਆ ਤੇ ਕੱਲ ਨੂੰ ਕੋਈ ਹੋਰ ਵੀ ਕਰੂਗਾ ਤੇ ਗੱਲ ਆਪਣੀ ਇਹ ਆ ਵੀ ਜਿਹੜੇ ਅਸਲੀ ਬਾਦਲ ਨੇ ਕਰਤਾਰ ਸਿੰਘ ਸਰਾਭੇ ਦੇ ਸ਼ਹੀਦ ਭਗਤ ਸਿੰਘ ਦੇ ਰਾਜਗੁਰੂ ਸੁਖਦੇਵ ਦੇ ਅਸਲ ਚ ਦੇਸ਼ ਚ ਅਣਗੌਲੇ ਤੱਕ ਤੁਹਾਡਾ ਸੀ ਉਹ ਰਹੇ ਅਸਲ ਚ ਉਹਨਾਂ ਲੋਕਾਂ ਨੂੰ ਇਕੱਠਿਆ ਹੋਣ ਦੀ ਲੋੜ ਆ ਉਹਨਾਂ ਨੂੰ ਹੰਬਲਾ ਮਾਰਨ ਦੀ ਲੋੜ ਆ ਤੇ ਆਪਣੇ ਉਹਨਾਂ ਸ਼ਹੀਦਾਂ ਦੀ ਜਿਹੜੀ ਖੁਰਬਾਨੀ ਆ ਉਹ ਆਪਣੇ ਮਨ ਚ ਬਸਾ ਕੇ ਅੱਜ ਦੇਸ਼ ਨੂੰ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਇਹਦੇ ਚ ਕੱਢਣ ਲਈ ਹੰਬਲਾ ਮਾਰਨ ਦੀ ਲੋੜ ਆ ਜੀ ਤੁਹਾਨੂੰ
ਗਿੱਲ ਸਾਹਿਬ ਅੱਜ ਜੇ ਲੋੜ ਹੈ ਸ਼ਹੀਦ ਭਗਤ ਸਿੰਘ ਦੀ ਸਮਾਧ ਤੇ ਜਾ ਕੇ ਮੱਥਾ ਟੇਕ ਕੇ ਗੱਲ ਨਹੀਂ ਬਣਨੀ, ਅੱਜ ਲੋੜ ਹੈ ਉਹ ਪਸਤੌਲ ਚੱਕ ਕੇ ਗੱਲ ਨਹੀਂ ਬਣਨੀ, ਅੱਜ ਸ਼ਹੀਦ ਭਗਤ ਸਿੰਘ ਦੇ ਵੱਲੋਂ ਜਿਹੜੀ ਉਹਦੀ ਸੋਚ ਸੀ ਉਹ ਸੋਚਾਂ ਵਾਲੀ ਕਿਤਾਬ ਚੱਕਣ ਦੀ ਲੋੜ ਹੈ, ਉਹ ਕਿਤਾਬ ਨੂੰ ਪੜ੍ਹਨ ਦੀ ਲੋੜ ਹੈ, ਉਹ ਸੋਚਾਂ ਤੇ ਪਹਿਰਾ ਦੇਣ ਦੀ ਲੋੜ ਹੈ ਤਾਂ ਕਿਤੇ ਜਾ ਕੇ ਸਾਰੀਆਂ ਗੱਲਾਂ ਦਾ ਹੱਲ ਹੋਣ। ਗਿੱਲ ਸਾਹਿਬ ਇੱਕ ਜਾਂਦੇ ਜਾਂਦੇ ਹੁਣ ਇਹ ਵੀ ਗੱਲ ਦੱਸਿਓ, 5 ਮਿੰਟ ਦਾ ਸਮਾਂ ਹੈ, ਸਮੇਧ ਸ਼ੈਣੀ ਪਤਾ ਲੱਗਿਆ ਜੀ ਉਹ ਕਹਿੰਦੇ ਸਿੱਟ ਦੇ ਅੱਗੇ ਪੇਸ਼ ਹੋ ਗਿਆ ਫਿਰ ਭੱਜ ਗਿਆ ਫਿਰ ਬੁਲਾ ਲਿਆ, ਕੀ ਅਸਲੀ ਕਹਾਣੀ ਸਮੇਧ ਸ਼ੈਣੀ ਲਈ ਆਉਣ ਵਾਲੇ ਦਿਨ ਕਿਹੋ ਜਿਹੇ ਹੋਣਗੇ? ਤੁਹਾਨੂੰ ਵੀ ਜਿੱਦ ਪਲੱਸ ਸੁਰੱਖਿਆ ਦੇ ਵਿੱਚੋਂ ਭੱਜ ਕੇ ਕਈ ਦਿਨ ਇੱਧਰ ਉੱਧਰ ਦਿਹਾੜੇ ਖੱਟ ਕੇ ਤੇ ਅਦਾਲਤ ਦੀ ਸ਼ਰਨ ਲੈ ਕੇ ਫਿਰਲੀ ਅਦਾਲਤ ਚੋਂ ਜਵਾਬ ਲੈਣ ਤੋਂ ਬਾਅਦ ਉੱਪਰਲੀ ਅਦਾਲਤ ਚ ਗਿਆ। ਉੱਪਰਲੀ ਅਦਾਲਤ ਨੇ ਜਿਹੜੀ ਸਭ ਤੋਂ ਵੱਡੀ ਅਦਾਲਤ ਆ ਦੇਸ਼ ਦੀ, ਉਹਨਾਂ ਨੇ ਉਹਨੂੰ ਰਾਹਤ ਦਿੱਤੀ। ਉਸ ਰਾਹਤ ਤੋਂ ਬਾਅਦ ਜਿਹੜੀ ਇਸੇ ਦੌਰਾਨ ਹੇਠਲੀ ਅਦਾਲਤ ਨੇ ਉਹਨੂੰ ਭਗੌੜਾ ਕਰਾਰ ਦਿੱਤਾ। ਤਾਂ ਇਹ ਜਿਹੜਾ ਸਾਰਾ ਜਾਲ ਬੁਣਿਆ ਉਧੇੜਿਆ ਗਿਆ ਇਸ ਦੌਰਾਨ 15 ਸਤੰਬਰ ਨੂੰ ਸੁਪਰੀਮ ਕੋਰਟ ਨੇ ਉਹਨਾਂ ਦੀ ਆਰਜ਼ੀ ਜ਼ਮਾਨਤ ਮਨਜ਼ੂਰ ਕਰਕੇ ਇਹ ਹੁਕਮ ਕੀਤਾ ਸੀ ਵੀ ਤੁਸੀਂ ਜਾ ਕੇ ਜਾਂਚ ਦੀ ਜਿਹੜੀ ਪੁਲਿਸ ਦੀ ਜਾਂਚ ਆ ਉਹਦੇ ਚ ਸ਼ਾਮਲ ਹੋਵੋ। ਇਹ ਦੁਆਰਾ ਜੀ ਹਮੇਸ਼ਾ ਹੀ ਹੁੰਦਾ, ਜਦੋਂ ਵੀ ਤੁਸੀਂ ਚਾਹੇ ਹੇਠਲੀ ਅਦਾਲਤ ਤੋਂ ਜ਼ਮਾਨਤ ਲਓ, ਚਾਹੇ ਸੈਸ਼ਨ ਕੋਰਟ ਤੋਂ ਜ਼ਮਾਨਤ ਲਓ, ਚਾਹੇ ਤੁਸੀਂ ਹਾਈ ਕੋਰਟ ਤੋਂ ਜ਼ਮਾਨਤ ਲਓ ਤੇ ਚਾਹੇ ਲਓ ਸੁਪਰੀਮ ਕੋਰਟ ਤੋਂ, ਹਰ ਅਦਾਲਤ ਨੇ ਫਰਮੀ ਗੱਲ ਕਹਿਣੀ ਹੁੰਦੀ ਹੈ ਵੀ ਭਾਈ ਜ਼ਮਾਨਤ ਤੇਰੀ ਮਨਜ਼ੂਰ ਹੈ ਪਰ ਤੈਨੂੰ ਜਾ ਕੇ ਪੁਲਿਸ ਦੀ ਜਾਂਚ ਦੇ ਵਿੱਚ ਸ਼ਾਮਲ ਹੋਣਾ ਪਊਗਾ। ਜੇ ਤੂੰ ਸ਼ਾਮਲ ਨਹੀਂ ਹੁੰਦਾ ਤਾਂ ਤੇਰੀ ਇਹ ਜ਼ਮਾਨਤ ਆਟੋਮੈਟਿਕਲੀ ਕੈਂਸਲ ਬਣੀ ਜਾਊਗੀ। ਹੁਣ ਤੁਹਾਡਾ ਜੀ 15 ਸਤੰਬਰ ਨੂੰ ਜਦੋਂ ਉਹਨੂੰ ਆਰਜ਼ੀ ਰਾਹਤ ਮਿਲੀ ਜ਼ਮਾਨਤ ਮਿਲੀ ਉਹਦੇ ਚ ਗੱਲ ਕਹੀ ਦੀ ਭਾਈ ਜਾ ਕੇ ਤੂੰ ਜਾਂਚ ਚ ਸ਼ਾਮਲ ਹੋਣਾ ਤੇ ਉਹ ਮੁੰਡੇ ਦਾ ਤਾਲਾ ਵੱਟਦਾ ਫਿਰ ਵਾੜੇ ਨੂੰ ਵੀ ਵੜਿਆ। ਤਾਂ ਉਹ ਸਕੀਮ ਸੋਚਦਾ ਸੀ ਵੀ ਮੈਂ ਉਸ ਦਿਨ ਜਾਵਾਂ ਜਦੋਂ ਪੁਲਿਸ ਕੋਲੇ ਟਾਈਮ ਨਾ ਹੋਵੇ, ਉਹ ਮੈਥੋਂ ਕੋਈ ਸਵਾਲ ਪੁੱਛਣ ਜਾਂ ਕੋਈ ਗੱਲ ਕਰਨ ਤੇ ਉਹਨੇ ਫਿਰ ਇਹ ਤਰੀਕਾ ਲੱਭਿਆ। ਜਦੋਂ 25 ਸਤੰਬਰ ਨੂੰ ਸਾਰੇ ਦੇਸ਼ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਪੰਜਾਬ ਬੰਦ ਵਾਲੀ ਸਿਚੁਏਸ਼ਨ ਸੀ, ਕਿਸਾਨ ਮੋਰਚੇ ਦੇ ਉੱਤੇ ਨਿਕਲੇ ਸੀ ਤੇ ਸਥਾਨਕ ਪੁਲਿਸ ਜਿਹੜੀ ਆ ਉਹ ਸੁਰੱਖਿਆ ਇੰਤਜ਼ਾਮ ਕਰਨ ਦੇ ਵਿੱਚ ਅਮਲ ਕਾਨੂੰਨ ਨੂੰ ਕਾਇਮ ਰੱਖਣ ਦੇ ਵਿੱਚ ਰੁੱਝੀ ਹੋਈ ਸੀ ਤੇ ਐਸ ਉਸ ਦਿਨ ਜਾ ਕੇ SSP ਦੱਸਦਾ ਜਿਹੜਾ ਉਸ ਸੈਕਟਰ ਦਾ ਮੁਖੀ ਹੈ ਉਹ SP ਉਹਨੇ ਜਾ ਕੇ ਦਫ਼ਤਰ ਚ ਬਹਿ ਗਿਆ ਤੇ ਜਾ ਕੇ ਕਹਿੰਦਾ ਜੀ ਕਾਗਜ਼ ਕੇ ਲਿਖੇ ਲੈ ਗਿਆ ਅਰਜ਼ੀ, ਕਹਿੰਦਾ ਜੀ ਮੈਂ ਆ ਜਾਣਾ ਮੈਂ ਕਿਹੜਾ ਨੂੰ ਪੁੱਛਣਾ ਪੁੱਛੋ ਤੇ ਉਹ ਕਹਿੰਦੇ ਭਾਈ ਤੈਨੂੰ ਸੱਦਿਆ ਸੀ ਨੇ ਤੈਨੂੰ ਤਾਂ ਬੁਲਾਇਆ ਹੀ ਨੀ ਸੀ ਕਿਤੇ ਸੱਦਾ ਦੀ ਫੋਨ ਤੇ ਆਈ ਤੇ ਉਹਦੇ ਪਰ ਉਹਨੇ ਉਹ ਅਰਜ਼ੀ ਦਿੱਤੀ ਪੁਲਿਸ ਨੇ ਉਹ ਅਰਜ਼ੀ ਫੜ ਕੇ ਰੱਖ ਲਈ ਤੇ ਉਹਨੇ ਇੱਕ ਕਾਗਜ਼ ਉੱਤੇ ਰਸੀਦ ਕਰਾ ਲਿਆ ਵੀ ਹਾਂ ਮੇਰੀ ਅਰਜ਼ੀ ਫੜ ਲਈ ਗਈ ਆ ਤੇ ਉਸੇ ਅਰਜ਼ੀ ਦੀ ਕਾਪੀ ਲੈ ਕੇ ਦੁਬਾਰਾ ਜੀ ਉਹ ਸੈਸ਼ਨ ਜੱਜ ਲਈ ਅਦਾਲਤ ਚ ਮੋਹਾਲੀ ਗਿਆ ਤੇ ਮੋਹਾਲੀ ਚ ਜਾ ਕੇ ਉਹਨੇ ਅਰਜ਼ੀ ਦਿੱਤੀ ਵੀ ਦੇਖੋ ਜੀ ਮੈਂ ਤਾਂ ਹਾਜ਼ਰ ਹੋ ਗਿਆ ਕੋਰਟ ਦੇ ਵਿੱਚ, ਮੈਂ ਅਰਜ਼ੀ ਵੀ ਦਿੱਤੀ ਆ, ਮੈਂ ਪੱਥੇ ਤੇ ਵੀ ਤਿਆਰ ਆ, ਮੈਂ ਜਾਂਚ ਦੇ ਵਿੱਚ ਸ਼ਾਮਲ ਹੋ ਕੇ ਪੁਲਿਸ ਨੂੰ ਸਹਿਯੋਗ ਦੇਣ ਲਈ ਵੀ ਤਿਆਰ ਆ ਪਰ ਮੇਰੀ ਹੁਣ ਪੁੱਛਗਿੱਛ ਕਰ ਨਹੀਂ ਰਿਹਾ ਤੇ ਮੈਂ ਕੀ ਕਰਾਂ ਤੇ ਇਸ ਕਰਕੇ ਮੇਰੇ ਜਿਹੜੇ ਤੁਸੀਂ ਵਾਰੰਟ ਕੱਢੇ ਨੇ ਇਹ ਵਾਰੰਟ ਮਨਸੂਖ ਕਰ ਦਿਓ। ਅਦਾਲਤ ਨੇ ਉਸੇ ਦਿਨ ਉਹਦੀ ਉਹ ਅਰਜ਼ੀ ਪ੍ਰਵਾਨ ਕਰਕੇ ਬਾਅਦ ਦੁਪਹਿਰ ਉਹਦੇ ਵਾਰੰਟ ਜਿਹੜੇ ਸੀ ਉਹ ਮਨਸੂਖ ਕਰਕੇ ਖਤਮ ਕਰ ਦਿੱਤੇ। ਪਰਸੋਂ 27 ਤਰੀਕ ਨੂੰ ਦੁਪਹਿਰੇ 11 ਵਜੇ ਬਟੌਰ ਥਾਣੇ ਦੇ ਸਿਪਾਹੀ ਜਾ ਕੇ ਸਮੇਧ ਸੈਣੀ ਦੇ ਦਰਵਾਜ਼ੇ ਅੱਗੇ ਉਹਦੇ ਸਾਹਮਣੇ ਨਾਲ ਇੱਕ ਨੋਟਿਸ ਲਾਇਆ ਹੈ ਵੀ ਮਮਤਾ ਸੈਣੀ ਸਾਹਿਬ ਕੱਲ ਨੂੰ 11 ਵਜੇ ਹਾਜ਼ਰ ਹੋਵੋ ਥਾਣੇ ਚ। ਉਹਦੇ ਤੁਹਾਨੂੰ ਸੱਦਿਆ ਨਹੀਂ ਸੀ ਉਹੀ ਤਰ੍ਹਾਂ ਕਰਦੇ ਸੀ, ਹੁਣ ਅਸੀਂ ਤੁਹਾਨੂੰ ਪਤਾ ਲਾਇਆ ਕੱਲ ਨੂੰ ਹਾਜ਼ਰ ਹੋ ਜਾਓ ਤੁਹਾਡੇ ਵੀ ਕੱਲ ਨੂੰ 11 ਵਜੇ ਬਟੌਰ ਥਾਣੇ ਚਲੇ ਗਏ ਉਧਰ ਸੀ ਅਸੀਂ ਵੀ ਚੰਡੀਗੜ੍ਹ ਸੀ ਉਸ ਵੇਲੇ ਮੋਹਾਲੀ ਸੀ ਅਸੀਂ ਤੇ ਜਦੋਂ ਇਹ ਖਬਰ ਆਈ ਤਾਂ ਇੱਕਦਮ ਮੀਡੀਆ ਉਹ ਤੁਹਾਨੂੰ ਭੱਜਿਆ ਤਾਂ ਉਹ ਜਾ ਕੇ ਤੁਹਾਡਾ ਵੀ ਕਹਿੰਦੇ ਜੋ ਖਬਰਾਂ ਸਾਡੇ ਕੋਲ ਆਈਆਂ ਨੇ ਉਹਦੇ ਮੁਤਾਬਕ ਵੀ ਉਹ ਅੰਦਰ ਵੜਿਆ ਥਾਣੇ ਦੇ ਵਕੀਲ ਉਹਦੇ ਨਾਲ ਸੀ, ਬਾਕੀ ਅਮਲਾ ਪਿੰਡਾਂ ਉਹਦੇ ਨਾਲ ਸੀ, ਉਹਦੇ ਸਹਿਯੋਗੀ ਉਹਦੇ ਨਾਲ ਸੀ ਤੇ ਉਹਨੇ ਆਪਦਾ ਜਿਹੜਾ ਸੁਰੱਖਿਆ ਅਮਲਾ ਸੀ ਜਿੰਦ ਪਲੱਸ ਸਿਕਿਉਰਿਟੀ ਵਾਲੇ ਉਹਨਾਂ ਨੂੰ ਬਾਹਰ ਖੜਾ ਕੇ ਆਪ ਉਹ ਥਾਣੇ ਦੇ ਅੰਦਰ ਗਿਆ, ਜਾ ਕੇ SHO ਦੇ ਕਮਰੇ ਚ ਵੜ ਗਿਆ ਤੇ ਕੁਰਸੀ ਤੇ ਬਹਿ ਗਿਆ, ਕਹਿੰਦਾ ਲਓ ਵੀ ਆ ਕੇ ਪੁੱਛ ਲਓ ਜੀ ਮੈਨੂੰ ਪੁੱਛਣਾ ਕੋਈ ਤੇ ਉਸ ਤੋਂ ਬਾਅਦ ਫਿਰ ਪੁਲਿਸ ਨੇ ਇੱਕਦਮ ਤਿਆਰੀ ਕੀਤੀ
ਤੇ ਜਿਹੜੇ ਉਹਦੇ ਵਕੀਲ ਸੀ ਉਹਨਾਂ ਨੂੰ ਅੰਦਰ ਖਾ ਤਾ ਤੁਸੀਂ ਭਾਈ ਭਾਈ ਕਿਸੇ ਕਮਰੇ ਚ ਬਹਿ ਜਾਓ ਤੇ ਬਾਕੀ ਜਨਤਾ ਨੂੰ ਥਾਣੇ ਬਾਹਰ ਕੱਢਤਾ ਤੇ ਉਹਦੀ ਪੁੱਛਗਿੱਛ ਲਈ ਛੇ ਘੰਟੇ ਦੁਆਰਾ ਜੀ ਉਹਨਾਂ ਨਾਲ ਸਵਾਲ ਜਵਾਬ ਹੋਏ ਸਵਾਲ ਕੀ ਹੋਏ ਤੇ ਜਵਾਬ ਕੀ ਹੋਏ ਇਹ ਵੀ ਅਜੇ ਉਹ ਬਾਹਰ ਨਿਕਲੀ ਹੋਈ ਕੱਲ ਨੂੰ ਜਦੋਂ ਚਾਰਜਸ਼ੀਟ ਪੇਸ਼ ਹੋਊਗੀ ਅਦਾਲਤ ਦੇ ਵਿੱਚ ਉੱਥੇ ਜ਼ਰੂਰ ਇਹ ਗੱਲ ਸਾਹਮਣੇ ਆਊਗੀ ਵੀ ਉਦੋਂ ਕੀ ਪੁੱਛਿਆ ਤੇ ਉਹਦੇ ਕੀ ਜਵਾਬ ਦਿੱਤਾ ਹਰ ਟ੍ਰਿਬਿਊਨ ਦੀ ਰਿਪੋਰਟਾਂ ਦੇ ਮੁਤਾਬਕ ਉਹਨੇ ਸਿੱਧੇ ਰੂਪ ਕਿਸੇ ਸਵਾਲ ਦਾ ਜਵਾਬ ਦਿੱਤਾ ਨਹੀਂ ਹੈ ਤੁਹਾਡਾ ਜੀ ਜੋ ਮੇਰੇ ਕੋਲ ਜਾਣਕਾਰੀ ਹੈ ਉਹਨੇ ਸਿੱਧੇ ਰੂਪ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ ਤੇ ਹੁਣ ਦੇਖਦੇ ਹਾਂ ਉਹਦੀ ਅਗਲੀ ਪੇਸ਼ੀ ਕਿੱਦਾਂ ਹੋਊਗੀ ਉਹਦੀ ਪੇਸ਼ੀ ਦਾ ਪਤਾ ਨਹੀਂ ਕਦੋਂ ਹੋਊਗੀ ਕਦੋਂ ਨਹੀਂ ਹੋਊਗੀ ਤੁਸੀਂ ਗੱਲ ਕੀਤੀ ਹੈ ਉਸੇ ਜੈਡ ਸਿਕਿਉਰਿਟੀ ਦੇ ਕੋਲ ਉਹ ਭੱਜਿਆ ਸੀ ਜਿਹੜਾ ਲੱਭਿਆ ਨਹੀਂ ਸੀ ਕਿ ਉਹ ਜੈਡ ਸਿਕਿਉਰਿਟੀ ਦਾ ਕੋਈ ਬੰਦਾ ਮੁਅੱਤਲ ਕੀਤਾ ਗਿਆ ਕਿ ਉਹਦੀ ਜੈਡ ਸਿਕਿਉਰਿਟੀ ਦੇ ਵਿੱਚ ਕੋਈ ਬਦਲਾਅ ਕੀਤਾ ਗਿਆ ਇਹ ਗੱਲਾਂ ਅਸਲੀ ਸਵਾਲ ਤਾਂ ਇਹ ਨੇ ਕਿਸੇ ਨੇ ਕਿਸੇ ਅਖਬਾਰ ਨੇ ਅੱਜ ਤੱਕ ਕਿਸੇ ਨੇ ਸਵਾਲ ਉਠਾਏ ਜਾਂ ਨਹੀਂ ਉਠਾਏ ਇਹ ਗੱਲ ਕੱਲ ਨੂੰ ਆਪਾਂ ਜ਼ਰੂਰ ਕਰਾਂਗੇ ਜੀ ਆਪਾਂ ਦੁਬਾਰਾ ਵੀ ਇਹ ਗੱਲ ਕਰ ਚੁੱਕੇ ਹਾਂ ਕਿਉਂਕਿ ਤਿੰਨ ਅਫਸਰਾਂ ਨੂੰ ਇਹਦੀ ਪੁੱਛਗਿੱਛ ਜ਼ਰੂਰ ਹੋਈ ਆ ਉਹਨਾਂ ਨੇ ਕੀ ਜਵਾਬ ਦਿੱਤਾ ਉਹਦੇ ਉੱਤੇ ਸਰਕਾਰ ਨੇ ਕੀ ਕਾਰਵਾਈ ਕੀਤੀ ਆ ਉਹਦੇ ਬਾਰੇ ਅਜੇ ਸੂਚਨਾ ਨਹੀਂ ਹੈ ਜੀ ਕੋਈ ਨੀ ਮੈਂ ਕੋਸ਼ਿਸ਼ ਕਰੂੰਗਾ ਕੱਲ ਨੂੰ ਇਹਦੇ ਬਾਰੇ ਜਿੰਨੀ ਕੁ ਜਾਣਕਾਰੀ ਹੋਈ ਆਪਾਂ ਆਪਣੇ ਦਰਸ਼ਕਾਂ ਨਾਲ ਆਪਣੇ ਸਰੋਤਿਆਂ ਨਾਲ ਸਾਂਝੀ ਜ਼ਰੂਰ ਕਰਾਂਗੇ ਸੋ ਹੁਣ ਵੀ ਉਹ ਆ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਸੋ ਲੈਣੇ ਆਜ਼ਾਦ ਸੋ ਦੋਸਤੋ ਅਗਲਾ ਪ੍ਰੋਗਰਾਮ ਲੈ ਕੇ ਖਬਰਾਂ ਦੀ ਦੁਨੀਆਂ ਵਿੱਚ ਚੱਲਦੇ ਹਾਂ ਸਵਾਨ ਟੈਨਾ ਜੀ ਦੇ ਨਾਲ ਬਣੇ ਰਹੋ ਰੇਡੀਓ ਚੰਨ ਪ੍ਰਦੇਸੀ ਦੇ ਨਾਲ ਬਾਈ ਬਹੁਤ ਭੁੱਖ ਲੱਗੀ ਆ ਆਪਾਂ ਹਾਈਵੇ 70 ਤੇ ਜਾ ਰਹੇ ਹਾਂ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ ਬਾਈ ਉੱਥੇ ਕੀ ਖਾਸ ਹੈ ਜਾ ਉੱਥੇ ਮਿੱਤਰਾਂ ਦਾ ਢਾਬਾ ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ ਬਾਈ ਪਹਿਲਾਂ ਵਾਲੀ ਨਾ ਕਰਿਓ 2 ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ ਨਾ 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 ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ ਮਰਜ਼ੀ ਆਪਣੀ ਹੈ ਚਲੋ ਬਾਈ ਚੱਲੀਏ ਫਿਰ ਆਪਾਂ ਮਿੱਤਰਾਂ ਦਾ ਢਾਬਾ ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ ਚਾਹੇ ਤੁਸੀਂ ਹਾਈਵੇ 70 69 65 ਜਾਂ 74 ਤੇ ਆ ਰਹੇ ਹੋ ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ ਇੰਡੀਅਨ ਐਪਲਸ ਇੰਡੀਆਨਾ ਹਾਈਵੇ 70 ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317-786-1022 317-786-1022 ਬੱਲਾ 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 ਭਤੀਜ ਆ ਤਾਂ ਤੈਂ ਵੀਰੇ ਕਮਾ ਲਈ ਕਰਤੀ ਹੈ ਖਾਸੇ ਪੈਸੇ ਲਾ ਤੇ ਲੱਗਦਾ ਘਰ ਤੇ ਓਏ ਹੋਰ ਚਾਚਾ ਲੱਖਾਂ ਡਾਲਰ ਲੱਗ ਗਿਆ ਮੇਰਾ ਤਾਂ ਹੁਣ ਤਾਂ ਤੇਰੀ ਮਿਲਬੌਨ ਚ ਚੜਾਈ ਹੈ ਅੱਛਾ ਪੱਚ ਮੈਨੂੰ ਐ ਦੱਸ ਇਹਦੇ ਵਿੱਚ ਹੁਣ ਕੁਰਸੀਆਂ ਟੇਬਲ ਮੇਜ ਬੈਡ ਬੁੱਡ ਕਿੱਥੋਂ ਲਿਆਉਣੇ ਨੇ ਉਹ ਲਿਆਉਣੇ ਕਿੱਥੋਂ ਤਾਂ ਆ ਪਤਾ ਤਾਂ ਹੈ ਤੈਨੂੰ ਜਿੱਥੋਂ ਬੈਡ ਮਿਲ ਗਿਆ ਬੈਡ ਲੈ ਲਾਂਗੇ ਜਿੱਥੋਂ ਸੋਫਾ ਮਿਲ ਗਿਆ ਸੋਫਾ ਲੈ ਲਾਂਗੇ ਉਹ ਜੁਰ ਫਿੱਚੇ ਮੂੰਹ ਤੇਰੇ ਤੂੰ ਤਾਂ ਸਵਾਹ ਦੀ ਗੱਲ ਤੇ ਯਾਰ ਮੈਨੂੰ ਐ ਦੱਸ ਪਤੰਦਰਾ ਵੀ ਬਿਨਾਂ ਗਹਿਣੇ ਤੋਂ ਜਨਾਨੀ ਸੋਹਣੀ ਲੱਗਦੀ ਹੈ ਨਾ ਚਾਚਾ ਫੇਰ ਬਿਨਾਂ ਵਧੀਆ ਫਰਨੀਚਰ ਤੋਂ ਕੋਠੀ ਸੋਹਣੀ ਲੱਗੂ ਆਹ ਤਾਂ ਗੱਲ ਤੇਰੀ ਬਿਲਕੁਲ ਠੀਕ ਆ ਇਸੇ ਕਰਕੇ ਤੂੰ ਚੱਲ ਮੇਰੇ ਨਾਲ D9 ਡਿਜ਼ਾਈਨ ਫਰਨੀਚਰ ਵਾਲਿਆਂ ਦੇ ਗੱਲ ਬਣਾ ਦੇਣਗੇ ਗੱਲ ਆਸਟ੍ਰੇਲੀਆ ਦੇ ਮੈਲਬਰਨ ਵਾਸੀਆਂ ਲਈ ਖੁਸ਼ਖਬਰੀ D9 ਡਿਜ਼ਾਈਨ ਫਰਨੀਚਰ ਸ਼ੋਰੂਮ ਨੰਬਰ 3 ਨੰਬਰ 5 ਕਨੈਕਟ ਡਰਾਈਵ ਟਰਗਨੀਨਾ ਤੇ ਬਿਲਕੁਲ ਡੋਰਟੀ ਰੋਡ ਤੇ ਪਾਲਮਸ ਰੋਡ ਤੇ ਕਾਰਨਰ ਤੇ ਹੈ ਜਦੋਂ ਪਾਲਮਸ ਰੋਡ ਤੋਂ ਜਾਂਦੇ ਹੈ ਡੋਰਟੀ ਰੋਡ ਕ੍ਰਾਸ ਕਰਨ ਤੋਂ ਪਹਿਲਾਂ ਹੀ ਲੈਫਟ ਹੈਂਡ ਸਾਈਡ ਤੇ ਟੂਵਰਡਸ ਰੋਬਿਨਸਨ ਰੋਡ ਹੈ ਜੀ ਤੁਹਾਡਾ ਆਪਣਾ D9 ਡਿਜ਼ਾਈਨ ਫਰਨੀਚਰ ਆਪਣੇ ਘਰ ਵਿੱਚ ਸਟਾਈਲਿਸ਼ ਫਰਨੀਚਰ ਨਾਲ ਨਵੀਂ ਜਾਨ ਪਾਉਣ ਲਈ ਇੱਕ ਵਾਰ ਇੱਥੇ ਜ਼ਰੂਰ ਆਓ ਵਧੇਰੇ ਜਾਣਕਾਰੀ ਲਈ ਕਾਲ 0393-9418-23 0393-9414-23 D9 ਡਿਜ਼ਾਈਨ ਫਰਨੀਚਰ ਟਾਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਗੁਡ ਮਾਰਨਿੰਗ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਤੇ ਤੁਹਾਨੂੰ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਟਾਣਾ ਸਾਹਿਬ ਕੀ ਕਹਿੰਦਾ ਮੌਸਮ ਬਹਾਰ ਫਸਲਬਾੜੀ ਜਿਹੜੀ ਹੈ ਹੁਣ ਉਹ ਜ਼ੋਰਾਂ ਤੇ ਹੋ ਗਈ ਹੋਣੀ ਹੈ ਆਉਣੀ ਸ਼ੁਰੂ ਹੋ ਗਈ ਹੋਣੀ ਹੈ ਪੰਜਾਬ ਦੇ ਵਿੱਚ
ਧਾਨ? ਹਾਂ ਬਿਲਕੁਲ ਜੀ, ਜਿਹੜੀ ਝੋਨੇ ਦੀ ਫਸਲ ਆ ਉਹ ਮੰਡੀਆਂ ਦੇ ਵਿੱਚ ਆਉਣ ਦਾ ਸਿਲਸਿਲਾ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ। ਮੈਂ ਪਰਸੋਂ ਹੀ ਜਾ ਕੇ ਆਇਆ ਆਪਣੇ ਪਿੰਡ ਵੱਲ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਹੁਣ ਇਸ ਆਹ ਦੇ ਵਿੱਚ ਲੱਗੇ ਹੋਏ ਆ ਵੀ ਵੱਢੀ ਜਾਵੇ ਫਸਲ, ਕਿਉਂਕਿ ਝੋਨਾ ਜਿਹੜਾ ਉਹ ਤਕਰੀਬਨ ਪੱਕਣ ਦੇ ਉੱਤੇ ਆਇਆ ਹੋਇਆ। ਤੇ ਦੂਜੀ ਗੱਲ ਇਹ ਜੀ ਜਿਹੜਾ ਮੌਸਮ ਆ ਤੇ ਮੌਸਮ ਦੇ ਵਿੱਚ ਕੋਈ ਤਬਦੀਲੀ ਹੈ ਨੀ ਗੀ, ਗਰਮੀ ਆ ਜਿਹੜੀ ਉਹ ਸਿਖਰ ਦੇ ਉੱਤੇ ਆ। ਪਿਛਲੇ ਤਕਰੀਬਨ 10 ਦਿਨਾਂ ਤੋਂ ਪੰਜਾਬ ਦੇ ਵਿੱਚ ਗਰਮੀ ਲੋੜਾਂ ਦੀ ਪੈ ਰਹੀ ਆ ਤੇ ਮੌਸਮ ਵਿਭਾਗ ਦਾ ਇਹ ਕਹਿਣਾ ਜੀ ਕਿ ਹਾਲੇ ਆਉਂਦੇ 48 ਘੰਟਿਆਂ ਦੇ ਵਿੱਚ ਕੋਈ ਤਬਦੀਲੀ ਦੀ ਸੰਭਾਵਨਾ ਹੈ ਨੀ ਗੀ, ਮੀਂਹ ਕਣੀ ਦੀ ਬਦਲਵਾਈ ਦੀ ਕੋਈ ਸੰਭਾਵਨਾ ਨਹੀਂ ਜੀ। ਦੂਜੇ ਪਾਸੇ ਜਿਹੜੀ ਹੁਣ ਕਿਸਾਨੀ ਅੰਦੋਲਨ ਦੇ ਕਰਕੇ ਸਿਆਸਤ ਚੱਲੀ ਹੈ, ਪਤਾ ਲੱਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਯਾਦ ਆ ਗਈ ਸ਼ਹੀਦ ਆਜ਼ਮ ਭਗਤ ਸਿੰਘ ਦੀ, ਜਾ ਪਹੁੰਚੇ ਖਟਖੜ ਕਲਾਂ? ਹਾਂ ਬਿਲਕੁਲ ਜੀ, ਕੱਲ ਸੀਗੇ ਸ਼ਹੀਦ ਭਗਤ ਸਿੰਘ ਦਾ 113ਵਾਂ ਜਨਮ ਦਿਨ ਸੀਗਾ ਤੇ ਖਟਖੜ ਕਲਾਂ ਦੇ ਵਿੱਚ ਜਿਵੇਂ ਬਾਕੀ ਵੱਖ ਵੱਖ ਪਾਰਟੀਆਂ ਜਾਂਦੀਆਂ ਹੁੰਦੀਆਂ ਤੇ ਹਰ ਸਾਲ ਜਾਂਦੀਆਂ ਹੁੰਦੀਆਂ ਤੇ ਕੱਲ ਸ਼ਹੀਦ ਭਗਤ ਸਿੰਘ ਦੇ ਪਿੰਡ ਦੇ ਵਿੱਚ ਖਟਖੜ ਕਲਾਂ ਦੇ ਵਿੱਚ ਦੇ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਗਏ ਆ, ਇਹਨਾਂ ਦੇ ਵੱਲੋਂ ਉੱਥੇ ਜਾ ਕੇ ਤੇ ਉਹ ਗੱਲਾਂ ਕੀਤੀਆਂ ਜਾਂਦਾ ਜਿਹੜੀਆਂ ਆਮ ਤੌਰ ਦੇ ਉੱਤੇ ਹੁੰਦੀਆਂ। ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜੀ ਜੋ ਇਸ ਵਕਤ ਕਿਸਾਨੀ ਅੰਦੋਲਨ ਪੰਜਾਬ ਦੇ ਵਿੱਚ ਚੱਲ ਰਹੇ ਆ ਤੇ ਇਸ ਅੰਦੋਲਨ ਦੇ ਨਾਲ ਅਸੀਂ ਖੜੇ ਹਾਂ, ਤੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਕੇਂਦਰ ਦੇ ਵੱਲੋਂ ਧਰਪਾਤੀ ਪੈ ਗਿਆ ਖੇਤੀ ਕਾਨੂੰਨ ਬਣਾ ਦਿੱਤੇ ਗਏ ਆ, ਤੇ ਉਹ ਪਹਿਲਾਂ ਦਿਨ ਸੀ ਤੇ ਰਾਸ਼ਟਰਪਤੀ ਨੇ ਪ੍ਰਵਾਨਗੀ ਦੀ ਮੋਹਰ ਲਾ ਦਿੱਤੀ ਤੇ ਹੁਣ ਇਹ ਕਾਨੂੰਨ ਬਣ ਗਏ ਆ। ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਇਹਦੇ ਖਿਲਾਫ਼ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ। ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੇ ਦੱਬੇ ਹੈਗੇ ਆ ਤੇ ਸਾਨੂੰ ਕਿਸਾਨੀ ਦੇ ਮਸਲਿਆਂ ਦਾ ਪਤਾ। ਪਰ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਇਹਨਾਂ ਖ਼ਬਰਾਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਅੰਦੋਲਨ ਚੱਲਦਾ ਨਾ ਜਦੋਂ ਉਹ ਲੰਮਾ ਸਮਾਂ ਚੱਲ ਜਾਂਦਾ ਤਾਂ ਉਹਦੇ ਵਿੱਚ ਰਾਜਨੀਤਿਕ ਲੋਕ ਘੁਸਪੈਠ ਕਰ ਦਿੰਦੇ ਆ। ਜੇ ਬਰਗਾਨੀ ਵਾਲੇ ਅੰਦੋਲਨ ਦਾ ਪਤਾ ਹੀ ਨਹੀਂ ਲੱਗਿਆ ਕਿ ਉਹਦਾ ਬਣ ਕੀ ਗਿਆ, ਉਹ ਕਿਹੜੇ ਪਾਸੇ ਦਾ ਮੋੜ ਕੱਟ ਗਿਆ, ਇਹ ਨਤੀਜੇ ਨੇ ਉੱਤੇ ਪਹੁੰਚਣ ਵੇਲੇ ਤੇ ਕਿਹੋ ਦਾ ਮੋੜ ਕੱਟਿਆ ਉਹਨੇ, ਅੱਜ ਤੱਕ ਪਤਾ ਨੀ ਲੱਗਿਆ ਵੀ ਉਹ ਅੰਦੋਲਨ ਕਿਹੜੀ ਗੱਲ ਹੋ ਗਿਆ ਸੀਗਾ। ਉਸੇ ਤਰੀਕੇ ਦੇ ਨਾਲ ਹੁਣ ਕਿਸਾਨੀ ਅੰਦੋਲਨ ਦਾ ਵੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਸੀਗਾ ਇਹ ਖੇਤ ਮਜ਼ਦੂਰਾਂ ਤੇ ਕਿਸਾਨਾਂ ਦਾ ਅੰਦੋਲਨ, ਹੌਲੀ ਹੌਲੀ ਖੇਤ ਮਜ਼ਦੂਰ ਤੇ ਕਿਸਾਨ ਪਿੱਛੇ ਰਹਿ ਗਏ, ਹੁਣ ਇਹ ਅੰਦੋਲਨ ਬਣ ਗਿਆ ਅਕਾਲੀਆਂ ਤੇ ਕਾਂਗਰਸੀਆਂ ਦਾ। ਹੁਣ ਜਿਹੜੇ ਧਰਨੇ ਆ ਉਹ ਅਕਾਲੀਆਂ ਤੇ ਕਾਂਗਰਸੀਆਂ ਦੇ ਸ਼ੁਰੂ ਹੋ ਚੁੱਕੇ ਆ। ਤੁਸੀਂ ਕਿਸੇ ਥਾਂ ਤੇ ਜਾਂਦੇ ਹੋ ਉੱਥੇ ਮੰਨ ਲਓ ਜੇ 2000 ਬੰਦਾ ਵੇਖਦਾ ਉਹ ਕਹਿੰਦੇ ਜੀ ਅਕਾਲੀ ਦਲ ਦੀਆਂ ਝੰਡੀਆਂ ਸਾਡੇ ਹੱਥ ਚ ਆ, ਹੋਰ ਕਿਤੇ ਜਾਂਦੇ ਹੋ ਉੱਥੇ ਦੇਖਦੇ ਹੋ ਉਹ ਕਾਂਗਰਸ ਦੀਆਂ ਝੰਡੀਆਂ ਦਾ ਹੁੰਦਾ। ਮਤਲਬ ਇਹ ਹੈ ਵੀ ਕਿਸਾਨਾਂ ਦਾ ਮੋਢਾ ਵਰਤਿਆ ਗਿਆ ਤੇ ਕਿਸਾਨ ਆ ਜਿਹੜੇ ਉਹ ਪਿੱਛੇ ਹੋ ਗਏ ਤੇ ਪਾਰਟੀ ਦਾ ਹੁਣ ਅੱਗੇ ਰਹੀ ਗਿਆ। ਕੱਲ ਵੀ ਇਹੀ ਗੱਲ ਕਹੀ ਹੈ ਸ਼ਹੀਦ ਭਗਤ ਸਿੰਘ ਦੇ ਮੋਢੇ ਦੇ ਵਰਤਿਆ ਗਿਆ, ਆਮ ਤੌਰ ਦੇ ਉੱਤੇ ਪਤਾ ਕਿ ਮੋਢਾ ਵਰਤਿਆ, ਕੱਲ ਤਾਂ ਸ਼ਹੀਦ ਭਗਤ ਸਿੰਘ ਦਾ ਹੁੱਕ ਵੀ ਵਰਤ ਲਿਆ, ਕਿਉਂਕਿ ਹੁੱਕ ਦੇ ਗੋਲ ਖੜ ਕਰਕੇ ਸਾਰੀ ਇਹ ਗੱਲਾਂ ਸਹੀ ਗਈ ਆ। 2022 ਦੇ ਬਦਲੇ ਜਦੋਂ ਅਸੀਂ ਬਹੁਤ ਕੁਝ ਕਰਕੇ ਦਿਖਾਵਾਂਗੇ, ਅਸੀਂ ਇਹ ਧਰਨੇ ਲੰਮਾ ਸਮਾਂ ਚਲਾਵਾਂਗੇ, ਅਸੀਂ ਧਰਨੇ ਉੱਧਰ ਦੇ ਦੇਵਾਂਗੇ, ਅਸੀਂ ਧਰਨੇ ਇੱਧਰ ਦੇ ਦੇਵਾਂਗੇ, ਤੇ 2022 ਦੇ ਵਿੱਚ ਸਾਡੀ ਸਰਕਾਰ ਆਉਂਦਾ ਕਿ ਆਓ ਤੇ ਫਿਰ ਦੇਖੋ ਅਸੀਂ ਬਣਾਉਂਦੇ ਕੀ ਆ। ਮਤਲਬ ਕੀ ਹੈ ਵੀ ਕਿਸਾਨ ਤੇ ਮਜ਼ਦੂਰ ਤਾਂ ਵਰਤਣੇ ਵਰਤਣੇ ਜੀ, ਕੱਲ ਸ਼ਹੀਦ ਭਗਤ ਸਿੰਘ ਦਾ ਬਹੁਤ ਹੀ ਵਰਤ ਲਿਆ। ਉੱਧਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭਗਤ ਸਿੰਘ ਦੀ ਜਿਹੜੀ ਹੈ ਇਸ ਜਨਮ ਦਿਨ ਦੇ ਉੱਤੇ ਕਿਹਾ ਕਿ ਉਹਨਾਂ ਦੀ ਸੂਰਮ ਗਤੀ ਜਿਹੜੀ ਹੈ ਉਹ ਸਦੀਆਂ ਤੱਕ ਲੋਕਾਂ ਨੂੰ ਪ੍ਰੇਰਿਤ ਕਰੂਗੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੇ ਉਹਨਾਂ ਦੀ ਸੂਰਮ ਗਤੀ ਨੂੰ ਮੰਨਦੇ ਨੇ ਪਰ ਸ਼ਹੀਦ ਨਹੀਂ ਮੰਨਿਆ ਜੀ। ਟਾਣਾ ਸਾਹਿਬ ਦੇਖੋ ਜੀ, ਗੱਲ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸ਼ਹੀਦ ਭਗਤ ਸਿੰਘ ਦੇ ਸਿੱਖਾਂ ਦੇ ਪੁਲ ਤਾਂ ਬਹੁਤ ਬੰਨੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੋ ਸ਼ਹੀਦ ਭਗਤ ਸਿੰਘ ਸੀਗੇ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਲਾੜੀ ਮੌਤ ਨਾਲ ਵਿਆਹ ਕਰ ਲਿਆ, 23 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਗੋਰਿਆਂ ਨੂੰ ਇੱਥੋਂ ਧਰਤੀ ਤੋਂ ਕੱਢਣ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ ਆ। ਉਹਨਾਂ ਨੇ ਕਿਹਾ ਜੀ ਕਿ ਏਦਾਂ ਲੱਗਦਾ ਹੁੰਦਾ ਸੀ ਗੋਰੀ ਹਕੂਮਤ ਨੂੰ ਕਿ ਭਾਰਤ ਦੇ ਵਿੱਚ ਅਸੀਂ ਕਦੇ ਜਾਣਾ ਹੀ ਨਹੀਂ, ਸਾਡੀ ਕਦੇ ਸ਼ਾਸਨ ਦਾ ਸੂਰਜ ਛੁੱਟਣਾ ਹੀ ਨਹੀਂ। ਪਰ ਦੇਖੋ ਕਮਾਲ ਕਰਕੇ ਉਸ ਨੌਜਵਾਨ ਨੇ ਇਸ ਵਕਤ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਦੀ ਲੋੜ ਆ ਤੇ ਭਗਤ ਸਿੰਘ ਵਰਗੇ ਨੌਜਵਾਨਾਂ ਦੀ ਬੜੀ ਲੋੜ ਆ ਸਾਡੇ ਦੇਸ਼ ਨੂੰ। ਹੁਣ ਜਦੋਂ ਭਗਤ ਸਿੰਘ ਦੇ ਬਾਰੇ ਇੰਨਾ ਕੁਝ ਪਤਾ ਤੇ ਉਸਦੇ ਬਾਵਜੂਦ 20 ਪੰਜਾਬੀਆਂ ਦੇ ਨਾਲ ਕੇਂਦਰ ਦੇ ਵੱਲੋਂ ਪੰਜੇ ਲਏ ਜਾਂਦੇ, ਹੁਣ ਇਹਦੇ ਉੱਤੇ ਮੈਨੂੰ ਹੈਰਾਨੀ ਵੀ ਹੁੰਦੀ ਹੈ। ਜਾਂ ਤਾਂ ਹੋਵੇ ਕਿ ਪਤਾ ਹੀ ਨਾ ਹੋਵੇ ਕਿ ਭਗਤ ਸਿੰਘ ਪੰਜਾਬੀ ਸੀ, ਭਗਤ ਸਿੰਘ ਨੇ ਪੰਜਾਬ ਦੇ ਵਿੱਚ ਜਨਮ ਲੈ ਕੇ ਤੇ ਇੰਨੇ ਵੱਡੇ ਪੱਧਰ ਦੇ ਉੱਤੇ ਅੰਦੋਲਨ ਚਲਾਇਆ
ਕਿਸੇ ਦੀ ਪ੍ਰਾਪਤ ਕੀਤੀ ਤੇ ਗੋਰਿਆਂ ਨੂੰ ਦੇਸ਼ ਦੇ ਵਿੱਚ ਬਾਹਰ ਕੱਢਣ ਦੇ ਵਿੱਚ ਯੋਗਦਾਨ ਪਾਇਆ। ਪਰ ਉਹ ਇੰਨਾ ਕੁਝ ਜਾਣਦੇ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਆ ਤੇ ਇਸ ਗੱਲ ਦੇ ਉੱਤੇ ਅਮਲ ਨਹੀਂ ਕਰ ਰਹੇ। ਮੈਂ ਫਿਰ ਇਹ ਸੋਚਦਾ ਵੀ ਸ਼ਾਇਦ ਮੋਦੀ ਸਾਹਿਬ ਨੂੰ ਇਸ ਗੱਲ ਦਾ ਪਤਾ ਹੋਵੇ ਵੀ ਭਾਈ ਅੱਗੇ ਵਾਲੀ ਗੱਲ ਨਹੀਂ ਹੈ। ਤੇ ਉਹ ਵੇਲਾ ਸੀ ਜਦੋਂ ਸ਼ਹੀਦ ਭਗਤ ਸਿੰਘ ਪੈਦਾ ਹੁੰਦੇ ਸੀਗੇ ਤੇ ਅੱਜ ਉਹ ਵੇਲਾ ਜਦੋਂ ਨੌਜਵਾਨ ਨਸ਼ਿਆਂ ਦੇ ਵਿੱਚ ਲੱਗੇ ਹੋਏ ਆ, ਜਦੋਂ ਨੌਜਵਾਨ ਆ ਜਿਹੜੇ ਉਪਦੇਸ਼ਾਂ ਦੇ ਵੱਲ ਜਾ ਰਹੇ ਆ, ਜਦੋਂ ਨੌਜਵਾਨ ਹੋਰ ਵੱਖ ਵੱਖ ਆਪਦੇ ਨਿੱਜੀ ਕੰਮਾਂ ਦੇ ਵਿੱਚ ਮਸਰੂਫ ਪੈ ਗਏ ਆ, ਤੇ ਸਭ ਕੁਝ ਜਾਣਦੇ ਹੋਣ ਦੇ ਬਾਵਜੂਦ ਤੇ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਉਹ ਪੰਜਾਬੀਆਂ ਦੇ ਨਾਲ ਹੋ ਰਹੀ ਜ਼ਿਆਦਤੀ ਜਾਂ ਕੀਤੀ ਜਾ ਰਹੀ ਜ਼ਿਆਦਤੀ ਤੋਂ ਹੱਸਦੇ ਨਹੀਂ ਕਿ ਬਾਜ ਵੀ ਆਏ। ਤੇ ਉਸ ਤੋਂ ਅਗਲੀ ਗੱਲ ਇਹ ਹੈਗੀ ਆ ਵੀ ਕੱਲੀ ਇਹ ਗੱਲ ਕਹਿ ਦੇਣੀ ਕਿ ਭਗਤ ਸਿੰਘ ਏਦਾਂ ਹੈ, ਭਗਤ ਸਿੰਘ ਦੀ ਕੁਰਬਾਨੀ ਨੂੰ ਅਸੀਂ ਚੇਤੇ ਕਰਦੇ ਹਾਂ, ਗੱਲ ਨਹੀਂ ਬਣਦੀ। ਲੋੜ ਇਸ ਗੱਲ ਦੀ ਹੈ ਕਿ ਉਹਨਾਂ ਦੀ ਕੁਰਬਾਨੀ ਤੋਂ ਸਬਕ ਵੀ ਸਿੱਖਿਆ ਜਾਵੇ। ਮੈਂ ਹੁਣ ਕੱਲ੍ਹ ਦੇਖਿਆ ਵੀ ਬਹੁਤ ਕੁਝ ਮੇਰੇ ਮਨ ਦੇ ਵਿੱਚ ਆਇਆ। ਮੈਂ ਕਿਹਾ ਵੀ ਦੇਖੋ ਰਾਜਨੀਤਿਕ ਰੰਗਣ ਦੇ ਵਿੱਚ ਰੰਗੇ ਹੋਏ ਲੋਕ ਵੀ ਕਹੀ ਜਾਂਦੇ ਆ ਵੀ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਅਸੀਂ ਫਿਰ ਜਾਂਗੇ, ਪਰ ਰੋਕਿਆ ਵੀ ਤਾਂ ਇਹਨਾਂ ਨੇ ਆ। ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਇਹਨਾਂ ਲੋਕਾਂ ਨੇ ਨੀ ਸਿਰਜਣ ਦਿੱਤਾ, ਇਹਨਾਂ ਲੋਕਾਂ ਨੇ ਸਿਰਜਣਾ ਸੀ ਸਾਡੀ ਅਗਵਾਈ ਦੇ ਵਿੱਚ, ਸਾਡੀ ਅਗਵਾਈ ਕਰਕੇ, ਪਰ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਗਿਆ। ਤੇ ਇਸ ਕਰਕੇ ਆ ਵੀ ਜੋ ਮਨ ਦੇ ਵਿੱਚ ਆਉਂਦਾ ਉਹ ਬੋਲ ਤਾਂ ਦਿੰਦੇ ਆ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਨਹੀਂ ਕਰਦੇ। ਜੀ ਜੀ, ਵੈਸੇ ਤਾਂ ਇੱਕ ਅੱਗੇ ਦੋ ਤਿੰਨ ਪਿੰਡਾਂ ਦੇ ਵਿੱਚ ਇੱਕ ਪੁਰੋਹਿਤ ਹੁੰਦਾ ਸੀ ਜਿਹੜਾ ਦੀਵਾਲੀ ਦੁਸਹਿਰੇ ਦੇ ਉੱਤੇ ਹਰ ਘਰ ਦੇ ਵਿੱਚ ਜਾਂਦਾ ਸੀ, ਤੇ ਮੈਨੂੰ ਪਤਾ ਕਿ ਸਾਡੇ ਗਵਾਂਢ ਦੇ ਵਿੱਚ ਸਾਡੇ ਪਿੰਡ ਦਾ ਇੱਕ ਪੜੋਸ ਸੀ, ਦੋ ਤਿੰਨ ਪਿੰਡਾਂ ਦਾ ਸੀ, ਉਹਦੀ ਡੈਥ ਹੋ ਗਈ। ਉਹਦਾ ਮੁੰਡਾ ਅਜੇ ਛੋਟਾ ਸੀ, 8ਵੀਂ 9ਵੀਂ ਕਲਾਸ ਚ ਸੀ, ਉਹਨੂੰ ਡਿਊਟੀ ਦੇਣੀ ਪੈ ਗਈ ਆਪਣੇ ਡੈਡੀ ਵਾਲੀ ਮਾਂ ਦਾ ਪੁੱਤ ਮਾਈ ਬੈਸਟ ਫਰੈਂਡ ਦਾ ਐਸੇ ਪੜ੍ਹਿਆ ਆਉਂਦਾ ਸੀ, ਜਦੋਂ ਉਹਨੂੰ ਕਹਿੰਦੇ ਸੀ ਵੀ ਸ਼ੁਰੂ ਕਰ ਵੀ ਹੁਣ ਭਾਈ ਤੂੰ ਵੀ ਕਥਾ ਕਰ ਮਾੜੀ ਮੋਟੀ, ਵੀ ਉਦੋਂ ਲੋਕਾਂ ਨੂੰ ਕੋਈ ਨਹੀਂ ਸੀ ਪਤਾ ਲੱਗਦਾ, ਉਹਦੇ ਨਾਲ ਵੀ ਕੰਮ ਸਾਰ ਲੈਂਦਾ ਸੀ। ਸਾਡੇ ਪ੍ਰਧਾਨ ਮੰਤਰੀ ਸ਼ਹੀਦਾਂ ਦਾ ਨਾਂ ਵੀ ਇਸ ਤਰੀਕੇ ਨਾਲ ਹੀ ਵਰਤਦੇ ਨੇ, ਕਿਉਂਕਿ ਜੇ ਸਾਡੇ ਲੋਕ ਸਮਝਣ ਦੇ ਵਿੱਚ ਇੱਥੋਂ ਤੱਕ ਬੁੱਧੂ ਰਹੇ, ਉਹਨਾਂ ਨੂੰ ਨਹੀਂ ਪਤਾ ਲੱਗਣਾ ਫਿਰ ਜਿਹੜਾ ਵੀ ਮਰਜ਼ੀ ਜਿਵੇਂ ਮਰਜ਼ੀ ਇਹਨਾਂ ਨੂੰ ਵਰਤੀ ਜਾਵੇ, ਕੋਈ ਫਰਕ ਨਹੀਂ ਪੈਣਾ। ਦੂਜੇ ਪਾਸੇ ਟਹਿਣਾ ਸਾਹਿਬ ਨਵਜੋਤ ਸਿੱਧੂ ਜੀ, ਉਹ ਕਹਿੰਦੇ ਕੇਂਦਰ ਦੇ ਗਲਤ ਫੈਸਲਿਆਂ ਨੇ ਸੜਕਾਂ ਤੇ ਰੋਲਤੇ ਕਿਸਾਨ, ਕਹਿੰਦਾ ਹੁਣ ਮਿੱਤਰੋ ਸਮਾਂ ਆ ਗਿਆ ਕਿ ਇਲੈਕਸ਼ਨਾਂ ਲੜਨੀਆਂ ਸ਼ੁਰੂ ਕਰੋ। ਨਵਜੋਤ ਸਿੱਧੂ ਨੂੰ ਪੁੱਛੇ ਤੁਸੀਂ ਜਿਹੜੇ 15-20 ਕੀ ਤਕਰੀਬਨ 60% ਜਿਹੜੇ ਤੁਸੀਂ ਪੰਜਾਬ ਦੀ ਵਿਧਾਨ ਸਭਾ ਚ ਬੈਠੇ ਹੋ, ਕਿਸਾਨਾਂ ਦੇ ਨਾਲ ਜੁੜੇ ਹੋਏ ਹੋ, ਮਜ਼ਦੂਰਾਂ ਦੇ ਘਰਾਂ ਚੋਂ ਆਏ ਹੋ, ਤੁਸੀਂ ਤਾਂ ਬਦਲਾਅ ਲਿਆਂਦਾ ਨੀ, ਕਿਸਾਨਾਂ ਨੂੰ ਇਲੈਕਸ਼ਨ ਲੜਾ ਕੇ ਕੀ ਕਰ ਲਓਗੇ? ਜੀ ਦੇਖੋ ਗੱਲ ਇਹ ਜੀ ਕਿ ਨਵਜੋਤ ਸਿੰਘ ਸਿੱਧੂ ਨੇ ਕੱਲ ਆਪਦੀ ਡਬਲੀ ਧੂਣੀ ਦੇ ਵਿੱਚ ਜਾ ਕੇ ਵਜਾਈ ਹੈ, ਜਿਵੇਂ ਕੈਪਟਨ ਸਾਹਿਬ ਨੇ ਖੱਟਰ ਕਲਾਂ ਦੇ ਵਿੱਚ ਕੱਲ ਧਰਨਾ ਦੇ ਵਿੱਚ ਵਜਾਈ ਹੈ। ਨਵਜੋਤ ਸਿੱਧੂ ਨੇ ਪਾਰਟੀ ਤੋਂ ਅੱਡਾ ਹੋ ਕੇ ਵਜਾਈ ਹੈ ਤੇ ਇਧਰ ਖੜਕੜ ਕਲਾਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਦਫਲੀ ਵਜਾਈ ਹੈ। ਨਵਜੋਤ ਸਿੱਧੂ ਨੇ ਧੂਰੀ ਦੇ ਇੱਕ ਪਿੰਡ ਦੇ ਵਿੱਚ ਜਾ ਕੇ ਤੇ ਸੰਬੋਧਨ ਕੀਤਾ ਲੋਕਾਂ ਨੂੰ, ਉਹਨਾਂ ਨੇ ਪਹਿਲਾਂ ਤਾਂ ਸ਼ੇਅਰ ਵੀ ਸੁਣਾਈ ਹੈ, ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਡੀ ਪੱਗ ਨੂੰ ਹੱਥ ਪਾਇਆ ਕੇਂਦਰ ਸਰਕਾਰ ਨੇ, ਇਹਨਾਂ ਨੇ ਕਿਹਾ ਜੀ ਕਿ ਸਾਡੀ ਹੋਂਦ ਨੂੰ ਖਤਰਾ ਪੈਦਾ ਹੋਇਆ ਕਿ ਪੰਜਾਬ ਨੂੰ ਜਾਗਣ ਦੀ ਲੋੜ ਆ, ਪੰਜਾਬੀਆਂ ਨੂੰ ਜਾਗਣ ਦੀ ਲੋੜ ਆ, ਐਮਐਸਪੀ ਖਤਮ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਜੇਕਰ ਪੰਜਾਬ ਦੇ ਵਿੱਚ ਵੇਰਕਾ ਦੁੱਧ ਦੇ ਉੱਤੇ ਐਮਐਸਪੀ ਮਿਲ ਸਕਦੀ ਹੈ ਤੇ ਹਿਮਾਚਲ ਦੇ ਵਿੱਚ ਸੇਬ ਦੇ ਉੱਤੇ ਐਮਐਸਪੀ ਮਿਲ ਸਕਦੀ ਹੈ ਤਾਂ ਪੰਜਾਬ ਦੀ ਹਰ ਫਸਲ ਦੇ ਉੱਤੇ ਕਿਉਂ ਨਹੀਂ ਐਮਐਸਪੀ ਮਿਲ ਸਕਦੀ? ਇਹਨਾਂ ਨੇ ਇਹ ਗੱਲ ਕਹੀ ਆ ਵੀ ਕਿਸਾਨਾਂ ਨੂੰ ਚਾਹੀਦਾ ਵੀ ਇਹ ਆਪਦੇ ਬੰਦੇ ਆਪਦੇ ਨੁਮਾਇੰਦੇ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਣ ਤਾਂ ਜੋ ਉੱਥੇ 10-12 ਤੁਹਾਡੇ MLA ਹੋਣ ਤੇ ਤੁਸੀਂ ਉੱਥੇ ਕਿਸੇ ਹੋਰ ਦੇ ਵੱਲ ਨਾ ਨਿਗਾਹ ਰੱਖੋ, ਤੁਹਾਡੇ ਜਿਹੜੀ ਅਗਵਾਈ ਕਰਨ ਵਾਲੇ ਬੰਦੇ ਆ ਤੁਹਾਡੇ ਆਪਣੇ ਬੰਦੇ ਆ ਜਿਹੜੇ ਉਹ ਉੱਥੇ ਜਾ ਕੇ ਤੇ ਤੁਹਾਡੇ ਮਸਲਿਆਂ ਨੂੰ ਹੱਲ ਕਰਨ, ਉੱਥੇ ਜਾ ਕੇ ਤੁਹਾਡੇ ਮੁੱਦੇ ਚੁੱਕਣ। ਪਰ ਮੇਰੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਬਈ ਜਿਹੜੇ ਰਾਜਨੀਤਿਕ ਲੋਕ ਚੁਣੇ ਜਾਂਦੇ ਆ, ਜਿਹੜੇ MP ਬਣਦੇ ਆ, ਜਿਹੜੇ MLA ਬਣਦੇ ਆ, ਉਹ ਕਰੋੜਪਤੀ ਹੋਣੇ ਚਾਹੀਦੇ ਆ। ਇੱਕ ਇੱਕ ਵਿਧਾਇਕ ਦੀ ਚੋਣ ਦੇ ਉੱਤੇ 10-10, 15-15 ਕਰੋੜ ਰੁਪਈਆ ਖਰਚ ਆਉਂਦਾ ਘੱਟੋ ਘੱਟ, ਜਿਹੜੀ MP ਦੀ ਚੋਣ ਆ ਉਹਦੇ ਉੱਤੇ ਤਾਂ ਇਸ ਤੋਂ ਵੀ ਕਈ ਗੁਣਾ ਵੱਧ ਆ ਜਾਂਦਾ। ਹੁਣ ਜਿਹੜਾ ਬੰਦਾ ਸਧਾਰਨ ਆ, ਜਿਹਦੇ ਕੋਲੇ 2 ਕਿੱਲੇ ਜ਼ਮੀਨ ਆ, ਜਿਹਦੇ ਕੋਲੇ 6 ਕਨਾਲ ਜ਼ਮੀਨ ਆ, ਜਿਹਦੇ ਕੋਲੇ 4 ਕਿੱਲੇ ਜ਼ਮੀਨ ਆ, ਉਹਦਾ ਕਦੇ ਸਰਪੰਚੀ ਦੀ ਚੋਣ ਨਹੀਂ ਲੜ ਸਕਦਾ ਤਾਂ, ਕਿਉਂਕਿ ਸਰਪੰਚੀ ਦੀ ਚੋਣ ਦੇ ਉੱਤੇ ਵੀ 25-25-30 ਲੱਖ ਰੁਪਈਆ, ਹੁਣ 50-50 ਲੱਖ ਰੁਪਈਆ ਖਰਚਾ ਆਉਂਦਾ, ਕਿਉਂਕਿ ਲੋਕ ਲਾਲਚੀ ਇੰਨੇ ਹੋ ਚੁੱਕੇ, ਉਹ ਕਦੇ ਵੀ ਖਵਾ ਪਿਆ ਹੁਣ, ਕਿਉਂਕਿ ਜਦੋਂ ਸਰਪੰਚ ਬਣਨਾ ਤਾਂ ਪੈਸੇ ਲੈ ਕੇ ਵੋਟਾਂ ਪਾਉਂਦੇ ਆ। ਸੋ ਜੇਕਰ ਕਿਸੇ ਨੇ MLA ਬਣਨਾ ਮਤਲਬ 15-20 ਕਰੋੜ ਰੁਪਈਆ ਉਹਦੇ ਕੋਲੇ ਹੋਣਾ ਚਾਹੀਦਾ। ਸੋ ਸਿੱਧੂ ਸਾਹਿਬ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਜਿਹੜਾ ਮਾਤੜ ਬੰਦਾ ਉਹਦੀ ਕੋਈ ਸੁਣਵਾਈ ਹੈ ਨਹੀਂ ਗੀ,
ਮਾਸੜ ਬੰਦੇ ਤਾਂ ਰੋ ਹੀ ਸਕਦੇ ਆ ਉਹ ਲੀਡਰਾਂ ਦੇ ਮੂਹਰੇ, ਸੋ ਆਪਦੇ ਬੰਦੇ ਨੂੰ ਚੁਣਨ ਦਾ ਚਾਹੀਦਾ, ਪਰ ਤੁਸੀਂ ਵੀ ਤਾਂ ਸਾਡੇ ਆਪਦੇ ਬੰਦੇ ਹੀ ਹੋ, ਪਰ ਜਦੋਂ ਚੁਣ ਕੇ ਬਾਅਦ ਦੇ ਵਿੱਚ ਗੱਲ ਕਰਦੇ ਆ, ਕੋਈ ਕੁਰਸੀ ਦੇ ਪਿੱਛੇ ਰੁਕ ਜਾਂਦਾ, ਕੋਈ ਕਹਿ ਦਿੰਦਾ ਜੀ ਕਿ ਮੈਂ ਉਪ ਮੁੱਖ ਮੰਤਰੀ ਬਣਨਾ ਸੀ, ਕੋਈ ਕਹਿ ਦਿੰਦਾ ਮੇਰਾ ਅਹੁਦਾ ਵਾਪਸ ਕਿਹੜੀ ਜਦੋਂ ਲੈ ਲਿਆ, ਤੇ ਜਿਨ੍ਹਾਂ ਤੋਂ ਆਸ ਕੀਤੀ ਹੁੰਦੀ ਆ ਬਾਅਦ ਦੇ ਵਿੱਚ ਚੁੱਪ ਕਰਕੇ ਬਹਿ ਜਾਂਦੇ ਵੀ ਮੈਂ ਕਿਹੜਾ ਹੁਣ ਮੰਤਰੀ ਰਿਹਾ, ਹੁਣ ਤਾਂ ਮੈਂ MLA ਹੀ ਆ, ਮੈਂ ਤਾਂ ਆਪਦੇ ਹਲਕੇ ਦੀ ਗੱਲ ਕਰੂੰਗਾ ਜੀ। ਨਵਜੋਤ ਸਿੱਧੂ ਇੱਕ ਜੱਟ ਦਾ ਪੁੱਤ ਹੋਣ ਦੇ ਕਰਕੇ ਵੀ ਜੱਟ ਦੀ ਗੱਲ ਨਹੀਂ ਕਰ ਸਕਿਆ, ਇੱਕ ਤਕੜਾ ਸਪੋਰਟਸਮੈਨ ਹੋਣ ਦੇ ਕਰਕੇ ਵੀ ਕਦੇ ਪੰਜਾਬ ਦੇ ਵਿੱਚ ਕਿਸੇ ਸਪੋਰਟਸ ਦੀ ਗੱਲ ਨਹੀਂ ਕਰ ਸਕਿਆ, ਇਹ ਵੱਖਰੀ ਗੱਲ ਹੈ। ਲੋਕ ਚਹੇਤਾ ਬਣਿਆ ਹੋਇਆ, ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਾ ਕੇ ਬਹੁਤ ਸਮਾਂ ਲੱਗੂਗਾ, ਆਉਣ ਵਾਲੇ ਸਮੇਂ ਚ ਕੀ ਜਾਊ ਕੀ ਕਰੂਗਾ ਕਿੱਧਰ ਜਾਊਗਾ। ਮੋਸਟਲੀ ਇਹਨੂੰ ਇਹ ਪਤਾ ਨਹੀਂ ਹੈਗਾ ਕੈਪਟਨ ਅਮਰਿੰਦਰ ਸਿੰਘ ਕਿਹਦਾ ਪੁੱਤ ਹੈ, ਪ੍ਰਕਾਸ਼ ਸਿੰਘ ਬਾਦਲ ਕਿਹਦੇ ਪੁੱਤਰ ਨੇ, ਤੇ ਹੋਰ ਜਿੰਨੇ ਪ੍ਰਤਾਪ ਸਿੰਘ ਬਾਜਵਾ ਕਿਹਦਾ ਪੁੱਤ, ਸਾਰੇ ਸਾਰੇ ਤਾਂ ਕਿਸਾਨੀ ਚੋਂ ਆਏ ਹੋਏ ਨੇ। ਇਹਨਾਂ ਨੇ ਤਾਂ ਕਦੇ ਕੋਈ ਗੱਲ ਨਹੀਂ ਕਰੀ ਕਿਸਾਨਾਂ ਦੇ ਹੱਕ ਦੀ, ਵੀ ਹੁਣ ਤੂੰ ਕੌਣ ਹੁੰਦਾ ਇਹ ਗੱਲ ਕਹਿਣ ਨਾਲ। ਅਗਲੀ ਗੱਲ ਕਰੀਏ ਤਾਂ ਕਿਸਾਨਾਂ ਦਾ ਰੇਲ ਰੋਕ ਜਿਹੜਾ ਅੰਦੋਲਨ ਸੀਗਾ ਜੀ, ਉਹ ਪਤਾ ਲੱਗਿਆ 2 ਅਕਤੂਬਰ ਤੱਕ ਵਧਾ ਦਿੱਤਾ ਗਿਆ ਜੀ। ਹਾਂ ਬਿਲਕੁਲ ਜੀ, ਜਦੋਂ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਸੀਗਾ ਉਦੋਂ 24 ਤੋਂ ਲੈ ਕੇ ਤੇ 26 ਸਤੰਬਰ ਤੱਕ ਸ਼ੁਰੂ ਕੀਤਾ ਸੀਗਾ, ਫਿਰ ਇਹਦੇ ਸਮੇਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ, ਇਹਦਾ ਸਮਾਂ ਵਧਾ ਕੇ ਕਰ ਦਿੱਤਾ ਗਿਆ 29 ਤਰੀਕ ਤੱਕ, 29 ਸਤੰਬਰ ਤੱਕ ਯਾਨੀ ਕਿ ਅੱਜ ਤੱਕ। ਹੁਣ ਇਹਦੇ ਸਮੇਂ ਦੇ ਵਿੱਚ ਹੋਰ ਵਾਧਾ ਕਰਕੇ ਤੇ 2 ਅਕਤੂਬਰ ਤੱਕ ਕਰ ਦਿੱਤਾ ਗਿਆ। 2 ਅਕਤੂਬਰ ਤੱਕ ਪੰਜਾਬ ਦੇ ਵਿੱਚ ਕੋਈ ਵੀ ਰੇਲ ਗੱਡੀ ਭਾਵੇਂ ਸਵਾਰੀਆਂ ਵਾਲੀ ਹੋਵੇ ਤੇ ਭਾਵੇਂ ਮਾਲ ਗੱਡੀ ਹੋਵੇ, ਉਹ ਨਹੀਂ ਵੜਨ ਦਿੱਤੀ ਜਾਊਗੀ। ਤੇ ਇਹ ਵੀ ਐਲਾਨ ਕੀਤਾ ਗਿਆ ਵੀ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਇਸ ਮਾਮਲੇ ਦੇ ਉੱਤੇ ਤੇ ਨਵੇਂ ਪ੍ਰੋਗਰਾਮ ਉਹ ਲਿਖੇ ਜਾਣਗੇ। ਪਰ ਗੱਲ ਉੱਥੇ ਹੀ ਆ ਕੇ ਫਿਰ ਮੁੱਕਦੀ ਹੈ ਵੀ ਜਿਹੜਾ ਕਿਸਾਨੀ ਅੰਦੋਲਨ ਆ, ਮਜ਼ਦੂਰਾਂ ਦਾ ਅੰਦੋਲਨ ਆ ਜਿਹੜਾ, ਉਹਦਾ ਲਗਾਤਾਰ ਅੱਗੇ ਤੋਂ ਅੱਗੇ ਵੱਧ ਰਿਹਾ। ਪਰ ਮਸਲਾ ਉੱਥੇ ਦਾ ਉੱਥੇ ਖੜਾ, ਕਿਉਂਕਿ ਇਸ ਵਕਤ ਕੇਂਦਰ ਦੀ ਸਰਕਾਰ ਆ ਜਿਹੜੀ, ਉਹਨੇ ਤਾਂ ਇਹ ਵਧਾਈਆਂ ਹੀ ਦੇਈ ਜਾਂਦੀ ਹੈ ਵੀ ਭਾਈ ਕਿਸਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਮੋਦੀ ਸਾਹਿਬ ਇਹ ਗੱਲ ਕਹੀ ਜਾਂਦੇ ਆ ਜੀ ਕਿ ਇਹੋ ਜਿਹਾ ਜਿਹੜਾ ਕਾਨੂੰਨ ਲੈ ਕੇ ਆਉਂਦਾ ਅਸੀਂ ਖੇਤੀ ਕਾਨੂੰਨ, ਇਹੋ ਜਿਹਾ ਛੇਤੀ ਕਿਤੇ ਨਹੀਂ ਆਉਂਦਾ ਗਾ, ਇਹ ਵੀ ਪਿਛਲੀਆਂ ਸਰਕਾਰਾਂ ਨੇ ਕਦੇ ਸੋਚਿਆ ਨੀ, ਤੁਹਾਨੂੰ ਮੁਬਾਰਕਾਂ, ਤੁਹਾਡੀਆਂ ਫਸਲਾਂ ਦਾ ਮੁੱਲ ਦੁੱਗਣਾ ਹੋ ਜਾਣਾ, ਤਿੱਗਣਾ ਹੋ ਜਾਣਾ, ਇਹ ਵਿਚੋਲੇ ਵਿੱਚੋਂ ਨਿਕਲ ਜਾਣੇ ਆ, ਆਹ ਹੋ ਜਾਣਾ, ਉਹ ਹੋ ਜਾਣਾ। ਪਰ ਅਸਲੀਅਤ ਇਹ ਆ ਕਿ ਜੇਕਰ ਮੰਨ ਲਓ ਹੁਣ ਜਿਸ ਤਰੀਕੇ ਨਾਲ ਕਾਨੂੰਨ ਲਾਗੂ ਕਰ ਦਿੱਤਾ, ਤੇ ਜੇਕਰ ਪੰਜਾਬ ਦੀ ਸਰਕਾਰ ਨੇ ਸੱਚੀ ਮੁੱਚੀ ਕੁਛ ਸਟੈਂਡ ਨਾ ਲਿਆ, ਤਾਂ ਜਿਹੜੇ ਆੜ੍ਹਤੀਏ ਆ ਉਹਨਾਂ ਦਾ ਵੀ ਭੋਗ ਪੈ ਜਾਣਾ, ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦਾ ਵੀ ਭੋਗ ਪੈ ਜਾਣਾ, ਜਿਹੜੇ ਮੰਡੀਆਂ 'ਚ ਕੰਮ ਕਰਦੇ ਪੱਲੇਦਾਰ ਆ ਉਹਨਾਂ ਦਾ ਕੰਮ ਵੀ ਖਤਮ ਹੋ ਜਾਣਾ, ਜਿਹੜਾ ਟਰਾਂਸਪੋਰਟ ਵਾਲਾ ਕੰਮ ਆ, ਟਰੱਕਾਂ ਵਾਲਾ ਜਿਹੜਾ ਲੈ ਜਾਂਦੇ ਚੌਲ ਜਾਂ ਕਣਕ ਜਾਂ ਝੋਨਾ, ਉਹਨਾਂ ਦਾ ਵੀ ਕੰਮ ਖਤਮ ਹੋ ਜਾਣਾ। ਸੋ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ ਇਸ ਵੇਲੇ, ਕਿਉਂਕਿ ਇਹ ਵੀ ਪਤਾ ਲੱਗਾ ਵੀ ਜਿਹੜਾ ਅਡਾਨੀ ਗਰੁੱਪ ਆ ਉਹ ਅਡਾਨੀ ਗਰੁੱਪ ਨੂੰ ਆਗਿਆ ਮਿਲ ਗਈ ਆ। ਅਡਾਨੀ ਗਰੁੱਪ ਨੇ ਪੰਜਾਬ ਦੇ ਵਿੱਚ 80 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਟੀਲ ਗੋਦਾਮ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਲਿਆ। ਇਹਦੇ ਵਿੱਚ ਸਟੀਲ ਗੋਦਾਮ ਆ, ਇਹਨਾਂ ਦਾ FCI ਦੇ ਨਾਲ ਕੰਟਰੈਕਟ ਵੀ ਹੋ ਗਿਆ ਅਡਾਨੀ ਗਰੁੱਪ ਦਾ, ਇਹ ਇੱਕ ਕੁਇੰਟਲ ਦਾ 97 ਰੁਪਏ ਜਿਹੜਾ ਕਿਰਾਇਆ ਲਿਆ ਕਰਨਗੇ ਮਹੀਨੇ ਦਾ, ਤੇ ਇਸੇ ਜਿਹੜੀਆਂ ਫਸਲਾਂ ਦਾ ਜਿਹੜਾ ਅਨਾਜ ਦਾ ਭੰਡਾਰਨ ਕਰਨ ਦੇ ਲਈ। ਸੋ ਸੂਤਰ ਵਿਚਾਰਨ ਵਾਲੀ ਗੱਲ ਵੀ ਬਣੂਗਾ ਸੀ, ਕਿਉਂਕਿ ਅਗਲੀ ਗੱਲ ਇਹ ਹੈਗੀ ਆ ਵੀ ਜਿਵੇਂ ਪੰਜਾਬ ਦੇ ਵਿੱਚ ਨਿੱਜੀ ਥਰਮਲ ਪਲਾਂਟ ਆ, ਉੱਥੋਂ ਭਾਵੇਂ ਆਪਾਂ ਬਿਜਲੀ ਲੈਜੀਏ ਤੇ ਭਾਵੇਂ ਨਾ ਲੈਜੀਏ, ਪਰ ਸਾਨੂੰ ਉੱਥੇ ਉੱਕੇ ਪੁੱਕੇ ਪੈਸੇ ਫਿਰ ਵੀ ਪੰਜਾਬ ਸਰਕਾਰ ਨੂੰ ਦੇਣੇ ਪੈਂਦੇ ਆ। ਉਸੇ ਤਰੀਕੇ ਦੇ ਨਾਲ ਭਾਵੇਂ ਤਾਂ ਉਹਨਾਂ ਦੇ ਵਿੱਚ ਕੋਈ ਅਨਾਜ ਰੱਖਿਆ ਜਾਵੇ ਤੇ ਭਾਵੇਂ ਨਾ ਰੱਖਿਆ ਜਾਵੇ, ਅਡਾਨੀਆਂ ਦੇ ਗੋਦਾਮਾਂ ਦੇ ਵਿੱਚ ਉੱਕੇ ਪੁੱਕੇ ਪੈਸੇ FCI ਨੂੰ ਫਿਰ ਵੀ ਦੇਣੇ ਪੈਣੇ ਆ, ਤੇ ਜਦੋਂ ਪੈਸੇ ਦੇਣੇ ਪੈਣੇ ਆ ਤਾਂ ਉਹ ਸਾਡੀਆਂ ਜੇਬਾਂ ਦੇ ਵਿੱਚੋਂ ਜਾਣੇ ਆ, ਸਰਕਾਰ ਦੇ ਕੋਲੋਂ ਨਹੀਂ ਦੇਣੇ। ਜੀ 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 ਬਿਲਕੁਲ ਬਿਲਕੁਲ। ਉਧਰ BJP ਆਗੂ ਕਸੂਤੇ ਫਸ ਗਏ, ਕਿਸਾਨ ਕਹਿੰਦੇ ਅਸੀਂ ਇਹਨਾਂ ਦੀ ਨੀਂਦ ਹਰਾਮ ਕਰ ਦਾਂਗੇ। ਬਿਲਕੁਲ ਜੀ, BJP ਦੇ ਆਗੂ ਖਤੇ ਤੱਕ ਸੁੱਤੇ ਹੀ ਆ। ਪੰਜਾਬ ਦੇ ਵਿੱਚ ਨਾ BJP ਨੂੰ ਇਸ ਗੱਲ ਦਾ ਹੁਕਮ ਦਿੱਤਾ ਗਿਆ ਹਾਈਕਮਾਂਡ ਦੇ ਵੱਲੋਂ ਕਿ ਤੁਸੀਂ ਜਾ ਕੇ ਹਰ ਸ਼ਹਿਰ ਤੇ ਕਸਬੇ ਦੇ ਵਿੱਚ ਕਿਸਾਨਾਂ ਨੂੰ ਸਮਝਾਓ ਕਿ ਤੁਹਾਨੂੰ ਗੁੰਮਰਾਹ ਕੀਤਾ ਗਿਆ, ਤੁਸੀਂ ਸਮਝੋ ਇਸ ਗੱਲ ਨੂੰ ਵੀ ਇਹ ਬਿੱਲ ਕੋਈ ਨੁਕਸਾਨਦਾਇਕ ਨਹੀਂ, ਇਹ ਬਿੱਲ ਤੁਹਾਡੇ ਲਈ ਫਾਇਦੇਮੰਦੀ ਆ। ਪਰ ਹੁਣ ਕਿਸਾਨ ਆ ਜਿਹੜੇ ਉਹ ਲਗਾਤਾਰ ਇਸ ਗੱਲ ਦੇ ਉੱਤੇ ਗੁੱਸੇ ਚ ਬਹੁਤ ਆ, ਅੱਜ ਜਿੱਥੇ ਵੀ BJP ਦੇ ਆਗੂ ਪ੍ਰੈਸ ਕਾਨਫਰੰਸ ਕਰਨ ਲੱਗਦੇ ਆ ਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਉੱਥੇ ਗੱਲ ਪੈ ਜਾਂਦੇ ਆ, ਤੇ ਹੁਣ ਇਹਦਾ 3-4 ਥਾਵਾਂ ਦੇ ਉੱਤੇ ਹੋ ਚੁੱਕਿਆ। ਕੱਲ ਵੀ ਨਾਭੇ ਤੋਂ ਖਬਰ ਆਈ ਹੈ, ਇੱਥੇ ਗੁਰਤੇਜ ਸਿੰਘ ਢਿੱਲੋਂ ਆ ਤੇ BJP ਦੇ ਕਾਰਜਕਾਰਨੀ ਦੇ ਮੈਂਬਰ, ਇਹ ਜਦੋਂ ਉੱਥੇ ਗਏ ਪ੍ਰੈਸ ਕਾਨਫਰੰਸ ਕਰਨ ਤਾਂ ਭਾਰਤੀ ਕਿਸਾਨ ਯੂਨੀਅਨ ਰਾਜੇ ਵਾਲਾ ਜਿਹੜੀ ਉਹ ਇਹਨਾਂ ਨੇ ਗੱਲ ਪੈ ਗਈ। ਇਹਨਾਂ ਨੇ ਉੱਥੇ ਗੱਲ ਕਹੀ ਹੈ ਵੀ ਭਾਈ ਤੁਸੀਂ ਸਾਨੂੰ ਉੱਤਰ ਦਿਓ, ਕਿਹੜੇ ਤਰਕ ਦੇ ਨਾਲ ਕਹਿੰਦੇ ਆ ਵੀ ਭਾਈ ਕਿਸਾਨੀ ਦੱਸ ਦੇਊਗੀ ਤੇ ਕਿਸਾਨੀ ਲਈ ਫਾਇਦੇਮੰਦ ਆ।
ਹੁਣ ਇਹਨਾਂ ਲੋਕਾਂ ਨੇ ਤਾਂ ਜੋ ਗੱਲਾਂ ਸੁਣੀਆਂ ਬੀਜੇਪੀ ਵਾਲਿਆਂ ਨੇ ਤੇ ਉਹੀ ਕਹਿਣੀਆਂ, ਇਹਨਾਂ ਨੇ ਕਿਹੜਾ ਕਦੇ ਖੇਤੀਬਾੜੀ ਕੀਤੀ ਹੈ, ਗਮਲਿਆਂ ਦੇ ਵਿੱਚ ਮੂਲੀਆਂ ਲਾਉਣ ਵਾਲੇ ਲੋਕ ਆ। ਸੋ ਇਹਨਾਂ ਦੇ ਵੱਲੋਂ ਉੱਥੇ ਕੋਈ ਤਰਕ ਚੱਜ ਦੇ ਨਾਲ ਉੱਤਰ ਨਹੀਂ ਦਿੱਤਾ ਜਾਂਦਾ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਉੱਥੇ ਭਜਾ ਦਿੰਦੇ ਕਿਸਾਨ। ਇਹ ਕੱਲ ਵੀ ਏਦਾਂ ਹੀ ਹੋਇਆ। ਸੋ ਜਿੱਥੇ ਜਿੱਥੇ ਵੀ ਬੀਜੇਪੀ ਦੇ ਲੋਕ ਮਿਲਦੇ ਆ ਪੰਜਾਬ ਦੇ ਕਿਸਾਨ ਉਹਨਾਂ ਨੂੰ ਟੁੱਟ ਕੇ ਪੈ ਜਾਂਦੇ ਆ। ਹਰਿਆਣੇ ਦੇ ਵਿੱਚ ਪਤਾ ਲੱਗਾ ਜੀ ਇੱਕ ਰਮੇਸ਼ ਕੁਮਾਰ ਨਾਮ ਦਾ ਵਿਧਾਇਕ ਆ ਤੇ ਜਿਹਨੂੰ ਲੋਕਾਂ ਨੇ ਵੱਟੋ ਵੱਟ ਭਜਾਇਆ। ਉਹ ਵੀ ਸਮਝਾਉਣੀ ਆਇਆ ਸੀ ਲੋਕਾਂ ਨੂੰ ਵੀ ਰੌਲਾ ਨਾ ਪਾਓ, ਤੁਹਾਡੇ ਲਈ ਇਹ ਬਿੱਲ ਬਹੁਤ ਫਾਇਦੇਮੰਦ ਆ, ਤੁਹਾਡੀ ਕਿਸਾਨੀ ਬਹੁਤ ਉੱਪਰ ਚਲੀ ਜਾਣੀ ਆ। ਉਹ ਕਦੇ ਵੀ ਚੱਲ ਸਾਨੂੰ ਤਰੀਕੇ ਦੇ ਨਾਲ ਦੱਸ ਵੀ ਕਿਵੇਂ ਉੱਪਰ ਚਲੀ ਜਾਣੀ ਆ। ਫਿਰ ਉਹ ਉੱਤਰ ਨਹੀਂ ਆਇਆ, ਫਿਰ ਲੋਕ ਮਗਰ ਮਗਰ ਤੇ ਜਿਹੜੇ ਵਿਧਾਇਕ ਸਾਹਿਬ ਅੰਮੂ ਰਹਿੰਦੇ ਨੇ ਤੇ ਬੜੀ ਮੁਸ਼ਕਿਲ ਨਾਲ ਜਾਣ ਬਚਾਈ ਜੀ। ਉਧਰ ਆਪ ਦੇ ਵੱਲੋਂ ਅਡਾਨੀ ਦੇ ਕਣਕ ਭੰਡਾਰ ਜਿਹੜੇ ਨੇ ਮੋਗੇ ਦੇ ਵਿੱਚ ਉਹਨਾਂ ਦੇ ਬੋਰਡਾਂ ਦੇ ਉੱਤੇ ਕਾਲਖ ਮਲਤੀ ਜੀ। ਬਿਲਕੁਲ ਜੀ, ਇਹ ਖਬਰ ਆਈ ਹੋਈ ਆ ਮੋਗੇ ਦੇ ਪਿੰਡ ਡਬਰੂ ਚ। ਇਹ ਡਬਰੂ ਪਿੰਡ ਦੇ ਵਿੱਚ ਇੱਕ ਅਡਾਨੀ ਐਗਰੋ ਗਰੁੱਪ ਬਣਾਇਆ ਹੋਇਆ ਤੇ ਇਹ ਬਹੁਤ ਵੱਡਾ ਇੱਥੇ ਗੋਦਾਮ ਬਣਾਇਆ ਹੋਇਆ, ਬਹੁਤ ਵੱਡਾ ਸਟੀਲ ਗੋਦਾਮ। ਸੋ ਇਹਦੇ ਬਾਹਰ ਕੱਲ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਪ੍ਰਦਰਸ਼ਨ ਕਰਦੇ ਮੌਕੇ ਤੇ ਇੱਥੇ ਜਿਹੜਾ ਅਡਾਨੀ ਗਰੁੱਪ ਦਾ ਬੋਰਡ ਆ ਉਹਦੇ ਉੱਤੇ ਵੀ ਕਾਲਕ ਮਲੀ ਆ ਤੇ ਨਾਰੇ ਵੀ ਬਹੁਤ ਜ਼ੋਰ ਦੀ ਲੱਗੇ ਆ ਜੀ ਕਿ ਅੰਬਾਨੀ ਅਡਾਨੀ ਗੋਬ ਹੈ, ਅੰਬਾਨੀ ਅਡਾਨੀ ਗੋਬ ਹੈ। ਸੋ ਇਹਦਾ ਮਤਲਬ ਇਹ ਹੈ ਜੀ ਕਿ ਆਉਂਦੇ ਸਮੇਂ ਦੇ ਵਿੱਚ ਇਹ ਸੰਘਰਸ਼ ਹੋਰ ਤਿੱਖਾ ਹੋ ਸਕਦਾ। ਸੋ ਹੁਣ ਜੇਕਰ ਅੰਬਾਨੀਆਂ ਅਡਾਨੀਆਂ ਦੇ ਦਫ਼ਤਰਾਂ ਦੇ ਮੂਹਰੇ, ਉਹਨਾਂ ਦੇ ਕਾਰਖਾਨਿਆਂ ਦੇ ਮੂਹਰੇ ਇਹ ਸਾਰਾ ਕੁਝ ਚੱਲ ਪਿਆ ਤਾਂ ਇਹਦਾ ਮਤਲਬ ਇਹ ਹੈ ਕਿ ਸੰਘਰਸ਼ ਨੂੰ ਪ੍ਰਚੰਡ ਹੋਣ ਤੇ ਕੋਈ ਰੋਕ ਨਹੀਂ ਸਕਦਾ। ਸੋ ਆਮ ਆਦਮੀ ਪਾਰਟੀ ਨੇ ਕੱਲ ਇਹ ਗੱਲ ਕਹੀ ਹੈ ਵੀ ਇਹਨਾਂ ਲੋਕਾਂ ਦੀਆਂ ਮਨ ਅਗਾਂ ਚੱਲਣ ਨਹੀਂ ਦੇਵਾਂਗੇ ਵੀ ਪੰਜਾਬ ਦੇ ਹਰ ਕਾਰੋਬਾਰ ਦੇ ਉੱਤੇ ਇਹ ਵੱਡੇ ਘਰਾਣੇ ਕਬਜ਼ਾ ਕਰ ਲੈਣ ਤੇ ਸਰਕਾਰਾਂ ਦੀ ਸ਼ਹਿ ਦੇ ਨਾਲ ਕਬਜ਼ਾ ਕਰ ਲੈਣ। ਸੋ ਇੱਕ ਹੋਰ ਸਵਾਲ ਪੈਦਾ ਹੁੰਦਾ ਵੀ 80 ਕਰੋੜ ਰੁਪਏ ਦੇ ਨਾਲ ਅਡਾਨੀ ਗਰੁੱਪ ਜਿਹੜੇ ਗੋਦਾਮ ਪੰਜਾਬ ਦੇ ਵਿੱਚ ਬਣਾਉਣ ਜਾ ਰਿਹਾ ਤੇ ਇਹਦਾ ਮਤਲਬ ਇਹ ਹੈ ਵੀ ਪੰਜਾਬ ਦੀ ਸਰਕਾਰ ਕੋਲ 80 ਕਰੋੜ ਰੁਪਇਆ ਵੀ ਹੋਣੀ ਜਾਂ ਕੇਂਦਰ ਦੀ ਸਰਕਾਰ 80 ਕਰੋੜ ਰੁਪਇਆ ਵੀ ਲਾ ਕੇ ਨਹੀਂ ਰਾਜੀ ਆਪਦੇ ਕੋਲੋਂ ਵੀ ਚਲੋ ਜੀ ਅਸੀਂ ਸਰਕਾਰੀ ਤੌਰ ਦੇ ਉੱਤੇ ਹੀ ਸਾਰਾ ਕੁਝ ਕਰਦੇ ਆ, 80-80 ਕਰੋੜ ਰੁਪਏ ਦੀ ਖਾਤਰ ਨਿੱਜੀ ਹੱਕਾਂ ਦੇ ਵਿੱਚ ਕੰਮ ਕਰਾ ਦਿੱਤਾ ਜਾ ਰਿਹਾ, ਉਹ ਵੀ ਸਾਂਝਾ ਪਵਾਉਣ ਦੇ ਲਈ। ਉਧਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਬਜਟ ਅਜਲਾਸ ਦੇ ਵਿੱਚ 12 ਮਤੇ ਪ੍ਰਵਾਨ ਕੀਤੇ ਨੇ, ਉਹ ਕਿਹੜੇ ਅਹਿਮ ਮਤੇ ਨੇ ਜੀ? ਦੇਖੋ ਜੀ, ਇੱਕ ਤਾਂ ਗੱਲ ਇਹ ਹੈ ਵੀ ਪਿਛਲੇ ਸਾਲ ਦੇ ਨਾਲੋਂ ਐਤਕੀ ਹੈ ਜਿਹੜਾ ਉਹ ਬਜਟ ਉਹ ਘੱਟ ਪਾਸ ਹੋਇਆ ਕਿਉਂਕਿ ਐਤਕੀ 18% ਹੈ ਜਿਹੜਾ ਬਜਟ ਉਹ ਘੱਟ ਪੇਸ਼ ਕੀਤਾ ਗਿਆ, ਘਾਟੇ ਦੇ ਵਿੱਚ ਪੇਸ਼ ਕੀਤਾ ਗਿਆ ਤੇ ਪਿਛਲੀ ਵਾਰ 12 ਅਰਬ ਦਾ ਸੀਗਾ ਤੇ ਐਤਕੀ ਹੈ ਜਿਹੜਾ 9 ਅਰਬ ਤੇ ਕੁਝ ਕਰੋੜ ਰੁਪਏ ਦਾ ਜਿਹੜਾ ਉਹ ਬਜਟ ਪੇਸ਼ ਕੀਤਾ ਗਿਆ। ਸੋ ਜਿਹੜਾ ਇਹ ਬਜਟ ਪੇਸ਼ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਇਹ ਘਾਟਾ ਇਹ ਸ਼੍ਰੋਮਣੀ ਕਮੇਟੀ ਨੇ ਕਿਹਾ ਜੀ ਕਿ ਅਸੀਂ ਆਪਦੇ ਖਰਚੇ ਜਿਹੜੇ ਉਹ ਘਟਾ ਕੇ ਤੇ ਫਿਰ ਪੂਰਾ ਕਰ ਲਾਂਗੇ। ਸੋ ਦੇਖੋ ਇਹ ਬਜਟ ਹੈ ਜਿਹੜਾ ਉਹ ਸਾਲਾਨਾ ਬਜਟ ਸ਼੍ਰੋਮਣੀ ਕਮੇਟੀ ਦਾ ਮਾਰਚ ਦੇ ਵਿੱਚ ਪੇਸ਼ ਹੁੰਦਾ ਪਰ ਐਤਕੀ ਜਦੋਂ ਕੋਰੋਨਾ ਮਹਾਮਾਰੀ ਆ ਗਈ ਇਸ ਕਰਕੇ ਇਹਨਾਂ ਨੇ ਇਹ ਬਜਟ ਹੈ ਜਿਹੜਾ ਉਹ ਕੱਲ ਪੇਸ਼ ਕੀਤਾ ਹੈਗਾ ਤੇ ਉਹਨੂੰ ਫਿਰ ਉੱਥੇ ਥੋੜੇ ਜਿਹੇ ਰੌਲੇ ਰੱਪੇ ਦੇ ਵਿੱਚ ਉਹਨੂੰ ਪ੍ਰਵਾਨ ਵੀ ਕਰ ਲਿਆ ਗਿਆ। ਪਰ ਜਿਹਨਾਂ ਨੇ ਰੌਲਾ ਪਾਇਆ ਉਹਨਾਂ ਨੇ ਬਹੁਤ ਸਾਰੇ ਸਵਾਲ ਵੀ ਕੀਤੇ ਆ ਵੀ ਭਾਈ ਇੱਕ ਤਾਂ ਇਹ ਦੱਸੋ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ ਆ ਉਹ ਕਿੱਧਰ ਗਏ ਆ ਤੇ ਹੋਰ ਬਹੁਤ ਸਾਰੇ ਮੁੱਦੇ ਆ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਘਪਲਿਆਂ ਦੇ ਦੋਸ਼ ਬਹੁਤ ਲੱਗਦੇ ਆ, ਕਦੇ ਦੋਸ਼ ਲੱਗ ਜਾਂਦਾ ਜੀ ਕਿ ਇਹਨਾਂ ਦੇ ਘਿਓ ਦੇ ਮਾਮਲੇ ਚ ਹੇਰਾਫੇਰੀ ਕੀਤੀ ਆ, ਕਦੇ ਗਾਲਾਂ ਦੇ ਮਾਮਲੇ ਚ, ਕਦੇ ਸਬਜ਼ੀਆਂ ਦੇ ਮਾਮਲੇ ਚ ਹੇਰਾਫੇਰੀ ਦੀਆਂ ਬਹੁਤ ਸਾਰੀਆਂ ਖਬਰਾਂ ਆਉਂਦੀਆਂ। ਪਰ ਜਿਹੜੇ 12 ਮਤੇ ਪ੍ਰਵਾਨ ਕੀਤੇ ਗਏ ਆ ਉਹਨਾਂ ਦੇ ਵਿੱਚ ਇੱਕ ਤਾਂ ਇਹ ਆ ਵੀ ਭਾਈ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖ ਰਹਿੰਦੇ ਆ ਤੇ ਉਹਨਾਂ ਦੀ ਵੱਖਰੀ ਅਡਰੀ ਪਛਾਣ ਦੇ ਲਈ ਉੱਥੋਂ ਦੀਆਂ ਸਰਕਾਰਾਂ ਕੁੱਝ ਨਾ ਕੁੱਝ ਕਰਨ। ਇੱਕ ਇਹ ਆ ਵੀ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਹੈਗੇ ਕੈਦੀ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਤੀਜਾ ਇਹ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੇ ਮੁਤਲਕ ਗੱਲਾਂ ਬਾਤਾਂ ਕੀਤੀਆਂ ਗਈਆਂ। ਇੱਦਾਂ ਵੱਖ ਵੱਖ ਜਿਹੜੇ 12 ਮਤੇ ਆ ਉਹ ਵੀ ਪ੍ਰਵਾਨ ਕੀਤੇ ਗਏ ਆ। ਪਰ ਵੱਡੀ ਖਬਰ ਇਹੀ ਹੈ ਕਿ ਕੱਲ ਜਿਹੜਾ ਸ਼੍ਰੋਮਣੀ ਕਮੇਟੀ ਦਾ ਬਜਟ ਆ ਉਹ ਪੇਸ਼ ਹੋ ਗਿਆ ਤੇ ਇਹ ਬਜਟ ਐਤਕੀ ਕਾਫੀ ਪਛੜਕੇ ਹੋਇਆ ਤੇ ਪਹਿਲੀ ਵਾਰ ਇੰਨਾ ਪਛੜਕੇ ਹੋਇਆ ਕੋਰੋਨਾ ਮਹਾਮਾਰੀ ਦੇ ਕਰਕੇ ਜੀ। ਜੀ ਜੀ, ਉਧਰ ਸਮੇਤ ਸੈਣੀ ਕਹਿੰਦੇ ਸਿੱਟ ਅੱਗੇ ਪੇਸ਼ ਹੋ ਗਏ ਪਰ ਦੇਖਣ ਵਾਲੀ ਇਹ ਗੱਲ ਹੈ ਕਿੰਨੇ ਕੁ ਸਵਾਲ ਉਹਨਾਂ ਨੂੰ ਪੁੱਛੇ ਗਏ, ਕੀ ਲੱਗਦਾ ਤੁਹਾਨੂੰ ਵੀ ਕੀ ਉਹਨਾਂ ਨੂੰ ਘੇਰਨ ਦੀ ਤਿਆਰੀ ਸਿੱਠ ਦੇ ਵੱਲੋਂ ਪੂਰੀ ਸੀ ਜਾਂ ਫਿਰ ਉੱਥੇ ਬਚਣਗੇ ਹੁਣ ਉਹ? ਦੇਖੋ ਗੱਲ ਤਾਂ ਇਹ ਵੀ ਕਿ ਇਹ ਨਾ ਸੁਮੇਧ ਸੈਣੀ ਹੋਈ ਜਿਹੜੇ ਉਹਨਾਂ ਨੂੰ ਸਭ ਤੋਂ ਵੱਧ ਫਾਇਦਾ ਕਿਸਾਨ ਅੰਦੋਲਨ ਨੇ ਦਿੱਤਾ ਕਿਉਂਕਿ ਜਦੋਂ ਇਹ ਕਿਸਾਨ ਅੰਦੋਲਨ ਦੀਆਂ ਖ਼ਬਰਾਂ ਨਹੀਂ ਸੀ ਆ ਰਹੀਆਂ ਉਸ ਵਕਤ ਖ਼ਬਰਾਂ 3 ਤਰ੍ਹਾਂ ਦੀਆਂ ਆਉਂਦੀਆਂ ਸੀ। ਇੱਕ ਤਾਂ ਪੰਜਾਬ ਚ ਕੋਰੋਨਾ ਬਹੁਤ ਵਧ ਗਿਆ,
ਦੂਜਾ ਪੰਜਾਬ ਦੇ ਵਿੱਚ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀਆਂ ਖ਼ਬਰਾਂ ਬਹੁਤ ਆਉਂਦੀਆਂ ਸੀ ਤੇ ਤੀਜੀ ਖ਼ਬਰ ਆਉਂਦੀ ਸੀ ਵੀ ਸੁਮੇਧ ਸੈਣੀ ਦਾ ਕੀ ਬਣੂਗਾ। ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ, ਸੁਮੇਧ ਸੈਣੀ ਮੁੱਕ ਗਿਆ, ਸੁਮੇਧ ਸੈਣੀ ਭਗੌੜਾ ਹੋ ਗਿਆ, ਸੁਮੇਧ ਸੈਣੀ ਸਿਕਿਉਰਿਟੀ ਛੱਡ ਕੇ ਚਲਾ ਗਿਆ, ਸੁਮੇਧ ਸੈਣੀ ਨੂੰ ਕੌਣ ਬਚਾਉਂਦਾ ਹੋਇਆ, ਸੁਮੇਧ ਸੈਣੀ ਕਦੋਂ ਸਰੈਂਡਰ ਕਰੂਗਾ, ਕੀ ਪੁਲਿਸ ਨੂੰ ਉਹ ਮਿਲੂਗਾ ਜਾਂ ਕੀ ਉਹਨੂੰ ਅਗਾਊਂ ਜ਼ਮਾਨਤ ਮਿਲੂਗੀ, ਇਹੋ ਜਿਹੀਆਂ ਖ਼ਬਰਾਂ ਆਉਂਦੀਆਂ ਸੀ। ਪਰ ਅਚਾਨਕ 25 ਤਰੀਕ ਨੂੰ ਜਦੋਂ ਪੰਜਾਬ ਦੇ ਵਿੱਚ ਬੰਦ ਸੀਗਾ, ਉਸ ਦਿਨ ਸੁਮੇਧ ਸੈਣੀ SIT ਦੇ ਮੂਹਰੇ ਪੇਸ਼ ਹੋ ਗਿਆ ਤੇ ਕੱਲ ਉਹਨੇ ਫੇਰ ਪੇਸ਼ ਹੋਣਾ ਸੀ ਤੇ ਕੱਲ ਫੇਰ ਹੋਇਆ। ਸੁਮੇਧ ਸੈਣੀ ਦੀ ਕੱਲ ਗੱਡੀ ਆ ਜਿਹੜੀ ਉਹ ਮਟੌਰ ਥਾਣਾ ਮੋਹਾਲੀ ਦੇ ਵਿੱਚ ਉਹਦੇ ਅੰਦਰ ਗਈ ਆ ਤੇ ਮੀਡੀਆ ਦੇ ਨਾਲ ਉਹਨੇ ਕੋਈ ਗੱਲਬਾਤ ਨਹੀਂ ਕੀਤੀ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਫਿਰ ਗੱਡੀ ਅੰਦਰ ਗਈ ਤੇ ਸ਼ਾਮੀ 4:40-45 ਦੇ ਉੱਤੇ ਉਹ ਬਾਹਰ ਆਇਆ ਤੇ ਉਹ ਥਾਣੇ ਦੇ ਵਿੱਚ ਗੱਡੀ ਚ ਬਹਿ ਕੇ ਤੇ ਬਾਹਰ ਆ ਗਿਆ ਤੇ ਕਿਸੇ ਪੱਤਰਕਾਰ ਨਾਲ ਉਹਨੇ ਕੋਈ ਗੱਲਬਾਤ ਨਹੀਂ ਕੀਤੀ। ਮਤਲਬ ਇਹ ਆ ਵੀ ਸੁਮੇਧ ਸੈਣੀ ਨੂੰ ਕਿਹੜੇ ਸਵਾਲ ਪੁੱਛੇ ਤੇ ਉਹਨੇ ਕਿਹੜੇ ਉੱਤਰ ਦਿੱਤੇ ਆ, ਇਹ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ। ਪਰ ਸੁਮੇਧ ਸੈਣੀ ਦਾ ਕੁਛ ਨਹੀਂ ਵਿਗੜਨਾ ਗਾ ਇਸ ਮਾਮਲੇ ਦੇ ਵਿੱਚ, ਇਹ ਗੱਲ ਪੱਕੀ ਹੈ। ਕਿਉਂਕਿ ਇੱਥੇ ਤਾਂ ਇੱਕ ਪੁਲਿਸ ਕਾਂਸਟੇਬਲ ਨੂੰ ਬਚਾਉਣ ਦੇ ਲਈ ਉਹਦੇ ਸੀਨੀਅਰ ਅਧਿਕਾਰੀ ਪੂਰਾ ਜ਼ੋਰ ਲਾ ਦਿੰਦੇ ਆ, SHO ਨੂੰ ਬਚਾਉਣ ਦੇ ਲਈ ਪੂਰਾ ਜ਼ੋਰ ਲਾ ਦਿੰਦੇ ਆ, ਇਹਦਾ ਫਿਰ ਵੀ ਸਾਬਕਾ DGP ਹੈ ਜੀ। ਬਿਲਕੁਲ ਬਿਲਕੁਲ, ਉਧਰ ਪਤਾ ਲੱਗਾ ਜੀ ਖੰਨਾ ਦੀ ਅਦਾਲਤ ਦੇ ਵਿੱਚ ਅਦਾਲਤ ਦੇ ਨਾਲ ਹੇਰਾਫੇਰੀ ਹੋਈ ਹੈ ਕਿ ਸਾਬਕਾ SHO ਨੂੰ ਬਚਾਉਣ ਦੇ ਲਈ ਧੋਖਾ ਕੀਤਾ ਗਿਆ। ਹਾਂ ਬਿਲਕੁਲ, ਮੈਂ ਇਹਦੇ ਨਾਲ ਹੀ ਇਹ ਗੱਲ ਜੁੜਦੀ ਆ ਵੀ ਖੰਨੇ ਦੀ ਜਿਹੜੀ ਪੁਲਿਸ ਆ ਉਹਦੇ ਵਿੱਚ SHO ਬਲਜਿੰਦਰ ਸਿੰਘ ਦੀ ਜਿੰਨੀ ਬਦਨਾਮੀ ਹੋਈ ਤੇ ਉਹਦੀ ਕਰਤੂਤ ਜੀ ਨੇ ਸਾਹਮਣੇ ਆਈ ਕਿ ਤਾਂ ਜਾਣਦੇ ਆ। ਬਲਜਿੰਦਰ ਸਿੰਘ ਦਾ ਜਿਹੜਾ ਉਹ ਇਹੋ ਜਿਹਾ SHO ਜਿਹਨੇ ਇੱਕ ਪਿਓ ਪੁੱਤ ਨੂੰ ਗੁਰਸਿੱਖ ਨੇ ਮੰਗੇ ਕੀਤਾ ਸੀ ਥਾਣੇ ਦੇ ਵਿੱਚ, ਨਾਲ ਇਹਨਾਂ ਦੇ ਤੀਜਾ ਜਿਹੜਾ ਇਹਨਾਂ ਦੇ ਖੇਤਾਂ ਦੇ ਵਿੱਚ ਕੰਮ ਕਰਨ ਵਾਲਾ ਸੀਗਾ, ਇਹਨਾਂ ਸਾਰਿਆਂ ਨੂੰ ਨੰਗੇ ਕਰਕੇ ਆਪਣੇ ਥਾਣੇ ਦੇ ਵਿੱਚ ਵੀਡੀਓ ਬਣਾਈ, ਇਹਨਾਂ ਨੂੰ ਅਪਸ਼ਬਦ ਬੋਲੇ, ਇਹਨਾਂ ਦੇ ਉੱਤੇ ਅਤਿਆਚਾਰ ਕੀਤਾ। ਹੌਲੀ ਹੌਲੀ ਕਈ ਮਹੀਨਿਆਂ ਬਾਅਦ ਮਨੁੱਖੀ ਅਧਿਕਾਰ ਜਿਹੜੇ ਸੰਗਠਨ ਆ ਤੇ ਉਹਨਾਂ ਤੱਕ ਇਹ ਗੱਲ ਪਹੁੰਚੀ ਤੇ ਇਸ SHO ਦੇ ਖਿਲਾਫ਼ ਆਵਾਜ਼ ਬੁਲੰਦ ਹੋਈ ਤਾਂ ਇਹਨੂੰ ਸਸਪੈਂਡ ਕਰਨਾ ਪਿਆ, ਫਿਰ ਇਹਦੇ ਉੱਤੇ ਪਰਚਾ ਵੀ ਦਰਜ ਕਰਨਾ ਪਿਆ। ਪਰ ਜਿਹੜੀ ਜਾਂਚ ਟੀਮ ਬਣਾਈ ਹੈ ਇਸ ਮਾਮਲੇ ਦੀ ਪੜਤਾਲ ਦੇ ਵਿੱਚ, ਉਹ SHO ਨੂੰ ਸਾਬਕਾ SHO ਨੂੰ ਬਚਾਉਣ ਦੇ ਲਈ ਇੰਨੀ ਕੁ ਕੋਸ਼ਿਸ਼ ਕਰ ਰਹੀ ਆ ਵੀ ਹੈਰਾਨੀ ਹੁੰਦੀ ਆ ਵੀ ਇਹ ਕਿਹੋ ਜਿਹੇ ਕਾਂਡ ਕਰ ਸਕਦੀ ਹੈ। ਪਤਾ ਇਹ ਲੱਗਾ ਹੈਗਾ ਵੀ ਹੁਣ ਜਦੋਂ ਖੰਨੇ ਦੀ ਅਦਾਲਤ ਦੇ ਵਿੱਚ ਸ਼ਨੀਵਾਰ ਨੂੰ ਜੋ ਇਹਨਾਂ ਨੇ ਚੰਡ ਚਾੜਿਆ ਤੇ ਉਹਦੀ ਚੌਂ ਪਾਸੇ ਚਰਚਾ ਛਿੜਪੀ ਆ, ਉਹ ਇਸ ਤਰੀਕੇ ਨਾਲ ਹੋਇਆ ਵੀ ਇੱਕ ਬਲਜਿੰਦਰ ਸਿੰਘ ਨੂੰ ਇਹਨੂੰ ਇਹ ਗੱਲ ਕਹੀ ਅਦਾਲਤ ਨੇ ਵੀ ਭਾਈ ਇਹਨੂੰ ਜੇਲ੍ਹ ਦੇ ਵਿੱਚ ਭੇਜੋ ਇਸ ਬਲਜਿੰਦਰ ਸਿੰਘ ਨੂੰ। ਪਰ ਜਿਹੜੇ ਜਾਂਚ ਅਧਿਕਾਰੀ ਆ ਉਹਨਾਂ ਨੇ ਹਾਈਕੋਰਟ ਦਾ ਆਦੇਸ਼ ਲਿਆ ਕੇ ਤੇ ਖੰਨੇ ਦੀ ਅਦਾਲਤ ਦੇ ਵਿੱਚ ਰੱਖਤਾ ਵੀ 28 ਸਤੰਬਰ ਤੱਕ ਇਹਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਨਾ ਭੇਜਿਆ ਜਾਵੇ, ਇਹ ਉੱਪਰੋਂ ਆਰਡਰ ਆਇਆ। ਢੇਸਵੀਂ ਅਦਾਲਤ ਨੇ ਵੀ ਮੰਨ ਲਿਆ ਵੀ ਠੀਕ ਆ, ਚਲੋ ਜੇ ਹਾਈਕੋਰਟ ਨੇ ਆਰਡਰ ਕਰਤਾ ਤੇ ਇਹ ਢੇਸਵੀਂ ਅਦਾਲਤ ਵੀ ਕੀ ਮਜਾਲ ਆ, ਚਲੋ ਜੀ ਉਹ ਕਹਿੰਦਾ ਠੀਕ ਆ ਇਹਨੂੰ 28 ਤਰੀਕ ਤੱਕ ਗ੍ਰਿਫ਼ਤਾਰ ਨਹੀਂ ਕਰਨਾ, ਇਹਨੂੰ ਜੇਲ੍ਹ ਨਹੀਂ ਭੇਜਣਾ। ਪਰ ਰਾਤ ਦੇ ਵੇਲੇ ਜੱਜ ਨੂੰ ਇਹ ਪਤਾ ਲੱਗਾ ਵੀ ਜਿਹੜਾ ਆਰਡਰ ਮੈਨੂੰ ਦਿਖਾਇਆ ਗਿਆ ਇਹ SHO ਬਲਜਿੰਦਰ ਸਿੰਘ ਨੇ ਤਾਂ ਹੈ ਹੀ ਨਹੀਂ, ਇਹ ਤਾਂ ਕੋਈ ਬਲਜਿੰਦਰ ਸਿੰਘ ਸੁਨਾਮ ਦਾ ਰਹਿਣ ਵਾਲਾ, ਉਹਦੀ SIR ਵੀ ਹੋਰ ਕਾਰਨ ਕਰਕੇ ਹੋਈ, ਤਰੀਕ ਵੀ ਹੋਰ ਆ, ਮਸਲਾ ਵੀ ਹੋਰ ਆ। ਸੋ ਰਾਤੋ ਰਾਤ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਫਿਰ ਮੀਟਿੰਗ ਕੀਤੀ ਗਈ ਆ, ਸੁਣਵਾਈ ਕੀਤੀ ਗਈ ਆ ਤੇ ਉਸ ਤੋਂ ਬਾਅਦ ਇਸ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਤੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਭੇਜਿਆ ਗਿਆ। ਮਤਲਬ ਇਹ ਹੈ ਕਿ ਇੱਕ SHO ਨੂੰ ਬਚਾਉਣ ਦੇ ਲਈ ਉਹਦੇ ਜਿਹੜੇ ਸੀਨੀਅਰ ਅਧਿਕਾਰੀ ਜਾਂ ਜਾਂਚ ਅਧਿਕਾਰੀ ਆ ਜਿਹੜੇ ਉਹ ਹੋਰ ਬਲਜਿੰਦਰ ਸਿੰਘ ਦਾ ਆਰਡਰ ਢੇਸਵੀਂ ਅਦਾਲਤ ਦੇ ਵਿੱਚ ਦਿਖਾ ਸਕਦੇ ਆ, ਤਾਂ ਇਹ ਦੇਖੋ ਵੀ DGP ਸੁਮੇਧ ਸੈਣੀ ਦੇ ਵਾਸਤੇ ਕੀ ਕੁਝ ਹੁੰਦਾ ਹੋਊਗਾ। ਜੇ ਇੱਕ ਬੰਦਾ ਅੰਮ੍ਰਿਤਸਰ ਦੇ ਵਿੱਚ ਕੋਰੋਨਾ ਕਰਕੇ ਮਰ ਜਾਂਦਾ ਤਾਂ ਉਹਦੀ ਜਗ੍ਹਾ ਕੋਈ ਬੁੱਢੀ ਫੁੱਕੀ ਜਾਂਦੀ ਹੈ ਕਿਸੇ ਹੋਰ ਪਿੰਡ ਚ ਜਾ ਕੇ, ਤਾਂ ਇਹ ਕੁਛ ਵੀ ਹੋ ਸਕਦਾ। ਇਹ ਤਾਂ ਧੰਨ ਹੈ ਸਾਡਾ ਸਿਸਟਮ ਜਿਹੜਾ। ਟਾਣਾ ਸਾਹਿਬ ਜਾਂਦੇ ਜਾਂਦੇ ਇੱਕ ਖ਼ਬਰ ਤੇ ਨਜ਼ਰ ਜ਼ਰੂਰ ਮਾਰਿਓ। ਪਤਾ ਲੱਗਿਆ ਕਿ ਦਿੱਲੀ ਦੇ ਅਕਾਲੀਆਂ ਦੇ ਵੱਲੋਂ NDA ਦੇ ਜਿਹੜੇ ਅਹੁਦੇ ਨੇ ਉਹ ਛੱਡਣ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ, ਚਾਹੇ ਉਹ ਕਿਸ ਤਰੀਕੇ ਦੇ ਵੀ ਇਹਦੇ ਜਿਹੜੀ ਭਾਈਵਾਲੀ NDA ਦੇ ਨਾਲ BJP ਦੇ ਨਾਲ ਦਿੱਲੀ ਦੇ ਅਕਾਲੀਆਂ ਵੱਲੋਂ, ਇਹ ਕਿੱਥੇ ਤੱਕ ਜਾਊਗੀ ਗੱਲ ਹੁਣ ਜਾਂ ਤੋੜ ਵਿਛੋੜਾ ਹੋ ਹੀ ਗਿਆ? ਦੇਖੋ ਜੀ, ਜਦੋਂ ਹੁਣ ਤੋੜ ਵਿਛੋੜਾ ਹੋ ਹੀ ਗਿਆ ਤੇ ਫਿਰ ਤਾਂ ਭਾਵੇਂ ਅਹੁਦੇ ਅੱਜ ਛੱਡ ਦਿਓ ਭਾਵੇਂ ਕੱਲ੍ਹ ਛੱਡ ਦਿਓ, ਉਹ ਛੱਡੇ ਹੀ ਹੋਏ ਇੱਕ ਤਰੀਕੇ ਦੇ ਨਾਲ, ਕਿਉਂਕਿ ਜੇਕਰ ਹੁਣ ਰਿਸ਼ਤਾ ਉਹਨਾਂ ਨੇ ਖਤਮ ਕਰ ਲਿਆ, ਅਕਾਲੀ ਲੀਡਰਸ਼ਿਪ ਨੇ ਗੱਲ ਕਹਿਤੀ ਵੀ ਸਾਡਾ ਤੁਹਾਡੇ ਨਾਲ ਸੰਬੰਧ ਕੋਈ ਨਹੀਂ ਗਾ, ਤੇ ਫਿਰ ਤਾਂ ਦਿੱਲੀ ਵਾਲੇ ਵੈਸੇ ਹੀ ਇਸ ਇਹਨਾਂ ਅਹੁਦਿਆਂ ਤੋਂ ਬਾਹਰ ਆ ਗਏ ਆ। ਪਰ ਇਹ ਆ ਵੀ ਹੁਣ ਉਹਨਾਂ ਨੇ ਰਸਮੀ ਤੌਰ ਦੇ ਉੱਤੇ ਛੱਡਣੇ ਹੋਣਗੇ। ਇਹ ਪੰਜਾਬ ਦੇ ਵਿੱਚ ਵੀ ਕੁਝ ਕੁ ਹੋਰ ਚੱਲ ਰਿਹਾ ਇਸ ਵੇਲੇ, ਇੱਕ ਪਾਸੇ ਤਾਂ ਉਹਨਾਂ ਨੇ ਕਹਿਤਾ ਜੀ ਅੰਦੋਲਨ ਅਸੀਂ ਭਖਾਤਾ, ਦੂਜੇ ਪਾਸੇ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ
ਜੇ ਕੱਲ ਗੁਰਦਾਸਪੁਰ ਦੇ 5 ਐਮਸੀ ਆ ਜਿਹੜੇ ਉਹ ਬੀਜੇਪੀ ਨੂੰ ਛੱਡ ਕੇ ਤੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਆ ਤੇ ਇਹਦਾ ਵੀ ਸੀਨ ਵੀ ਸਾਹਮਣੇ ਆਏ ਆ ਵੀ ਇੱਕ ਦੂਜੇ ਦੇ ਬੰਦੇ ਹੁਣ ਪਕੜੇ ਆ ਦਿੱਲੀ ਵਾਲੇ ਵੀ ਅੱਗੇ ਛੱਡ ਦੇਣਗੇ ਨਾਲ ਕੀ ਬੜਾ ਫਰਕ ਪੈਣ ਲੱਗਾ ਵੈਸੇ ਵੀ ਜਦੋਂ ਹੁਣ ਚੌਲ ਚਿੱਟੇ ਹੀ ਚੱਲਦੇ ਆ ਤੇ ਕੋਈ ਬੜਾ ਫਰਕ ਹੈ ਨਹੀਂ ਗਾ ਤੇ ਵਕਤ ਦੱਸੂਗਾ ਵੀ ਕੀ ਇਸ ਮਸਲੇ ਦੇ ਵਿੱਚ ਨਵਾਂ ਮੋੜ ਆਉਂਦਾ ਜੀ ਬਿਲਕੁਲ ਬਿਲਕੁਲ ਖਬਰਾਂ ਹੋਰ ਵੀ ਸੀ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਸੋ ਲੈਨੇ ਆ ਇਜਾਜ਼ਤ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਟੈਨਾ ਸਾਹਿਬ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਸ਼ੁਕਰੀਆ ਸੋ ਦੋਸਤੋ ਇਹ ਸੀ ਸਵਾਨ ਟੈਨਾ ਜੀ ਜਲੰਧਰ ਤੋਂ ਸਾਡੇ ਨਾਲ ਜੁੜੇ ਸੀ ਅਗਲਾ ਪ੍ਰੋਗਰਾਮ ਲੈ ਕੇ ਚੱਲਦੇ ਆ ਗੁਰਬਚਨ ਮਾਨ ਜੀ ਦੇ ਨਾਲ ਸੋ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਕਿਵੇਂ ਲੱਗਦੇ ਨੇ ਤੁਹਾਨੂੰ ਇਹ ਪ੍ਰੋਗਰਾਮ ਤੁਸੀਂ ਰੇਡੀਓ ਚੰਨ ਪ੍ਰਦੇਸੀ ਦੀ ਜਿਹੜੀ ਯੂਟਿਊਬ ਪ੍ਰੋਗਰਾਮ ਹੈ ਉਹਦੇ ਤੇ ਜਾ ਕੇ ਵੀ ਹਰ ਇੱਕ ਪ੍ਰੋਗਰਾਮ ਜਿਹੜਾ ਸਾਡਾ ਤਕਰੀਬਨ ਸੁਣ ਸਕਦੇ ਹੋ ਤੇ ਆਪਣੇ ਵਿਚਾਰ ਵੀ ਸਾਨੂੰ ਦੱਸਿਆ ਕਰੋ ਤਾਂ ਕਿ ਅਸੀਂ ਇਹਨਾਂ ਪ੍ਰੋਗਰਾਮਾਂ ਨੂੰ ਹੋਰ ਵਧੀਆ ਕਰ ਸਕੀਏ ਹਮੇਸ਼ਾ ਹੀ ਤੁਹਾਡੇ ਸਹਿਯੋਗ ਦੇ ਸਦਕਾ ਰੇਡੀਓ ਚੰਨ ਪ੍ਰਦੇਸੀ ਅੱਗੇ ਨੂੰ ਵੱਧ ਰਿਹਾ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਦਿਓ ਇਜਾਜ਼ਤ ਫਿਰ ਮਿਲਣ ਦੇ ਵਾਅਦੇ ਨਾਲ ਸਤਿ ਸ੍ਰੀ ਅਕਾਲ ਦੋਸਤ ¶¶